ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਅਸ ਕਿਰਪਾਨ ਖੰਡੋ ਖੜਗ ਤਬਰ ਤਬਰ ਤੀਰ ਸਹਿਬ ਸਰੋਗੀ ਸਹਿਗਤੀ ਇਹ ਹਮਾਰੇ ਪੀਰ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਣਾ ਸਾਰੀ ਸੰਗਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਬਹੁਤ ਆਨੰਦ ਬਣਿਆ ਪਿਆ ਇਹ ਸਮਾਗਮ ਸੰਤ ਸੇਵੀ ਆਖੋ ਸਾਧਨਾ ਇਹ ਸਮਾਗਮ
ਹੁਣ ਸੁਰ ਸਿੰਘ ਜਾ ਕੇ ਮੇਰਾ ਆਪਣਾ ਮਨ ਸੀ ਕੋਈ ਕਰਾਂ, ਫਿਰ ਮੈਂ ਕਿਹਾ ਵੀ ਚਲੋ ਗੁਰ ਰਾਮਦਾਸ ਰੱਖੋ, ਗੁਰ ਰਾਮਦਾਸ ਗੁਰ ਰਾਮਦਾਸ ਰੱਖੋ, ਗੁਰ ਰਾਮਦਾਸ ਅਰਦਾਸੀ ਭਾਟ ਕੀਰਤ ਕੀ, ਭਾਟ ਕੀਰਤ ਕੀ, ਗੁਰ ਰਾਮਦਾਸ ਗੁਰ ਰਾਮਦਾਸ ਹਮ ਅਵਗੁਣ ਭਰੇ ਇੱਕ ਗੁਣ ਨਾਈ, ਅੰਮ੍ਰਿਤ ਛਾਂਡ ਵਿਖੇ ਵਿਖ ਖਾਈ, ਮਾਇਆ ਮੋਗ ਪਰਮ ਪੈ ਭੂਲ ਸੁਤ ਦਾਰਾ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇੱਕ ਉੱਤਮ ਤੇ ਮਿਲੰਤ ਜਮ ਤਰਾਸ ਮਿਟਾਈ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸੀ ਭਾਟ ਕੀਰਤ ਕੀ, ਇੱਕ ਅਰਦਾਸ ਗੁਰ ਰਾਮਦਾਸ ਰੱਖੋ, ਗੁਰ ਰਾਮਦਾਸ ਰੱਖੋ, ਸਾਰੇ
मंगो गुर रामदास आए 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 गुर रामदास राख पिता प्रभ मेरे राख पिता प्रभ मेरे राख पिता प्रभ मेरे राख पिता प्रभ मेरे सारियां भैणा राख पिता सारे गुरमुख राख पिता बोलो राग पिता राख पिता प्रभु मेरे मोहे निर्गुण सब गुण तेरे निर्गुण सब गुण मोय निर्गुण सब गुण मोय निर्गुण सब गुण मोय निर्गुण राग पिता प्रभ मेरे गौर रामदास रखो सारे मंगो ਅੰਦਰੋਂ ਮੰਗੋ ਗੱਲਾਂ ਕਰਿਓ ਗੁਰੂ ਜੀ ਨਾਲ ਗੁਰੂ ਰਾਮ ਦਾ ਸਾਰੀ ਸੰਗਤ ਮੰਗੋ ਗੁਰੂ ਰਾਮ ਵਾਹਿਗੁਰੂ
ठाकुर प्रभ तुमरी तिस राखो कृपा धार जन नानक शरण तुम्हारी हर जियो तुम्हारी हर जियो तुम्हारी 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 जन नानक शरण तुम्हारी राखो लाज मुरार मंगो गौर रामदास राखो गौर रामदास राखो चरणाई गल्ला करे गुरु नाल गौर रामदास राखो शरणाई गुरु दिल्ली जमुना पार आले हो दो मिनट हाजरी लायो अमृतसर संगत लाउंदी है भाईचारा री वाहिगुरु बोलियो सारिया भैणा दो वारी धन गुरु रामदास जी धन गुरु रामदास ए भावना ना बोलना वाहिगुरु गुरु रामदास गुरु रामदास वाहिगुरु ने इस भावना नाल वाहे गुरु वाहे गुरु ਭੈਣਾ ਬੋਲੋ ਧੰਨ ਗੁਰੂ ਰਾਮਦਾਸ ਜੀ
ਗੁਰਮੁਖ ਬੋਲੋ ਵਾਹਿਗੁਰੂ। ਸਾਰੀਆਂ ਭੈਣਾਂ ਧੰਨ ਗੁਰੂ ਰਾਮ। ਆਹ ਹਾ ਗੁਰਮੁਖ ਬੋਲੋ ਵਾਹਿਗੁਰੂ ਵਾਹਿਗੁਰੂ। ਸਾਰੀਆਂ ਭੈਣਾਂ ਧੰਨ ਗੁਰੂ ਰਾਮ। ਆਹਾ ਗੁਰਮੁਖ ਵਾਹਿਗੁਰੂ ਧੰਨ ਗੁਰੂ। ਤਾਰਿਆ ਜਹਾਨ ਤਾਰਿਆ ਜਹਾਨ ਬੋਲੋ ਤਾਰਿਆ ਸਾਰੇ ਬੋਲੋ ਸਾਰੀ ਸੰਗਤ ਆਇਆ ਆਇਆ ਭਿੱਜ ਕੇ ਤਾਰਿਆ ਜਹਾਨ ਆਇਆ ਆਇਆ ਤਾਰਿਆ ਆਇਆ ਤਾਰਿਆ ਤਾਰਿਆ ਜਹਾਂ ਲੈ ਆਇਆ ਬੀਮਾਨ ਜਿੰਨੇ ਦਰਸ਼ਨ ਪਾਇਆ ਤਾਰਿਆ ਜਹਾਂ ਲੈ ਆਇਆ ਬੀਮਾਨ ਜਿੰਨੀ ਦਰਸ਼ਨ ਜਿੰਨੀ ਤੁਦਨੋ ਧਨ ਕਿਆ ਜਿੰਨੀ ਤੁਦਨੋ ਤਿੰਨ ਜਮਨੇ ਨਾਇਆ ਵਾਹਿਗੁਰੂ ਵਾਹਿਗੁਰੂ। ਸਾਰੀਆਂ ਭੈਣਾਂ ਧੰਨ ਗੁਰੂ ਰਾਮ ਜੀ। ਆ ਸੱਚਖੰਡ ਲੱਭਣਾ ਗੁਰਮੁਖ ਬੋਲੋ ਵਾਹਿ ਧੰਨ ਗੁਰੂ। ਗੁਰਮੁਖ ਬੋਲੋ ਵਾਹਿਗੁਰੂ ਵਾਹਿਗੁਰੂ। ਸਾਰੀਆਂ ਭੈਣਾਂ ਧੰਨ ਗੁਰੂ ਰਾਮ। ਸੋਈ ਰਾਮ ਦਾ ਸੋਈ ਰਾਮ ਦਾ ਸਾਰੇ ਬੋਲੋ ਸੋਈ ਰਾਮ ਦਾ ਸਾਰੇ ਬੋਲੋ ਰਾਮ ਦਾ ਸਾਰੇ ਬੋਲੋ ਰਾਮ ਦਾ ਸਾਰੀ ਸੰਗਤ ਸੋਈ ਰਾਮ ਦਾ ਸਾਰੇ ਬੋਲੋ ਸੋਈ ਰਾਮ ਦਾ ਸੋਈ ਰਾਮਦਾਸ ਗੁਰਬਲ ਭਣ ਸੋਈ ਰਾਮਦਾਸ ਗੁਰਬਲ ਭਣ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਜੈ ਸਤਿਗੁਰ ਲਗ ਪ੍ਰਭ ਪਾਈਏ ਜੈ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰੋ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਭੈਣਾ ਬੋਲੋ ਧੰਨ ਗੁਰੂ ਰਾਮ ਧੰਨ ਗੁਰੂ ਰਾਮਦਾਸ ਜੀ ਕੀ ਮੰਗਣਾ ਹਾਂ ਗੁਰ ਰਾਮਦਾਸ ਰੱਖੋ ਸਰਣਾਈ ਗੁਰ ਰਾਮਦਾਸ ਇੱਕ ਅਰਦਾਸ ਪਾਠ ਕੀਰਤ ਕੀ ਇੱਕ ਅਰਦਾਸ ਗੁਰ ਰਾਮਦਾਸ ਰੱਖੋ ਸਰਣਾਈ ਗੁਰ ਰਾਮਦਾਸ ਗੁਰ ਰਾਮਦਾਸ ਰੱਖੋ ਸਰਣਾਈ ਗੁਰ ਰਾਮਦਾਸ ਰੱਖੋ ਸਰਣਾਈ ਗੁਰ ਰਾਮਦਾਸ ਰੱਖੋ ਸਰਣਾਈ ਰੱਖੋ ਸਰਣਾਈ ਰੱਖੋ ਸਰਣਾਈ
राखो शरणाई साजा तो बिना बोलियो गुर राम दा के मैं तकी तो शरण जियो मैं आशा रखी चित में मेरा सब दुख मंगो गोर राम सगल द्वार को छाड़ के सगल द्वार को छाड़ के गयो तुहारो द्वार बाएं गए की लाज अस अंदरों गलां करे गोविंद दास गोर राम दास रखो शरणाई आए 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 गोर राम दास रखो शरणाई चारे कुंडा पाल के आए पया शरणाए नानक सच्चे बादशाह अगले लफ्ज ना भिज के बोलियो बाबे दे चरण ला दियो दे दियो बाबा जी दे दियो अगले लफ्ज की नानक सच्चे पातशाह डोबदा लया कढ़ाए बोलो डोबदा कईयां नूं पता ही नहीं डुब रहे हैं पता ही नहीं चार पांच दिन पहले चार पंज मुंडे नाल आ नहीं सी कोई दूजी बरादरी सी सारी नाल फिर किरती ने बदलते रहते असी जाना सी पाऊ पिंड बाबा जी दे जन्म स्थान इंजीनियर मिस्त्री मजदूर ना टाइम सी फिर पूला साहब भाई तारू उस तो पहले बस अड्डे होके आना सी मैं चाटी पिंड तो बस अड्डे गया भी मिनट का राय बस अड्डे चाटी पिंड वापस आया भी मिनट मैं एक गल नोट की जेडे चारे पंजे मैं क्या मुंडे पाए मैं वो भी मिनट जान तो भी मिनट आन मोबाइल च ही फसे रहे आखो सतनाम व्हाट्सअप कढ उहनू वेज इहनू कर आ खोल ओ खोल आ फंक्शन खोल यही डुबना है यही डुबना है डुबण नू पछाणो जदों बस अड्डे हो गए चाटी पिंड चौंक आए हुण अगों असीं जाणा सी पाऊ पिंड साहब ते चाटी पिंड जदों बाबा दीप सिंह दे स्थान दे बाहर मैं मत्था टेकिया ਮੁੰਡਿਆਂ ਨੂੰ ਮੈਂ ਕਿਹਾ ਵੀ ਤੁਸੀਂ ਵੀ ਟੇਕ ਲਓ ਉਹਨਾਂ ਵੀ ਟੇਕਿਆ ਫਿਰ ਮੈਂ ਚਾਰਾਂ ਪੰਜਾਂ ਮੁੰਡਿਆਂ ਗਏ ਨਾ ਜੀ ਝੋਲੀ ਅੜ ਲਈ ਮੈਂ ਕਿਹਾ ਪ੍ਰਸ਼ਾਦ ਦੇ ਦਿਓ ਆਖੋ ਸਾਧੋ ਚਾਰੇ ਪੰਜੇ ਹੀ ਹੈਰਾਨ ਕਹਿੰਦੇ ਕੀ ਮਤਲਬ
ਮੈਂ ਕਿਹਾ ਵੀ ਹੁਣ ਵੱਜੇ ਆ 12 ਅਤੇ ਪਹੁ ਪਿੰਡ ਤੋਂ ਵਾਪਸੀ ਆਉਂਦੇ ਆ 4:30 ਵੱਜ ਜਾਣੇ, ਪੌਣੇ ਘੰਟੇ ਦਾ ਰਾਹ ਹੈ, ਉੱਥੇ ਵੀ ਲੱਗਣਾ, ਫਿਰ ਪੂਲਾ ਸਾਹਿਬ ਜਾਣਾ। ਮੈਂ ਕਿਹਾ ਆਹ ਪ੍ਰਸ਼ਾਦ ਦੇ ਦਿਓ, ਵਾਪਸ ਆਉਣ ਤੱਕ ਕਿੰਨੇ ਕਿੰਨੇ ਪਾਠ ਜਪਜੀ ਸਾਹਿਬ ਦੇ ਝੋਲੀ 'ਚ ਪਾਓਗੇ, ਆਖੋ ਸਤਨਾਮ। ਉਹ ਕੀ ਜਵਾਨ ਨੇ ਨਾ, ਕੀ ਕਰੀਏ, ਜਵਾਨ ਬੰਦੇ ਨੂੰ ਨਾ ਚਪੇੜ ਮਾਰ ਸਕਦਾ ਬੰਦਾ, ਨਾ ਕੁਝ ਗੁੱਸੇ, ਨਾ ਅੱਜ ਕੱਲ੍ਹ ਤੁਹਾਨੂੰ ਪਤਾ ਤੁਸੀਂ ਮਾਂ ਬਾਪ ਪਤਾ ਹੀ ਹੈ, ਝੋਲੀ ਉੱਡਣੀ ਪੈਂਦੀ, ਆਖੋ ਸਤਨਾਮ, ਹੱਥ ਜੋੜ ਕੇ ਹੀ ਕਿਹੜਾ। ਜਦੋਂ ਮੈਂ ਵਾਪਸ ਆਇਆ ਮੈਂ ਕਿਹਾ ਜੀ ਪਾਓ ਝੋਲੀ, ਜਦੋਂ ਕਿਸੇ ਨੇ ਲਿਖਾਏ ਜੀ 14 ਜਪਜੀ ਸਾਹਿਬ, ਕਿਸੇ ਲਿਖਾਏ 18 ਜਪਜੀ ਸਾਹਿਬ, ਮੈਂ ਕਿਹਾ ਇੱਕ ਗੱਲ ਦੱਸੋ, ਜਾਂ 2 ਮਿੰਟ ਨਾ ਬੋਲਦੇ ਤਾਂ ਆ ਵੀ 4 ਘੰਟੇ ਮੋਬਾਈਲਾਂ 'ਚ ਹੀ ਫਸੇ ਰਹਿਣਾ ਸੀ, ਆਖੋ ਸਤਨਾਮ। ਇਹੀ ਹੈ ਡੁੱਬਣਾ। ਅੱਜ ਗੁਰੂ ਰਾਮਦਾਸ ਜੀ ਕੋ ਮੰਗੋ ਕਿ ਪਹਿਲੇ ਸਾਨੂੰ ਡੁੱਬਣ ਦੀ ਪਛਾਣ ਹੋਵੇ, ਫਿਰ ਉਸ ਡੁੱਬਣ ਤੋਂ ਕੱਢ ਲਓ ਸਾਡੇ ਸਫ਼ਰ, ਬੜ ਸਭ ਚ ਨਾ ਬੀਤ ਜਾਣ ਸਾਡੇ ਸਫ਼ਰ, ਫੇਸਬੁੱਕਾਂ ਖੋਲ੍ਹਣ 'ਚ ਨਾ ਬੀਤ ਜਾਣ ਸਾਡੇ ਸਫ਼ਰ, ਬਸ ਇਹਦੇ ਵਿੱਚ ਹੀ ਨਾ ਬੀਤ ਜਾਣ ਸਾਡੇ ਸਫ਼ਰ, ਭਗਤੀ ਦੇ ਰਸ ਵਿੱਚ ਬੀਤਣ। ਕਿਉਂਕਿ ਇਹ ਤੁਹਾਡੇ ਇਹ ਸਾਰੇ ਜੱਥੇ ਦੇ ਪ੍ਰੋਗਰਾਮ ਦਾ ਮੁੱਢ ਬੰਦਗੀ ਹੈ, ਆਖੋ ਸਤਨਾਮ। ਅੱਜ ਕਹੋ, ਅੱਜ ਕਹੋ ਗੁਰੂ ਰਾਮਦਾਸ ਜੀ ਦੇ ਚਰਨ ਫੜ ਕੇ ਮੰਗੋ, ਮਹਾਰਾਜ ਤੁਹਾਡਾ ਆਗਮਨ ਦਿਨ ਮਨਾ ਰਹੇ ਹਾਂ, ਕਿਰਪਾ ਕਰਿਓ। ਨਾਨਕ ਸੱਚੇ ਪਾਤਸ਼ਾਹ ਡੋਬਦਾ ਲਿਆ ਕਢਾਏ, ਮੰਗੋ ਡੋਬਦਾ ਮੰਗੋ ਡੋਬਦਾ ਮੰਗੋ ਡੋਬਦਾ ਗੁਰ ਰਾਮਦਾਸ ਰਾਖੋ ਸ਼ਰਣੀ ਆਇਆ ਪਰੋਸੇ ਆਇਆ ਕਿਰਪਾ ਆਇਆ ਜਿਉਂ ਪਾਵੇ ਤਿਉਂ ਰੱਖੋ ਸੁਆਮੀ ਮਾਰਗ ਗੁਰੇ ਪਠਾਇਆ ਤਉ ਮੈਂ ਆਇਆ ਸਰਣੀ ਆਇਆ ਪਰੋਸੇ ਆਇਆ ਕਿਰਪਾ ਆਇਆ ਗੁਰ ਰਾਮਦਾਸ ਰਾਖੋ ਸਰਨਾਏ ਗੁਰ ਰਾਮਦਾਸ ਰਾਖੋ ਸਰਨਾ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਮਿੱਠਾ ਮਿੱਠਾ ਜਾਪ ਕਰੀ ਜਾਓ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲੈ ਹੋ ਇਹ ਬਾਰੀ ਗੁਰ ਰਾਮ ਰਾਖ ਲੈ ਹੋ ਇਹ ਬਾਰੀ ਗੁਰ ਰਾਮਦਾਸ ਰਾਖੋ ਸਰਨਾ ਗੁਰ ਰਾਮ ਨਿੰਦਿਆ ਨਾਨਕ ਜੀ ਮੈਂ ਹੱਪ ਵੰਜਾਈ ਵਾਹਿਗੁਰੂ ਛੋਟੇ ਆਪ ਕਿਛ ਤਿਆਗੀ
ਹੇ ਗੋਬਿੰਦ ਪ੍ਰਮਾਣ ਦੇ ਡੁੱਬਦੇ ਤੇ ਡੁੱਬਦੇ ਤੇ ਅੱਜ ਬਚਾ ਮੰਗਣਾ ਹੇ ਗੋਬਿੰਦ ਹੇ ਗੋ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾ ਵਾਹ ਵਾਹ ਪ੍ਰਾਣ ਨਾਥ ਅਨਾਥ ਸਖੇ ਦੀਨ ਦਲਦ ਨਿਵਾ ਵਾਹਿਗੁਰੂ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ ਹੁਣ ਜ਼ੋਰ ਦੇਣਾ ਪੰਕਤੀ ਦੇ ਅੰਧਕੂਪ ਵਾਹ ਮਹਾਪਯਾ ਵਾਹਿਗੁਰੂ ਅੰਧਕੂਪ ਮਹਾਪਯਾਨ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਮੰਗੋ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਮੰਗੋ ਨਾਨਕ ਪਾਰ ਉਤਾਰ ਨਾਨਕ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਕਿਉਂ ਛੂਟੋ ਕੈਸੇ ਤਰੋ ਹਾਏ 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 ਕਿਉਂ ਛੂਟੋ ਕੈਸੇ ਤਰੋ ਪਵਜਨ ਨਿਧ ਪਾਰੀ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ ਜਨ ਸ਼ਰਨ ਤੁਮਾਰੀ ਡੁੱਬਦਾ ਲਿਆ ਕਢਾਏ ਮੰਗੋ ਡੁੱਬਦਾ ਲਿਆ ਕਢਾਏ ਡੁੱਬਦਾ ਲਿਆ ਕਢਾਏ ਨਾਨਕ ਪਾਰ ਉਤਾਰ ਪਾਰ ਉਤਾਰ ਨਾਨਕ ਪਾਰ ਉਤਾਰ ਸਜਨ ਸੋਹਲੇ ਰਾਖੋ ਰਾਖਨ ਹਾਰ ਦਿਆਲਾ ਦਿਆਲਾ ਨਾਨਕ ਕਰਕੇ ਨੀਜਰ ਬਾਜੇ ਕਾਇਆ ਡੂਬੇ ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਬ ਬੀਠਲਾ ਮੈਨੂੰ ਗੁਰਪੁਰਬ ਵਾਲੇ ਦਿਨ ਬੜਾ ਹੀ ਫੋਨ ਆਏ ਅੱਜ ਦਿਨ ਆਗਮਨ ਦਿਨ ਲੰਘਿਆ ਸਾਰੇ ਹੀ ਫੋਨ 'ਤੇ ਇਹੀ ਵੀਰ ਜੀ ਵਧਾਈ ਹੋਵੇ ਗੁਰਪੁਰਬ ਦੀ ਆਖੋ ਸਤਨਾਮ ਗੁਰਪੁਰਬ ਦੀ ਮੁਬਾਰਕ ਹੋਵੇ ਵਧਾਈ ਹੋਵੇ ਹੁਣ ਮੈਂ ਕਿਹਾ ਅੱਜ ਵਧਾਈ ਦਾ ਦਿਨ ਹੈ ਫੋਨ ਨਾ ਚੁੱਕਿਆ ਉਹ ਵੀ ਨਹੀਂ ਠੀਕ ਦਿਹਾੜਾ ਵੱਡਾ ਮੈਂ ਕਿਹਾ ਫੋਨ ਆਉਂਦੇ ਬੜੇ ਪਏ ਆ ਉਹ ਦੋ ਤਿੰਨ ਤੋਂ ਬਾਅਦ ਨਾ ਵੀ ਥੋੜ੍ਹਾ ਸੁਭਾਅ ਬਣਾਓ ਤਾਂ ਹਰ ਚੀਜ਼ 'ਚ ਬੰਦਗੀ ਲਿਆਓ ਭਗਤੀ ਲਿਆਓ ਉੱਤੇ ਉੱਠੋ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਦੋ ਤਿੰਨ ਫੋਨਾਂ ਤੋਂ ਬਾਅਦ ਨਾ ਮੈਂ ਕਿਹਾ ਵੀ ਰੁੱਖ ਚੇਂਜ ਕਰ ਲਈਏ ਉਹ ਜਿਹਦਾ ਫੋਨ ਆਵੇ ਨਾ ਵਧਾਈ ਦਾ ਅਤੇ ਮੈਂ ਕਿਹਾ ਜੀ ਕਿੰਨੇ ਵਜੇ ਕਹਿੰਦੇ 11 ਵਜੇ ਦਿਨ ਦੇ ਮੈਂ ਕਿਹਾ ਆਪਣੇ ਮੰਮੀ ਪਾਪਾ ਭੈਣ ਭਰਾ ਵੋਟੀ ਬੱਚੇ ਮਾਸੀ ਚਾਚੀ ਤਾਈ ਸਾਰਿਆਂ ਨੂੰ ਫੋਨ 'ਤੇ ਵਧਾਈ ਦਿਓ ਅਤੇ 9 ਵਜੇ ਮੈਂ ਕਿਹਾ ਮੈਨੂੰ ਫਿਰ ਫੋਨ ਕਰਨਾ ਤੁਸੀਂ ਵਧਾਈ ਦਾ ਅਤੇ 9 ਵਜੇ ਤੱਕ 101 ਜਪਜੀ ਸਾਹਿਬ ਸਾਰਾ ਜਿੰਨਾ ਕੁ ਤੁਹਾਡਾ 10-15 ਬੰਦਿਆਂ ਦਾ ਦਾਇਰਾ ਨਾ ਉਹਨਾਂ ਕੋਲ ਕਰਾ ਕੇ ਨਾਲ ਭੇਟਾ ਦੇਣੀ ਆਖੋ ਸਤਨਾਮ ਮੈਂ ਕਿਹਾ ਵੀ ਹੁਣ ਜਾਂ ਤਾਂ ਕਰਨਗੇ ਨਹੀਂ ਆਖੋ ਸਤਨਾਮ ਜਾਂ ਇਹੋ ਜਿਹੀ ਫਿਰ ਵਧਾਈ ਕਿ ਉਹ ਬੰਦਗੀ ਬਣ ਜੇ ਮੋਬਾਈਲ 'ਤੇ ਤੁਸੀਂ ਵਟਸਐਪ ਕਰਤਾ 200 ਬੰਦੇ ਨੂੰ ਉਹ ਵੀ ਮੁਬਾਰਕ ਹੈ
ਪਰ ਗੁਰੂ ਰਾਮਦਾਸ ਬਟਨ ਨੱਪਣ 'ਤੇ ਖੁਸ਼ ਨਹੀਂ ਹੋਣਗੇ, ਉਦੋਂ ਖੁਸ਼ ਹੋਣਗੇ ਜਦੋਂ ਤੇਰਾ ਚੌਂਕੜਾ ਵੱਜੇਗਾ, ਜਦੋਂ ਤੇਰਾ ਆਪਣਾ ਉਸ ਦਿਨ ਨੇਮ ਵਧੇਗਾ। ਆ ਲਿਆਓ ਘਰਾਂ 'ਚ ਤਾਂ ਕਿ ਅਸੀਂ ਡੁੱਬਦੇ ਬਚ ਜਾਈਏ, ਅਸਲੀ ਤੱਤ ਵਸਤੂ ਪੈ ਜੇ ਸਾਡੀ ਝੋਲੀ 'ਚ। ਆ ਤਰਨ ਤਾਰਨ ਤੋਂ ਆਏ ਸੋਨੂ ਭਾਅ ਜੀ, ਨਾਲ ਆਪਣਾ ਦਿਨੇ ਕਿਰਤ ਕੀਤੀ ਨੇ, ਹੁਣ ਪ੍ਰੋਗਰਾਮ ਚੌਥਾ ਅਟੈਂਡ ਕਰ ਰਹੇ ਹੈ। ਇਹਨਾਂ ਦੇ ਬੇਟੇ ਦਾ ਆ ਗਿਆ ਫੋਨ, ਮਾਰੀ ਜਾਵੇ ਪਹਿਲਾਂ ਦੇ ਪਹਿਲਾਂ। ਮੈਂ ਕਿਹਾ ਤੈਨੂੰ ਕਾਬੂ ਕਰਦੇ ਹਾਂ ਜਰਾ, ਉਹ ਪਹਿਲਾਂ ਪਹਿਲਾਂ ਮਾਰੀ ਜਾਵੇ ਫਿਰ ਮੈਂ ਅਟੈਂਡ ਕੀਤਾ। ਮੈਂ ਕਿਹਾ ਹਾਂਜੀ। ਕਹਿੰਦਾ ਵੀਰ ਜੀ ਤੁਹਾਨੂੰ ਵਧਾਈ ਦੇਣੀ ਸੀ। ਆਖੋ ਸੱਤ ਨਾ। ਮੈਂ ਕਿਹਾ 9 ਵਜੇ ਮੈਨੂੰ ਫਿਰ ਫੋਨ ਕਰਨਾ ਹੀ। 101 ਜਪਜੀ ਸਾਹਿਬ ਸਾਰੇ ਹੁਣ ਆਪੇ ਵੇਖ ਲੈ ਵੀ ਚਾਚਾ ਚਾਚੀ ਮਾਮਾ ਮਾਮੀ ਭੈਣ ਭਰਾ ਸਭ ਜਿੱਥੇ ਜਿੱਥੇ ਤੇਰਾ ਹੈਗਾ ਦੇ ਉਹਨਾਂ ਨੂੰ 2-2, 4-4, 5। ਅਤੇ ਰਾਤੀ ਜਦੋਂ 9 ਵਜੇ ਫੋਨ ਆਇਆ, ਕਹਿੰਦਾ 130 ਪਾਠ ਲਿਖ ਲਓ। ਆਖੋ ਸਤਨਾਮ। ਖੁਸ਼ੀ ਹੋਈ ਆਹ ਪੁਰਬ ਮਨਾਇਆ, ਖੁਸ਼ੀ ਹੋਈ ਆਹ ਪੁਰਬ ਮਨਾਇਆ, ਇੱਕ ਬੱਚੇ ਕੋਲੋਂ ਉਪਰਾਲਾ ਕਰਾ ਲਿਆ। ਆਖੋ ਸਤਨਾਮ। ਜਿੰਨੇ ਮਾਈ ਭਾਈ ਇੱਧਰ ਨੂੰ ਹੈਂਡਲ ਮੋੜਨ ਲਈ ਆਪਣੇ ਵੀ ਇਹ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ। ਸ਼ੁਰੂ ਮੈਂ ਘਰ ਤੋਂ ਆਇਆ, ਪਹਿਲੇ ਨੂੰਹ ਨੂੰ ਬੁਲਾਇਆ, ਪੁੱਤ ਮੈਂ ਹਾਂ ਭਾਈ ਅੱਜ ਕੀ ਝੋਲੀ ਪਾਉਣਾ। ਆਖੋ ਸਾਹ ਮੈਂ ਸ਼ੁਰੂ ਇਹਨਾਂ ਤੋਂ ਹਾਂ, ਫਿਰ ਗੁਰੂ ਸਾਹਿਬ ਲਿਹਾਜ਼ ਕਰ ਦੇਣਗੇ, ਕਹਿਣਗੇ ਚੱਲ ਠੀਕ ਹੈ ਘਰ ਤੋਂ ਸ਼ੁਰੂ ਹੋਇਆ। ਆਖੋ ਸਤਨਾਮ। ਅਤੇ ਫਿਰ ਚਲੋ ਹੁਣ ਬੋਲਣਾ ਨਹੀਂ, ਚਲੋ ਉਹਨਾਂ ਜੋ ਭੇਟਾ ਦਿੱਤੀ। ਮੈਂ ਕਿਹਾ ਅੱਜ ਸ਼ਾਮ ਤੱਕ ਮੈਨੂੰ ਰਿਪੋਰਟ ਦੇਣੀ ਤੁਸੀਂ ਇੰਨੀ। ਮੈਂ ਕਿਹਾ ਮੈਂ ਵੀ ਲਾਵਾਂਗਾ, ਤੁਸੀਂ ਵੀ ਲਾਓ। ਅਤੇ ਫਿਰ ਮੈਂ ਕਿਹਾ ਹੁਣ ਦੂਜਿਆਂ ਦੀ ਵਧਾਈ ਆਪਾਂ ਹੁਣ ਸ਼ੁਰੂ ਕਰਾਂਗੇ, ਜਾਂ ਤਾਂ ਫੋਨ ਅੱਗੋਂ ਕਰਨਗੇ ਨਹੀਂ ਅਗਲੇ ਸਾਲ। ਆਖੋ ਸਤਨਾਮ। ਵੀ ਸੋਚ ਕੇ ਕਰਨਗੇ। ਇਹ ਇੱਕ ਇੱਕ ਤੁਹਾਡੇ ਮਾਇੰਡ ਦੇ ਖਾਨੇ ਵਿੱਚ ਭਗਤੀ ਵੜੀ ਹੋਵੇ, ਕਿਉਂਕਿ ਸਿਮਰ ਭਾਅ ਜੀ ਇਹਨਾਂ ਦਾ ਜਥਾ ਇੱਥੋਂ ਦੀ ਕਮੇਟੀ ਨਾਲ ਈਸਟ ਆਫ ਕਲਾਸ਼ ਵਾਲੇ ਜਥੇ ਦਾ ਹੱਥ ਪਿਆਰ ਹੈ। ਇਹ ਮੁੱਢ ਮਕਸਦ ਹੀ ਜਥੇ ਦਾ ਬੰਦਗੀ ਹੈ। ਆਖੋ ਸਤਨਾਮ। ਭਗਤੀ ਇਹ ਉਂਝ ਨਹੀਂ ਹੋਣੀ, ਇਤਰਾ ਹੀ ਹੋਣੀ, ਨਿੱਕੇ ਨਿੱਕੇ ਬਹਿਣ ਲਾ ਕੇ। ਮੈਂ ਉਹਨੂੰ ਕਿਹਾ ਵੀ ਉਹ ਯਾਰ ਤੂੰ, ਮੈਂ ਕਿਹਾ ਐਡੇ ਵੱਡੇ ਨਾਮ ਦੇਈ ਜਾਂਦਾ ਵੀ ਆਹ ਲਿਖਣ ਭਗਤੀ ਜਿਹੜਾ ਵਾਹਿਗੁਰੂ ਵਾਹਿਗੁਰੂ ਲਿਖਿਆ, ਹੁਣ ਤੁਸੀਂ ਤਾਂ ਕਈ ਸਮਝੇ ਹੋ ਵੀ ਉਹ ਪੋਸਟਰ ਜੇ ਦੇ ਦਿਓ, ਪੋਸਟਰ ਨਹੀਂ ਦਿੱਤੇ, ਉਹ ਸਹੀ ਫਰੇ 'ਚ ਦੇਣਾ ਇਹਨੇ। ਆਖੋ ਸਤਨਾਮ। ਹੁਣ ਇੱਥੇ ਸਾਰਾ ਕੋਈ ਕਿੱਥੋਂ ਲਿਆਉਣ ਚੱਕ ਕੇ, ਇੱਥੋਂ ਟੀਵੀ ਕਿੱਥੋਂ ਲਿਆਉਣ ਫਰੇ 'ਚ, ਇੱਥੇ ਉਹ ਜਿਹੜੀ ਫੋਟੋ ਦਿੱਤੀ ਹੈ ਫਿਰ ਬਾਹਰ ਹੁਣ ਅੱਜ ਦੇਣਗੇ ਜਾਂ ਕੱਲ੍ਹ ਦੇਣਗੇ, ਉਹ ਚੀਜ਼ਾਂ ਕਿ ਕੀ ਲਗਨ ਹੈ ਕਿਸੇ ਬਹਾਨੇ ਦੇ ਨਾਲ, ਕਿਸੇ ਪੱਖ ਦੇ ਨਾਲ ਹਰ ਹਰ ਪੁਰਾਣੀ ਭਗਤੀ ਨਾਲ ਜੁੜ ਜਾਵੇ। ਆਖੋ ਸਤਨਾਮ। ਅੱਜ ਅੰਦਰੋਂ ਚਰਨ ਫੜ ਫੜ ਕੇ ਅਰਦਾਸਾਂ ਕਰੋ, ਪਿਤਾ ਜੀ ਨਹੀਂ ਛੱਡ ਰਿਹਾ ਇੰਟਰਨੈੱਟ, ਨਹੀਂ ਛੱਡਦੇ ਮੋਬਾਇਲ, ਨਹੀਂ ਛੱਡਦੀਆਂ ਫੇਸਬੁੱਕਾਂ, ਨਹੀਂ ਛੱਡਦੇ ਵਟਸਐਪ, ਨਹੀਂ ਛੱਡਦੀ ਨੀਂਦਰ, ਨਹੀਂ ਛੱਡਦੇ ਰੁਝੇਵੇਂ। ਅੱਜ ਗੁਰੂ ਰਾਮਦਾਸ ਆ ਕਿਰਪਾ ਕਰਿਓ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ, ਗੁਰ ਰਾਮਦਾਸ ਰੱਖੋ ਸਰਣਾਈ। ਹਾਂਜੀ ਗੁਰ ਰਾਮਦਾਸ ਰੱਖੋ ਸਰਣਾਈ। ਤੁਹਾਡੇ 'ਚੋਂ ਨਾ ਕਈ ਉੱਠਣਾ ਸ਼ੁਰੂ ਹੋ ਗਏ। ਦੇਖੋ ਮੇਰਾ ਕਸੂਰ ਨਹੀਂ ਕੋਈ, ਮੈਂ ਤਾਂ ਇਹ ਸ਼ਬਦ ਨੂੰ 12-14-15 ਮਿੰਟਾਂ 'ਚ ਸੰਕੋਚ ਦੇਣਾ ਸੀ, ਆ ਛੱਡਣ ਨਹੀਂ ਡਏ। ਕਦੀ ਉਹ ਪ੍ਰਮਾਣ ਚੱਕ ਦਿੰਦਾ, ਕਦੀ ਉਹ ਪ੍ਰਮਾਣ ਚੱਕ ਦਿੰਦਾ, ਫਿਰ ਕੰਮ ਲੰਬਾ ਹੋ ਜਾਂਦਾ। ਅਤੇ ਆਹ ਹੁਣ ਪੰਕਤੀ ਪੂਰੀ ਕਰ ਲਵੇ, ਫਿਰ ਇਹ 10-12 ਮਿੰਟ ਦਾ ਹੋਰ ਸਬਜੈਕਟ ਹੈ, ਅਤੇ ਆਪਾਂ ਫਿਰ 10-12 ਮਿੰਟ 'ਚ ਸਮਾਪਤੀ ਕਰ ਦੇਣੀ। ਇਹ ਬੋਲੋ ਪੰਕਤੀ ਭਾਈ, ਇਹਨਾਂ ਵੀ ਰੀਝਾਂ ਲਾਉਣੀਆਂ ਅੱਜ, ਹੋਰ ਕਦੋਂ ਲਾਏਗਾ ਰੀਝ। ਅੱਗੇ ਪਿੱਛੇ ਤਾਂ ਕਮਲਜੀਤ ਨੂੰ ਨੇੜੇ ਨਹੀਂ ਆਉਣ ਦਿੰਦਾ,
ਉਹ ਕਹਿੰਦਾ ਪਾਸੇ ਰਹੀ ਕਿਤੇ ਸੈਡ ਵੱਜੇ ਤੇ ਪਿਆਰ ਵਿੱਚ ਲਾ ਪ੍ਰਮਾਣ ਪੁੱਤਰ ਅੱਜ ਤੇਰਾ ਖੁੱਲ੍ਹਾ ਦਿਨ ਹੈ ਸਰਣ ਪਰੇ ਕੀ ਰਾਖ ਦਿਆਲਾ ਨਾਨਕ ਤੁਮਰੇ ਗੁਰ ਰਾਮਦਾਸ ਰੱਖੋ ਦੀਨ ਦਿਆਲ ਭਰੋਸੇ ਤੇਰੇ ਵਾਹਿਗੁਰੂ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇ ਜਾਂ ਤਿਸ ਭਾਵੇ ਤਾਂ ਹੁਕਮ ਮਨਾ ਇਸ ਬੇੜੇ ਕੋ ਲੰਘਾਵੇ ਗੁਰ ਰਾਮਦਾਸ ਰੱਖੋ ਹਾਂ ਗੁਰ ਰਾਮ ਗੁਰੂ ਰਾਮਦਾਸ ਮੇਰੀ ਵਿਗੜੀ ਸਵਾਰ ਗੁਰੂ ਰਾਮਦਾਸ ਮੇਰੀ ਵਿਗੜੀ ਸਵਾਰ ਭੈਣਾ ਬੋਲੋ ਗੁਰੂ ਰਾਮ ਹਾਏ ਹਾਏ ਗੁਰੂ ਰਾਮਦਾਸ ਮੇਰੀ ਵਿਗੜੀ ਸਵਾ ਸਵਾਰ ਦੇ ਬੋਲੋ ਗੁਰੂ ਰਾਮਦਾਸ ਮੇਰੀ ਹਾਏ ਹਾਏ ਆ ਜਿਹਨੇ ਵੀ ਹੁਣ ਪ੍ਰਮਾਣ ਦੇਣੇ ਦੋ ਤਿੰਨ ਇਹਦੇ ਤੇ ਦੇਣੇ ਹੈ ਡੋਰੀ ਤੇਰੇ ਹੱਥ ਆਖੋ ਸਾਧਨਾ ਕਲਮ ਤੇਰੇ ਹੱਥ ਆ ਮੱਥੇ ਵੱਲ ਧਿਆਨ ਖੜੋ ਆ ਜੇ ਵਿਗੜੇ ਕਰਮ ਨੇ ਗੁਰੂ ਰਾਮਦਾਸ ਤੁਸੀਂ ਸਵਾਰ ਸਕਦੇ ਹੋ ਆਖੋ ਸਾਧਨਾ ਜੀ ਜੰਤ ਤੇਰੇ ਧਾਰੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਤੁਮਾਰੇ ਡੋਰੀ ਹਾਤੁਮਾਰੇ ਗੁਰੂ ਰਾਮਦਾਸ ਮੇਰੀ ਵਿਗੜੀ ਸਵਾ ਗੁਰੂ ਰਾਮ ਜਿਸ ਨੂੰ ਤੇਰੀ ਨਦਰ ਤੇਰੀ ਨਦਰ ਨਦਰ ਧੰਨ ਗੁਰੂ ਰਾਮਦਾਸ ਜਿਸ ਨੂੰ ਤੇਰੀ ਨਦਰ ਨਾਲ
ਲੇਖਾ ਪੁੱਛੀਏ ਉਹ ਜਿਸ ਨੂੰ ਤੇਰੀ ਖੁਸ਼ੀ ਵਾਹਿਗੁਰੂ ਜਿਸ ਨੂੰ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੱਛੀਏ ਗੁਰੂ ਰਾਮਦਾਸ ਮੇਰੀ ਬਿਗੜੀ ਸਵਾਰ ਦੇ ਗੁਰ ਰਾਮਦਾਸ ਮੇਰੀ ਬਿਗੜੀ ਸਵਾਰ ਦੇ ਗੁਰੂ ਰਾਮਦਾਸ ਰਾਖ ਲਿਓ ਰਾਖ ਲਿਓ ਹਮ ਤੇ ਧਰਮ ਜਪ ਭਗਤ ਨਗੀਨੀ ਹੋ ਅਭਮਾਨ ਟੇਡ ਪਗਰੀ ਰਾਖ ਲੇ ਹੋ ਹਮ ਤੇ ਬਿਗੜੀ ਗੁਰੂ ਰਾਮਦਾਸ ਮੇਰੀ ਗੁਰੂ ਰਾਮਦਾਸ ਗੁਰੀ ਅਮਰਦਾਸ ਥਿਰ ਥੱਪਿਆ ਗੁਰੀ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਪਰਗਾਮੀ ਤਾਰਨ ਤਰਨ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਸਮਾਧੀਆਂ ਲਾ ਲਓ ਸਮਾਧੀਆਂ ਗੁਰੀ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਾਨੁਖ ਜਨ ਕੀਓ ਪ੍ਰਗਾਸ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਗੁਰੀ ਅਮਰਦਾਸ ਥਿਰ ਥੱਪਿਓ ਵਾਹਿਗੁਰੂ ਪਰਗਾਮੀ ਤਾਰਨ ਤਰਨ ਗੁਰਤਾਰ ਤਾਰਨ ਹਾਰਿਆ ਵਾਹਿਗੁਰੂ ਗੁਰਤਾਰ ਤਾਰਨ ਹਾਰਿਆ ਗੁਰੀ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਵਾਹਿਗੁਰੂ ਅਗ ਅੰਤਕ ਨਾ ਪਦੇ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਨ ਗੁਰੂ ਰਾਮਦਾਸ ਮੇਰੀ ਬਿਗੜੀ ਸਵਾਰੇ ਗੁਰੂ ਰਾਮਦਾਸ ਮੇਰੀ ਬਿਗੜੀ ਸਵਾ ਭੈਣਾ ਬੋਲੋ ਗੁਰੂ ਰਾਮਦਾਸ ਮੇਰੀ ਗੁਰਤਾਰ ਤਾਰਨ ਹਾਰਿਆ ਗੁਰਤਾਰ ਤਾਰਨ ਹਾਰਿਆ ਇੱਕ ਅਰਦਾਸ ਪਾਠ ਕੀਰਤ ਕੀ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ
गुर रामदास सरनाई मंगो गुर रामदास राखो सरनाई गुर रामदास राखो सरनाई गज के अखो सतनाम दो चार मिनट च समाप्ति है आप सारे मंग रहे हैं गुरु रामदास रखो आ शरण रखियो जो पूरने तुसी पाए ने महाराज सच्चे पातशाह उन्हां पूरनियां दे मगर चलिए आखो सतनाम दो पूरने दो दो मिनट विच जे गुरु रामदास दियां धीआं जे पुत्तर जे ਤੇ ਗੁਰੂ ਰਾਮਦਾਸ ਦਾ ਪੂਰਨ ਹੈ ਮੈਂ ਵੇਖਿਆ ਗੁਰੂ ਰਾਮਦਾਸ ਜੀ ਨੇ ਲੈਵਲ ਨਹੀਂ ਲਿਆ ਆਖੋ ਸਤਨਾਮ ਲੈਵਲ ਨਹੀਂ ਲਿਆ ਤੁਸੀਂ ਵੀ ਲੈਵਲ ਨਾ ਲਓ ਜੇ ਲੈਵਲ ਲਿਆ ਹੁੰਦਾ ਤਾਂ ਇਤਿਹਾਸ ਨਾ ਬਣਦਾ ਕਿ ਸੇਵਾਦਾਰ ਕਹਿੰਦਾ ਜੀ ਬਾਬਾ ਸ਼੍ਰੀ ਚੰਦ ਜੀ ਆਏ ਹੈ ਆਖੋ ਸਤਨਾਮ ਮਹਾਰਾਜ ਬਾਹਰ ਬਾਬਾ ਸ਼੍ਰੀ ਚੰਦ ਜੀ ਆਏ ਹੁਣ ਦੱਸੋ ਜੇ ਲੈਵਲ ਲਿਆ ਹੁੰਦਾ ਵੀ ਗੱਦੀ 'ਤੇ ਮੈਂ ਗੁਰੂ ਨਾਨਕ ਦੀ ਚੌਥੇ ਪਾਤਸ਼ਾਹ ਫਿਰ ਕਹਿੰਦੇ ਨਾ ਭੇਜ ਦਿਓ ਅੰਦਰ ਇਹ ਗੱਲਾਂ ਸਮਝਣੀਆਂ ਲੈਵਲ ਨਹੀਂ ਲਿਆ ਉੱਠ ਕੇ ਗਏ ਆਪ ਬਾਹਰ ਲੈਣ ਆਖੋ ਸਤਨਾਮ ਆ ਸਿੱਖਣਾ ਗੁਰਪੁਰਬਾਂ ਤੋਂ ਆ ਨਹੀਂ ਤਾਂ ਹੁੰਦਾ ਨਹੀਂ ਬੰਦੇ ਨੂੰ ਗੁਰੂ ਨਾਨਕ ਦੀ ਗੱਦੀ ਕੋਈ ਛੋਟੀ ਹੈ ਉਹ ਇਹਨਾਂ ਕੋਲ ਬਾਬਾ ਸ਼੍ਰੀ ਚੰਦ ਸਪੁੱਤਰ ਨੇ ਗੁਰੂ ਨਾਨਕ ਸਾਹਿਬ ਦੇ ਸਾਡੇ ਪਿਓ ਨੇ ਲੈਵਲ ਨਹੀਂ ਲਿਆ ਹੁਣ ਬਾਹਰ ਚਲੇ ਗਏ 100 ਕਦਮ ਗਏ ਕਿ 50 ਗਏ ਬਾਹਰੋਂ ਸਤਿਕਾਰ ਨਾਲ ਲੈ ਕੇ ਆਏ ਹੁਣ ਲਿਆ ਕੇ ਇੰਨਾ ਹੀ ਬੜਾ ਪਰ ਮਹਾਰਾਜ ਤਾਂ ਵੀ ਨਹੀਂ ਲੈਵਲ ਲਿਆ 2-4 ਇੰਚ 6 ਇੰਚ 8 ਇੰਚ ਜਿਨ੍ਹਾਂ ਦਾ ਗੱਦਾ ਹੋਏਗਾ ਉਹਨਾਂ ਨੂੰ ਗੱਦੇ 'ਤੇ ਪਾਇਆ ਆਪ ਥੱਲੇ ਲੈ ਗਏ ਆਖੋ ਸਤਨਾਮ ਲਿਆ ਲੈਵਲ ਪਿਓ ਨੇ ਤੁਹਾਨੂੰ ਕਰੋੜਾਂ ਪਤੀ ਵਾਹਿਗੁਰੂ ਬਣਾ ਦੇ ਕਰੋੜਾਂ ਤੋਂ ਅਰਬਾਂ 'ਚ ਪਹੁੰਚ ਜਾਓ ਪਰ ਵੇਖਿਓ ਲੈਵਲ ਨਾ ਲਿਓ ਵੱਡੇ ਤੋਂ ਵੱਡਾ ਗੰਧਰਵ ਬਣਾ ਦੇ ਰਾਗੀ ਬਣਾ ਦੇ ਕੀਰਤਨੀਆਂ ਬਣਾ ਦੇ ਪਰ ਵੇਖਿਓ ਕਿਤੇ ਲੈਵਲ ਨਾ ਲਿਓ ਕਿਸੇ ਪੱਖ ਤੋਂ ਗੁਰੂ ਉੱਚਾ ਲੈ ਜੇ ਲੈਵਲ ਨਾ ਲਿਓ ਇਹ ਹੈ ਗੁਰੂ ਰਾਮਦਾਸ ਰੱਖੋ ਸਰਣਾਈ ਆ ਸਰਣਾਈ ਹੁਣ ਵੇਖੋ ਜੀ ਉੱਚਾ ਭਾਰ ਤਾਂ ਇਹ ਛੋਟੀ ਜਿਹੀ ਗੱਲ ਹੈ ਅਤੇ ਪਿਤਾ ਜੀ ਦਾ ਦਾੜਾ ਲੰਬਾ ਸੀ ਹੁਣ ਬਾਬਾ ਸ਼੍ਰੀ ਚੰਦ ਜੀ ਨੇ ਪਿਆਰ ਵਿੱਚ ਪੁੱਛ ਲਿਆ ਇੰਨਾ ਦਾੜਾ ਕਿਉਂ ਵਧਾਇਆ ਆਖੋ ਸਾਧਨਾ ਕਿਆ ਬਾਤ ਹੈ ਕਿਆ ਬਾਤ ਹੈ
ਮੈਂ ਕਹਿੰਦਾ ਗੁਰੂ ਰਾਮਦਾਸ ਸੱਚਿਆ ਪਾਤਸ਼ਾਹ ਅਸੀਂ ਦੋ ਪੈਸੇ ਵੀ ਚੱਲ ਪਈਏ ਤੁਹਾਡੇ ਮਗਰ ਗਰੀਬ ਨਿਵਾਜ ਮੰਜ਼ਿਲ ਤਾਂ ਵੀ ਮਿਲ ਜਾਏਗੀ ਆਪ ਦੇ ਸੰਪੂਰਨ। ਉਹ ਕਹਿੰਦੇ ਦਾੜਾ ਕਿਉਂ ਵਧਾਇਆ? ਉਹ ਦਾੜੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜਨ ਲੱਗ ਪਏ ਅਤੇ ਮੂੰਹ 'ਚੋਂ ਕੀ ਆਖਿਆ ਜੀ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਲਈ। ਹਾਏ ਹਾਏ ਗੱਜ ਕੇ ਆਖੋ ਸਾਹਿਬ ਲਿਆ ਲੈਵਲ ਗੱਦੀ 'ਤੇ ਹੈ। ਅੱਜ ਆਪਾਂ ਆ ਖੜਨਾ ਲੈਵਲ ਨਹੀਂ ਲੈਣਾ, ਇਹ ਜ਼ਿੰਦਗੀ ਸੇਵਾਦਾਰ ਬਣ ਕੇ ਬੀਤ ਜਾਏ। ਆਖੋ ਸਤਨਾਮ, ਦੂਸਰੇ ਪੱਖ 'ਚ ਨਾ ਬੀਤੇ, ਮੈਂ 'ਚ ਨਾ ਬੀਤੇ, ਫਿਰ ਭਾਵੇਂ ਤੁਸੀਂ ਹਜ਼ਾਰਾਂ ਸੰਸਥਾਵਾਂ 'ਚ ਲਾ ਲਓ, ਜੇ ਮੈਂ 'ਚ ਬੀਤ ਰਹੀ ਹੈ ਤਾਂ ਉਹ ਐਂ ਸਮਝ ਲੈਣਾ ਖਾਲੀ ਆਵਾਂਗੇ ਅਤੇ ਖਾਲੀ ਜਾਵਾਂਗੇ। ਲੈਵਲ ਨਹੀਂ ਲੈਣਾ। ਜਿਸ ਟਕਸਾਲ ਤੋਂ ਇਹ ਆਏ ਨੇ ਗਿਆਨੀ ਠਾਕਰ ਸਿੰਘ, ਇਸ ਟਕਸਾਲ ਵਿੱਚ ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਸੇਵਾ ਨਿਭਾਈ ਬਾਬਾ ਠਾਕਰ ਸਿੰਘ। ਇਹ ਗਿਆਨੀ ਠਾਕਰ ਸਿੰਘ, ਉਹ ਬਾਬਾ ਠਾਕਰ ਸਿੰਘ ਜੀ ਉਸ ਟਕਸਾਲ ਦੀ, ਔਰ ਬ੍ਰਹਮ ਗਿਆਨ ਨੂੰ ਪਹੁੰਚੀ ਆਤਮਾ ਸੀ। ਹੁਣ ਉਹ ਚੋਲਾ ਬਦਲ ਚੁੱਕੇ ਬਾਬਾ ਠਾਕਰ, ਦਾਸ ਨੂੰ ਬਹੁਤ ਪਿਆਰ ਕਰਦੇ, ਪੂਰੀ ਬੰਦਗੀ ਵਾਲੀ ਰੂਹ ਸੀ। ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਉਹਨਾਂ ਨੇ ਫਿਰ ਦਮਦਮੀ ਟਕਸਾਲ ਦਾ ਕੰਟਰੋਲ ਸੰਭਾਲਿਆ, ਸੇਵਾ ਸੰਭਾਲੀ। ਸਾਢੇ ਤਿੰਨ ਚਾਰ ਦਾ ਸਮਾਂ ਸੀ ਅੰਮ੍ਰਿਤ ਵੇਲੇ ਦਾ, ਦਰਬਾਰ ਸਾਹਿਬ ਉੱਤੇ ਬਾਰੀਆਂ 'ਚ, ਜਿਹੜੀ ਬਾਰੀਆਂ ਨਾ ਉੱਤੇ ਦਰਬਾਰ ਸਾਹਿਬ, ਥੱਲੇ ਕੀਰਤਨ ਚੱਲ ਰਿਹਾ ਅਤੇ ਚੌਂਕੜਾ ਮਾਰ ਕੇ ਆਪਣਾ ਜੁੜੇ ਪਏ ਆ। ਉਧਰੋਂ ਫਿਰ ਮਹਾਰਾਜ ਦਾ ਸਰੂਪ ਆ ਗਿਆ, ਜਿੰਨੇ ਵਜੇ ਆਉਂਦਾ ਸਾਢੇ ਚਾਰ ਪੌਣੇ, ਸਾਡੇ ਜਥੇ ਦਾ ਮੁੰਡਾ ਪੰਜ ਪਿਆਰਾਂ 'ਚ ਸ਼ਾਮਿਲ ਹੁੰਦਾ ਭਾਈ ਤੇਜਪਾਲ ਸਿੰਘ, ਉਹ ਵੀ ਉੱਥੇ ਦਰਬਾਰ ਸਾਹਿਬ ਅੰਮ੍ਰਿਤ ਵੇਲੇ ਦਾ ਰਸ ਮਾਣਦੇ। ਪਤਾ ਨਹੀਂ ਕੀ ਮੋਜ ਆਈ, ਬਾਬਾ ਠਾਕਰ ਸਿੰਘ ਜੀ ਹੁਣ ਚੋਲਾ ਬਦਲ ਗਏ, ਉਹਨੂੰ ਇਸ਼ਾਰਾ ਕਰਕੇ ਕਹਿੰਦੇ ਥੱਲੇ ਮਹਾਰਾਜ ਸਰੂਪ ਆਇਆ, ਅਸੀਂ ਥੱਲੇ ਚੱਲੇ ਹਾਂ, ਕਹਿੰਦੇ ਤੂੰ ਸਾਡੀ ਜਗ੍ਹਾ 'ਤੇ ਬਹਿ ਜਾ। ਆਖੋ ਸਾਤ, ਉਹ ਸਮਝ ਨਹੀਂ ਸਕਿਆ, ਕਹਿੰਦਾ ਨਹੀਂ ਬਾਬਾ ਜੀ ਨਹੀਂ, ਮੈਂ ਤੁਹਾਡੀ ਜਗ੍ਹਾ ਨਹੀਂ। ਪਤਾ ਨਹੀਂ ਕੀ ਮੋਜ ਆਈ, ਉਹਨੂੰ ਫਿਰ ਦੂਜੀ ਵਾਰੀ ਕਹਿੰਦੇ ਅਸੀਂ ਥੱਲੇ ਚੱਲੇ ਹਾਂ, ਸਰੂਪ ਆ ਗਿਆ ਜੀ ਆਇਆ ਕਹਿਣਾ ਦਰਸ਼ਨ, ਤੂੰ ਸਾਡੀ ਜਗ੍ਹਾ ਬਹਿ ਜਾ। ਉਹ ਤਾਂ ਵੀ ਨਾ ਸਮਝਿਆ, ਨਹੀਂ ਬਾਬਾ ਜੀ ਨਹੀਂ। ਹੁਣ ਬਾਬਾ ਜੀ ਤੀਜੀ ਵਾਰੀ ਕਹਿੰਦੇ ਅਸੀਂ ਥੱਲੇ ਚੱਲੇ ਹਾਂ, ਸਰੂਪ ਮਹਾਰਾਜ ਦੇ ਆ ਗਏ ਆ ਪਾਲਕੀ 'ਚ, ਤੂੰ ਸਾਡੀ, ਉਹਨੂੰ ਤੀਜੀ ਵਾਰੀ ਨਾ ਕਿਹਾ ਵੀ ਉਹ ਮੈਂ ਕਥਾ 'ਚ ਸੁਣਦਾ, ਮਹਾਂਪੁਰਸ਼ ਪਤਾ ਨਹੀਂ ਕੀ ਰਮਜ ਹੁੰਦੀ ਹੈ ਕਿਸੇ ਲਈ, ਕੀ ਹੁਣ ਮੈਂ ਦੋ ਵਾਰੀ ਇੰਜ ਕਿਹਾ ਤੇ ਉਹ ਨਾ ਕਰਾਂ। ਉਹ ਜਿਵੇਂ ਗੁਰੂ ਅਮਰਦਾਸ ਜੀ ਵੇਲੇ ਮਾਈ ਰੋਈ, ਮਹਾਰਾਜ ਕਹਿੰਦੇ ਵੀ ਸਾਡੀ ਭਗਤੀ 'ਚ ਵਿਘਨ ਪੈ ਰਿਹਾ, ਵੀ ਕਿਉਂ ਐਡੀ ਆਵਾਜ਼ ਆ ਰਹੀ? ਕਹਿੰਦੇ ਜੀ ਕਿਸੇ ਮਾਈ ਦਾ ਜਵਾਨ ਮੁੰਡਾ ਮਰ ਗਿਆ। ਕਹਿੰਦੇ ਮਾਈ ਨੂੰ ਚੁੱਪ ਕਰਾਓ ਅਤੇ ਅੱਜ ਤੋਂ ਬਾਅਦ ਗੋਇੰਦਵਾਲ ਕਿਸੇ ਮਾਂ ਦਾ ਜਵਾਨ ਮੁੰਡਾ ਨਹੀਂ ਮਰੇਗਾ। ਗੁਰੂ ਅਮਰਦਾਸ ਜੀ ਨੇ ਕਿਹਾ, ਉਹ ਕੋਲ ਸੇਵਾਦਾਰ ਸੀ, ਉਹਨੇ ਕਿਤੇ ਕਹਿਤਾ ਬਈ ਬਾਬਾ ਜੀ ਕਿੰਨਾ ਕੁ ਚਿਰ, ਸਤਿਗੁਰੂ ਕਿੰਨਾ ਕੁ ਚਿਰ? ਗੁਰੂ ਅਮਰਦਾਸ ਜੀ ਕਹਿੰਦੇ ਹੋਏ, ਤੂੰ ਵਿੱਚ ਅੜਾਉਣੀ ਡਾਤੀ, ਜੇ ਨਾ ਪੁੱਛਦਾ ਤਾਂ ਸਦਾ ਲਈ, ਹੁਣ ਪੁੱਛ ਲਿਆ ਤਾਂ ਜਦ ਤੱਕ ਅਸੀਂ ਸਰੀਰ ਵਿੱਚ। ਆਖੋ ਸਤਨਾਮ, ਇਹ ਬੜਾ ਸਿਸਟਮ ਨਾਲ ਚੱਲਣਾ ਪੈਂਦਾ ਮਹਾਂਪੁਰਸ਼ਾਂ ਅੱਗੇ, ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਬਈ ਉਹ ਪ੍ਰਸੰਨਤਾ ਹੀ ਮਿਲੇ। ਉਹ ਤੀਜੀ ਵਾਰੀ ਕਹਿੰਦਾ ਬਹਿ ਜਾ, ਅਸੀਂ ਥੱਲੇ ਚੱਲੇ ਹਾਂ, ਤੂੰ ਸਾਡੀ ਜਗ੍ਹਾ। ਉਹ ਕਹਿੰਦਾ ਵੀ ਹੁਣ ਦੋ ਵਾਰੀ ਮੈਂ ਇੱਥੇ ਕਹਿਤਾ ਅਤੇ ਕਿਤੇ ਉਹ ਨਾ ਹੋਵੇ ਬਈ ਕੁਝ ਕਿਆ ਰਮਜ ਹੈ। ਇਹ ਉਹਨੇ ਆਪ ਦੱਸਿਆ ਫਿਰ, ਕਹਿੰਦੇ ਵੀ ਮੈਂ ਕਿਹਾ ਜੀ ਸੱਤ ਬਚਨ। ਬਾਬਾ ਠਾਕਰ ਸਿੰਘ ਜੀ ਉੱਠੇ, ਉਹ ਥੱਲੇ ਗਏ, ਉਹ
ਕਹਿੰਦਾ ਬੈਠਣ ਦੀ ਦੇਰ ਸੀ ਅਤੇ ਸਤਸੰਗਤ ਨਾਮ ਚੱਲ ਪਿਆ, ਆਖੋ ਸਤਨਾਮ, ਕਿਉਂਕਿ ਇੱਕ ਭੇਜੀ ਬਖਸ਼ੀ ਆਤਮਾ ਉਹਦੇ ਅੰਮ੍ਰਿਤ ਹੁੰਦਾ ਹਰ ਜਗ੍ਹਾ 'ਤੇ, ਆਖੋ ਸਤਨਾਮ। ਮੈਂ ਇੱਕ ਗੱਲ ਕਰ ਰਿਹਾ, ਅੱਜ ਲਿਓ ਗੁਣ, ਇਹ ਬਾਬਾ ਠਾਕੁਰ ਸਿੰਘ ਬਹੁਤ ਕਮਾਈ ਵਾਲੇ ਮਹਾਂਪੁਰਸ਼, ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਉਹਨਾਂ ਸੇਵਾ ਨਿਭਾਈ, ਅਤੇ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ, ਲੈਵਲ ਨਹੀਂ ਲਿਆ। ਮਹਿਤੇ ਦਮਦਮੀ ਟਕਸਾਲ ਦਾ ਮੁੱਖ ਦਫ਼ਤਰ, ਮਹਿਤੇ ਜਿਹੜੀ ਵਿਦਿਆਰਥੀਆਂ ਦੀ ਪੰਗਤ ਲੱਗਦੀ ਸੀ ਸਵੇਰੇ ਪਹਿਲੀ, 150 ਦੇ ਕਰੀਬ ਵਿਦਿਆਰਥੀ ਉੱਥੇ, ਅਤੇ ਜਿਹੜੀ ਪਹਿਲੀ ਪੰਗਤ ਲੱਗਣੀ, ਬਾਬਾ ਠਾਕਰ ਸਿੰਘ ਜੀ ਨੇ ਥਾਲੀਆਂ ਆਪ ਵਰਤਾਉਣੀਆਂ, ਆਖੋ ਸਾਧਨਾ, ਪ੍ਰਸ਼ਾਦਾ ਆਪ, ਦੁੱਧ ਆਪ, ਗਰਮ ਜਲ ਆਪ, ਜੋ ਕੋਈ ਸਬਜ਼ੀ ਆਪ, ਜਲ ਆਪ। ਹੁਣ ਉਹ ਗੱਲ ਲਫ਼ਜ਼ ਮੇਰੇ ਕੋਲ ਨਹੀਂ ਬੋਲੇ ਜਾਂਦੇ, ਜੂਠੇ ਬਰਤਨ ਵੀ ਆਪ, ਆਖੋ ਸਾਧਨਾ। ਵਿਦਿਆਰਥੀ ਦੇ ਬਰਤਨ ਮਹਾਂਪੁਰ ਚੁੱਕ ਰਿਹਾ ਕੀ? ਹੁਣ ਕਿਸੇ ਨੇ ਕਹਿਤਾ, ਕਿਸੇ ਕਹਿਤਾ ਵੀ ਬਾਬਾ ਜੀ ਵੀ ਵਿਦਿਆਰਥੀ ਤੁਹਾਡੀ ਸੇਵਾ ਕਰਨ, ਵੀ ਤੁਸੀਂ ਉਹਨਾਂ ਦੇ ਬਰਤਨ ਚੁੱਕੋ, ਤੁਸੀਂ ਉਹਨਾਂ ਨੂੰ ਪੰਗਤ ਲਾ ਕੇ ਪ੍ਰਸ਼ਾਦਾ, ਸਵੇਰੇ ਪਹਿਲੀ ਪੰਗਤ, ਬੜੇ ਪੋਲਾ ਜਿਹਾ ਕਹਿੰਦੇ, ਕਹਿੰਦੇ ਦਿਨੇ ਉਹ ਹੀ ਕਰਦੇ ਆ, ਆਖੋ ਸਤਨਾਮ। ਦੁਪਹਿਰੇ ਰਾਤ ਦਾ ਫਿਰ ਉਹ ਵਿਦਿਆਰਥੀ ਹੀ ਛਕਾਉਂਦੇ ਆ। ਮੈਂ ਸਿਰਫ ਆ ਨੀਵਾਂ ਰਹੇ, ਆ ਸਵੇਰ ਦਾ ਮਾੜਾ ਜਿਹਾ ਰੱਖਿਆ, ਆ ਨੀਵਾਂ ਰਹੇ, ਕੋਈ ਸ਼ੇਰ ਨਾ ਬਣ ਜਾਏ, ਆਖੋ ਸਤਨਾਮ। ਗੁਰੂ ਰਾਮਦਾਸ ਦੇ ਪੂਰਨੇ ਹੈ, ਗੁਰਗੱਦੀ 'ਤੇ ਬਿਰਾਜਮਾਨ ਨੇ, ਲੈਵਲ ਨਹੀਂ ਲਿਆ। ਆ ਗੁਰਪੁਰਬ ਮਨਾਉਣਾ, ਬਾਬਾ ਠਾਕਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਮਹਾਂਪੁਰ ਜੋ ਹੁਣ ਚੋਲਾ ਬਦਲ ਗਏ, ਕਹਿੰਦੇ ਮੈਂ ਦਿਨੇ ਉਹੀ ਕਰਦੇ ਆ, ਆ ਸਵੇਰੇ ਥੋੜ੍ਹਾ ਰੱਖਿਆ ਨਹੀਂ ਮਾਰੇ। ਉਹ ਜਿਹਨੇ ਬੇਨਤੀ ਕੀਤੀ ਉਹਨੇ ਕਹਿਤਾ, ਕਹਿੰਦਾ ਨਹੀਂ ਜੀ, ਸਵੇਰੇ ਵੀ ਉਹ ਹੀ ਕਰਨ, ਸਵੇਰੇ ਵੀ ਵਿਦਿਆਰਥੀ ਛਕਾਉਣ, ਤੁਹਾਨੂੰ ਤੁਸੀਂ ਕਿਉਂ ਵਿਦਿਆਰਥੀਆਂ ਦੀ? ਅਤੇ ਅੱਗੋਂ ਫਿਰ ਕੀ ਕਹਿੰਦੇ, ਕਹਿੰਦੇ ਭੋਲਿਆ, ਜੇ ਮੈਂ ਵਿਦਿਆਰਥੀਆਂ ਨੂੰ ਵਿਦਿਆਰਥੀ ਭਾਵੇਂ ਸੇਵਾ ਕਰ ਰਿਹਾ, ਲੰਗਰ ਛਕਾ ਰਿਹਾ, ਬਰਤਨ ਚੱਕ ਰਿਹਾ, ਪਰ ਉਹ ਛਕਾਉਣ ਵੇਲੇ ਵੀ ਜੇ ਮੇਰੀ ਭਾਵਨਾ ਬਣ ਗਈ ਨਾ, ਇਹ ਵਿਦਿਆਰਥੀ ਨੇ, ਮੈਂ ਇਹਨਾਂ ਨੂੰ ਛਕਾ ਰਿਹਾ, ਓਏ ਭੋਲਿਆ, ਜਦੋਂ ਵਿਦਿਆਰਥੀਆਂ ਨੂੰ ਲੰਗਰ ਮੈਂ ਛਕਾਉਂਦਾ ਅਤੇ ਇਹ ਭਾਵਨਾ ਨਹੀਂ ਬਣਾਉਂਦਾ ਵਿਦਿਆਰਥੀਆਂ ਨੂੰ ਛਕਾ ਰਿਹਾ, ਇਹ ਭਾਵਨਾ ਬਣਾਉਂਦਾ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੂੰ ਛਕਾ ਰਿਹਾ, ਆਖੋ ਸਤਨਾਮ। ਇਹ ਚੀਜ਼ਾਂ ਨੂੰ ਸਮਝਣਾ, ਕਿਤੋਂ ਨਹੀਂ ਲੱਭਣਗੀਆਂ ਬਹੁਤੀਆਂ। ਆ ਹੈ ਗੁਰੂ ਰਾਮਦਾਸ, ਰਾਖੋ ਸੁਰਨਾਈ, ਲੈਵਲ ਨਾ ਲਾਓ। ਦੂਜਾ ਸੁਣ ਲਓ, ਮਨੀ ਕਰਨ ਵਾਲੇ ਮਹਾਂਪੁਰਸ਼ ਬਾਬਾ ਹਰਿ ਨਰਾਇਣ ਜੀ, ਉਹ ਵੀ ਹੁਣ ਚੋਲਾ ਬਦਲ ਗਏ, ਉਹਨਾਂ ਦੀ ਬੱਚੀ ਦੇਵਾ ਜੀ ਜਿਹੜੀ ਉੱਥੇ ਸੇਵਾ, ਮੈਂ ਹੈਰਾਨ ਹੋ ਗਿਆ ਉਹ ਵੇਖ ਕੇ। ਮਨੀ ਕਰਨ ਵਾਲੇ ਮਹਾਂਪੁਰਸ਼ ਬਾਬਾ ਹਰਿ ਨਰਾਇਣ ਜੀ, ਹਾਏ ਹਾਏ ਹਾਏ, ਸਵੇਰੇ ਉੱਠਣਾ ਜੋ ਵੀ 12:30, 1 ਇਹਦੇ ਲਾਗੇ ਜਾ ਕੇ, ਹੁਣ ਤੁਸੀਂ ਉੱਠ ਕੇ ਜਾਂਦੇ ਹੋ ਨਾ ਜੰਗਲ ਪਾਣੀ, ਫਿਰ ਇਸ਼ਨਾਨ ਕਰਦੇ ਹੋ, ਅਤੇ ਬਾਬਾ ਹਰਿ ਨਰਾਇਣ ਜੀ ਨੇ ਉੱਠਣ ਤੋਂ ਬਾਅਦ ਇਸ਼ਨਾਨ ਨਹੀਂ ਕਰਨਾ, ਇਸ਼ਨਾਨ ਤੋਂ ਪਹਿਲਾਂ ਸਾਰੀਆਂ ਫਲਸ਼ਾਂ ਆਪ ਸਾਫ ਕਰਨੀਆਂ ਸੰਗਤ ਦੀਆਂ, ਆਖੋ ਸਤਨਾਮ। ਜਿੰਨੀਆਂ ਉਸ ਵੇਲੇ ਫਲਸ਼ਾਂ ਸੀ 15-20, ਆਪ ਹੱਥੀ ਧੋਣੀਆਂ, ਹੱਥੀ ਪਾਣੀ ਮਾਰਨਾ, ਹੱਥੀ ਬੁੱਕਰ, ਹੱਥੀ ਉਹਨਾਂ ਨੂੰ ਕਰੀ ਸਾਰੀ ਸਾਫ ਕਰਨਾ ਸਵੇਰੇ ਉੱਠ ਕੇ, ਉਸ ਤੋਂ ਬਾਅਦ ਇਸ਼ਨਾਨ ਸੁਚਮਤਾ ਨਾਲ, ਫਿਰ ਆਪਣੇ ਜੋ ਭਗਤੀ ਵਿੱਚ, ਇਹਨੂੰ ਕੀ ਕਹੋਗੇ? ਇਹ ਦਾਸ ਬੋਲ ਰਿਹਾ, ਇਹ ਗੱਲਾਂ ਨਹੀਂ,
ਬਾਬਾ ਠਾਕਰ ਸਿੰਘ ਜੀ ਦੀ ਲੰਗਰ ਵਰਤਾਉਂਦਿਆਂ ਦੀ ਵੀਡੀਓ ਹੈ ਮੇਰੇ ਕੋਲ। ਬਾਬਾ ਹਰੀ ਨਾਰਾਇਣ ਜੀ ਜਿਹੜੇ ਮਨੀ ਕਰਨ ਵਾਲੇ ਫਲਸ਼ਾਂ ਆਪ ਧੋਂਦੇ ਸੀ ਸਵੇਰੇ ਇਸ਼ਨਾਨ ਤੋਂ ਪਹਿਲਾਂ, ਉਹ ਰੁਟੀਨ ਅੱਜ ਉਹਨਾਂ ਦੀ ਬੇਟੀ ਕਰ ਰਹੀ। ਆਖੋ ਸਤਨਾਮ ਦੇਵਾ ਜੀ, ਸਿੱਖੀ ਤਿਆ ਹੈ, ਸਿੱਖੀ ਤਿਆ ਹੈ ਜਿਹੜੀ ਸਾਡੇ ਗੁਰੂ ਰਾਮਦਾਸ ਨੇ ਪੂਰਨੇ ਪਾਏ ਹੈ। ਵੀ ਇੱਕ ਮਹਾਂਪੁਰਸ਼ ਹੋਵੇ, ਐਡਾ ਸਥਾਨ ਦਾ ਮੁਖੀ ਹੋਵੇ, ਤੇ ਦੱਸੋ ਜੀ ਉਹਦੇ ਵੈਸੇ ਪੈਰ ਨਹੀਂ ਲੱਗਦੇ। ਪਰ ਆਹ ਜਿਹਨੂੰ ਗੁਰੂ ਰਾਮਦਾਸ ਦੇ ਪੂਰਨੇ ਪਤਾ ਹੋਣ, ਤੇ ਉੱਥੇ ਰੰਗ ਹੀ ਵੱਖਰਾ ਹੈ, ਆਖੋ ਸਤਨਾਮ, ਉੱਥੇ ਨਸ਼ਾ ਹੀ ਵੱਖਰਾ। ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਤੁਹਾਡੀ ਲਾਈਫ 'ਚ। ਇਹ ਤੁਹਾਡੇ ਦਿੱਲੀ ਦਾ ਵਾਕਿਆ, ਸੀਸਗੰਜ ਸਾਹਿਬ ਤੁਹਾਡੇ ਦਿੱਲੀ ਦਾ ਬੰਦਾ, ਜਿਹਦੇ ਕੋਲ ਸਕੂਟਰ ਸੀ, ਉਹ ਵੀ 2-3 ਸਾਲ ਚੱਲਿਆ ਹੋਇਆ, 4 ਸਾਲ, ਤਕਰੀਬਨ 1.5 ਘੰਟਾ ਸੀਸਗੰਜ ਸਾਹਿਬ ਜੋੜੇ ਪਾਲਿਸ਼ ਕਰਦਾ ਸੀ, ਵਾਹਿਗੁਰੂ ਵਾਹਿਗੁਰੂ ਜਪਦੇ, ਆਖੋ ਸਤਨਾਮ, ਪਾਲਿਸ਼ ਕਰਨੇ, ਘਰੋਂ ਲੈ ਕੇ ਆਉਣਾ ਸਮਾਨ, ਫਿਰ ਉੱਥੇ ਨਾ ਮਿਲੇ, 1.5 ਘੰਟਾ ਜੋੜੇ। ਉਹ ਕਿਤੇ ਹੋ ਗਏ ਹੋਣੇ ਦਿਆਲੂ ਗੁਰੂ ਤੇਗ ਬਹਾਦਰ, ਮਾਰਤਾ ਹੋਣਾ ਉਹਨਾਂ ਦੀ ਉਂਗਲ ਦਾ ਇਸ਼ਾਰਾ ਹੀ ਚਾਹੀਦਾ ਉਹਨਾਂ ਦਾ, ਆਖੋ ਸਤਨਾਮ। ਹੁਣ ਕੀੜਾ ਥਾਪ ਦੇਵੇ ਪਾਤਸ਼ਾਹੀ, ਉਹਦੇ ਲਈ ਵੱਡੀ ਗੱਲ ਨਹੀਂ ਹੁੰਦੀ, ਸਾਡੇ ਲਈ ਵੱਡੇ ਮਸਲੇ ਆ। ਉਹਦਾ ਐਂ ਹੀ ਚਾਹੀਦਾ ਇਸ਼ਾਰਾ ਹੀ, ਕਿਤੇ ਹੋ ਗਈ, ਬਾਬਾ ਜੀ ਆ ਗਏ ਹੋਣੇ ਤਰਸ 'ਚ, ਉਹ ਕੋਈ ਪਲਾਟ ਪਿਆ ਸੀ, ਨਿਕਲਦਾ ਨਹੀਂ ਪਿਆ ਸੀ, ਝਗੜਾ ਝੋਗੜਾ ਰਿਸ਼ਤੇਦਾਰੀ, ਉਹ ਝਗੜਾ ਮੁੱਕ ਗਿਆ, ਪਲਾਟ ਜਿਹੜਾ ਜੀ ਉਹ ਵਿਕ ਗਿਆ 2.5-3 ਕਰੋੜ ਦਾ ਤੁਹਾਡੇ ਦਿੱਲੀ 'ਚ, ਅਤੇ ਮੁੜ ਕੇ ਕਿਰਪਾ ਇਹੋ ਜਿਹੀ ਹੋ ਗਈ ਵੀ 25 ਲੱਖ ਦੀ ਗੱਡੀ ਲੈ ਲਈ, ਆਖੋ ਸਤਨਾਮ, ਕਿੱਥੇ ਸਕੂਟਰ, ਰੋਜ਼ 1.5 ਘੰਟਾ ਸੇਵਾ ਕਰਨੀ, ਕਿੱਥੇ ਹੁਣ 25 ਲੱਖ ਦੀ ਗੱਡੀ। ਹੁਣ ਗੁਰੂ ਨੇ ਵੇਖਣਾ ਵੀ ਹੁਣ 25 ਲੱਖ ਦੀ ਗੱਡੀ ਹੁਣ ਕਿਤੇ ਲੈਵਲ 'ਤੇ ਨਹੀਂ ਲੈ ਲਿਆ, ਆਖੋ ਸਤਨਾਮ, ਵੀ ਹੁਣ ਬਈ ਹੁਣ ਗੱਡੀਆਂ ਵਾਲੇ ਹੋ ਗਏ ਹਾਂ, ਹੁਣ ਥੋੜ੍ਹੀ ਜੋੜੇ ਪਾਲਿਸ਼ ਕਰਨੇ, ਆਖੋ ਸਤਨਾਮ। ਹੁਣ ਪਰ ਮੈਂ ਉਹ ਬੰਦੇ ਦੀ ਦਾਤ ਦੇਣਾ, 25 ਲੱਖ ਦੀ ਗੱਡੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ, ਪਰ 25 ਲੱਖ ਦੀ ਗੱਡੀ 'ਚ ਆਉਣਾ ਸੀਸਗੰਜ ਸਾਹਿਬ, ਗੱਡੀ ਪਾਰਕਿੰਗ 'ਚ ਲਾਉਣੀ, ਅਤੇ ਬਾਹਰ ਜਦੋਂ ਗੱਡੀ 'ਚੋਂ ਨਿਕਲਣਾ ਅਤੇ ਹੱਥ ਵਿੱਚ ਇੰਜ ਬੈਗ ਹੋਣਾ, ਉਸ ਬੈਗ ਵਿੱਚ ਕੋਈ ਦੁਕਾਨ ਦੀਆਂ ਚਾਬੀਆਂ ਨਹੀਂ, ਉਹ ਬੈਗ ਵਿੱਚ ਕੋਈ ਰਸੀਦ ਬੁੱਕ ਨਹੀਂ, ਕੋਈ ਬਿੱਲ ਬੁੱਕ ਨਹੀਂ ਦੁਕਾਨ ਦੀ, ਉਸ ਬੈਗ ਦੇ ਵਿੱਚ ਕੋਈ ਬਿੱਲ ਬੁੱਲ ਨਹੀਂ ਵੀ ਦੁਕਾਨ ਦੇ ਵੀ ਉਹ ਨਾਲ ਕਾਰ 'ਚੋਂ ਲੈ ਲਿਆ, ਉਹ ਬੈਗ ਵਿੱਚ ਕੀ ਪਾਲਿਸ਼ ਦੀਆਂ ਡੱਬੀਆਂ ਅਤੇ ਬੁਰਸ਼ ਅਤੇ ਨਿੱਕੀਆਂ ਖੁਰਪੀਆਂ, ਕਿ ਮੈਂ ਉਸੇ ਤਰ੍ਹਾਂ ਜਿਹੜੀ 1.5 ਘੰਟਾ ਸੇਵਾ ਭਾਵੇਂ ਗੱਡੀ ਦੇ ਦਿੱਤੀ ਹੈ, ਪਰ ਗੁਰੂ ਤੇਗ ਬਹਾਦਰ ਮੈਂ ਤੇਰੀਆਂ ਸੰਗਤਾਂ ਦੇ ਜੋੜੇ ਝੜਨ ਵਾਲਾ ਹੀ। ਆ ਸਿੱਖੀ ਹੈ, ਗੁਰੂ ਰਾਮਦਾਸ ਰੱਖੋ, ਆਹ ਜਿਹੜਾ ਮੰਗ ਰਹੇ ਹੋ ਨਾ ਰੱਖੋ, ਆਹ ਮੰਗੋ ਕਿ ਜੋ ਆਪ ਜੀ ਨੇ ਪੂਰਨੇ ਪਾਏ, ਲੈਵਲ ਨਹੀਂ ਲਿਆ, ਨਹੀਂ ਛੋਟੀ ਜਿਹੀ ਗੱਲ ਹੈ, ਬਾਬਾ ਆਪ ਮਾਲਕ ਹੋਵੇ ਗੁਰੂ ਨਾਨਕ ਦੀ ਗੱਦੀ ਦਾ, ਪਰ ਆਪ ਲੈਣ ਜਾਣ ਬਾਬਾ ਸ਼੍ਰੀ ਚੰਦ, ਆਖੋ ਸਤਨਾਮ। ਅਤੇ ਇੱਕ ਪੱਖ ਹੋਰ ਸੁਣ ਲਓ ਫਿਰ ਸਮਾਪਤੀ ਹੈ, ਗੁਰੂ ਰਾਮਦਾਸ ਰੱਖੋ ਸਰਨਾਈ ਉਹ ਕੀ, ਗੁਰੂ ਰਾਮਦਾਸ ਜੀ ਨੇ ਕਰਕੇ ਵਿਖਾਇਆ। ਕਈ ਕਹਿੰਦੇ ਨਾ ਸੁਰਤੀ ਨਾਲ, ਕਿਉਂਕਿ ਤੁਹਾਡੇ ਇੱਥੋਂ ਦਾ ਸਾਰਿਆਂ ਦਾ ਬੜਾ ਪਿਆਰ ਹੈ, ਬਾਬਾ ਨੰਦ ਸਿੰਘ ਜੀ ਨਾਲ ਵੀ, ਆਖੋ ਸਤਨਾਮ, ਬਾਬਾ ਜੀ ਭੋਗ ਲਵਾਉਂਦੇ, ਉਹ ਕਹਿੰਦੇ ਜੇ ਘਰਾਂ 'ਚ ਪ੍ਰਕਾਸ਼ ਭੋਗ ਲਵਾਓ, ਉਹ ਫਿਰ ਕਈ ਕਿੰਤੂ ਵੀ ਕਰਦੇ। ਸੁਣ ਲਓ, ਗੁਰੂ ਰਾਮਦਾਸ ਨੇ ਕਰਕੇ ਵਿਖਾਇਆ, ਪੁਰਖਾ ਉਰਿਆ ਸਤਿਵਚਨ ਗੋਇੰਦਵਾਲ, ਲਾਹੌਰ ਜਾਣਾ ਤਰੀਕ ਹੈ, ਆਖੋ ਸਤਨਾਮ। ਵੇਖੋ ਗੁਰੂ 'ਤੇ ਵੀ ਤਰੀਕਾਂ ਪੈਂਦੀਆਂ, ਆਪ ਜੀ ਦਾ ਹੁਕਮ ਜੀ ਸਤਿਵਚਨ, ਪਰ ਮਹਾਰਾਜ ਮੈਂ ਤਾਂ ਪੜ੍ਹਿਆ ਲਿਖਿਆ ਹੀ ਨਹੀਂ, ਮੈਂ ਉਹਨਾਂ ਪੰਡਤਾਂ ਨੇ ਕੋਈ ਪਾਇਆ ਸੀ ਕੇਸ ਵੀ ਇਹ ਇਹਨਾਂ ਦਾ ਮੂਲ ਮੰਤਰ ਇੰਜ, ਇਹਨਾਂ ਦਾ ਆ ਇੰਜ, ਇਹਨਾਂ ਦਾ ਆ ਇੰਜ, ਮਹਾਰਾਜ ਮੈਂ ਉਹ ਪੰਡਤ ਜਿਹੜੇ ਵੇਦ ਪੜ੍ਹੇ ਹੋਏ
ਮੈਂ ਉਹਨਾਂ ਦਾ ਕੀ ਜਵਾਬ ਦਿਆਂਗਾ? ਭਾਈ ਜੇਠਾ ਜੀ ਕਹਿੰਦੇ, ਅਤੇ ਗੁਰੂ ਅਮਰਦਾਸ ਜੀ ਅੱਗੋਂ ਕੀ ਕਹਿੰਦੇ, ਕਹਿੰਦੇ ਜੇਠਾ ਜੀ ਜਦੋਂ ਕਚਹਿਰੀ ਸ਼ੁਰੂ ਹੋਏਗੀ ਨਾ, ਇਹ ਸੁਣਿਓ ਜ਼ਰਾ, ਜਦੋਂ ਕਚਹਿਰੀ ਸ਼ੁਰੂ ਹੋਏਗੀ ਤਾਂ ਮੰਗਲਾਚਰਨ ਕਰਕੇ, ਮੰਗਲਾਚਰਨ ਸਮਝਦੇ ਹੋ, ਅੱਜ ਕਿਉਂ ਕਰ ਤੋਂ ਨਾਨਕ ਹੋਸੀ ਵੀ ਸੱਚ ਪੜ੍ਹ ਲਓ ਇਹ ਮੰਗਲਾਚਰਨ ਹੈ, ਗੁਰਪ੍ਰਸਾਦ ਤੱਕ ਪੜ੍ਹ ਲਓ ਮੰਗਲਾਚਰਨ, ਇੱਕ ਓਂਕਾਰ ਸਤਿਗੁਰ ਪ੍ਰਸਾਦ ਕਹਿ ਦਿਓ, ਇਹ ਵੀ ਮੰਗਲਾ, ਇਹ ਸਾਰੇ ਮੰਗਲਾਚਰਨਾਂ ਦੇ ਆ। ਗੁਰੂ ਅਮਰਦਾਸ ਜੀ ਕਹਿੰਦੇ ਮੰਗਲਾਚਰਨ ਕਰਕੇ ਜਦੋਂ ਕਚਹਿਰੀ ਆਰੰਭ ਹੋਏਗੀ ਨਾ, ਮੰਗਲਾਚਰਨ ਕਰਕੇ ਅਰਦਾਸ ਕਰ ਦੇਣਾ, ਤੁਹਾਡੇ ਨਾਲ ਬਚਨ ਕਰਦੇ ਹਾਂ, ਤੁਹਾਡੇ ਸੱਜੇ ਬੰਨੇ ਖੜ੍ਹੇ ਹੋਵਾਂਗੇ। ਹਾਏ ਹਾਏ, ਆਖੋ ਸਤਨਾਮ, ਖੜ੍ਹੇ ਹੋਵਾਂਗੇ। ਉਹ ਫਿਰ ਜੋ ਸਵਾਲ ਪੁੱਛਣ ਬਸ ਉਹ ਜਵਾਬ ਤਾਂ ਪਿਤਾ ਜੀ ਦੇਈ ਜਾਣ, ਕੰਮ ਫਤਿਹ ਹੋ ਗਿਆ, ਕਿਰਪਾ ਹੋ ਗਈ। ਮਹਾਰਾਜ ਕਹਿੰਦੇ ਚਲੋ ਲਾਹੌਰ ਦਾ ਬਾਜ਼ਾਰ ਵੇਖ ਆਈਏ। ਹੁਣ ਲਾਹੌਰ ਦਾ ਬਾਜ਼ਾਰ ਵੇਖ ਰਹੇ ਅਤੇ ਇੱਕ ਦੁਕਾਨ 'ਤੇ ਨਾ ਕੁੜਤੇ ਵਿਕਦੇ ਪਏ, ਆਖੋ ਸਤਨਾਮ, ਕੁੜਤੇ ਲਾਹੌਰ ਦੇ ਬੜੇ ਮਸ਼ਹੂਰ ਨੇ, ਆਹ ਜਿਹੜੇ ਕੁੜਤੇ ਆਪਾਂ ਤਾਂ ਚਿੱਟੇ ਜਿਹੇ ਹੀ ਪਾਉਂਦੇ ਹਾਂ, ਆਹ ਕੁੜਤੇ ਬੜੇ ਸੀਂਦੀ ਨਵੇਂ ਨਵੇਂ ਆ ਬੈਠੇ ਪਏ, ਇਹ ਜਸਵਿੰਦਰ ਕੌਰ ਇਹਨਾਂ ਦੀ ਕਿਰਤੀ ਹੋਈ ਹੈ। ਆਖੋ ਸਤਨਾਮ, 150-200 ਬੰਦਾ ਕੱਪੜੇ ਸੀਣ ਵਾਲਾ ਹੀ ਰੱਖਿਆ ਇਹਨਾਂ ਨੇ, ਆਖੋ ਸਤਨਾਮ। ਬਾਹਰਲੇ ਮੁਲਕਾਂ ਨੂੰ ਡਿਜ਼ਾਇਨ ਭੇਜਦੇ ਆ ਅਲੱਗ ਅਲੱਗ। ਸਾਡੇ ਪਿਤਾ ਜੀ ਨੂੰ ਕੁੜਤਾ ਪਸੰਦ ਆ ਗਿਆ, ਕੁੜਤੇ ਲਾਹੌਰ ਦੇ ਮਸ਼ਹੂਰ ਬੜੇ ਹੁੰਦੇ ਆ, ਉਹ ਕੁੜਤਾ ਵੇਖਿਆ ਅਤੇ ਪਸੰਦ ਵੇਖੋ ਇਹ ਨਹੀਂ ਆਇਆ ਮੈਂ ਪਾਵਾਂ, ਕਹਿੰਦੇ ਆਹ ਕੁੜਤਾ ਗੁਰੂ ਅਮਰਦਾਸ ਜੀ ਪਾਉਣ ਤਾਂ ਕਿੰਨੇ ਸੋਹਣੇ ਲੱਗਣਗੇ। ਹਾਏ ਹਾਏ, ਆਖੋ ਸਤਨਾਮ, ਇਹ ਕੁੜਤਾ ਗੁਰੂ ਅਮਰਦਾਸ ਜੀ ਪਾਉਣ ਤਾਂ ਕਿੰਨੇ ਸੋਹਣੇ ਲੱਗਣਗੇ, ਆਹ ਪਿਆਰ। ਹਰੀ ਕੇ ਪੱਤਣ ਜਾਓ ਨਾ, ਉੱਥੇ 2-3 ਦਰੱਖਤਾਂ ਨੂੰ ਅੰਬੀਆਂ ਲੱਗੀਆਂ ਹੋਈਆਂ, ਕੋਈ ਥੱਲੇ ਡਿੱਗ ਵੀ ਪੈਂਦੀਆਂ, ਕੋਈ ਉੱਤੇ ਲੱਗੀਆਂ ਹੁੰਦੀਆਂ। ਬਾਬਾ ਕੁੰਦਨ ਸਿੰਘ ਜੀ ਨਾ, ਉਹ ਕਿਤੇ ਜਾਮ ਲੱਗਾ ਸੀ ਅਤੇ ਕਾਰਾਂ ਰੁਕ ਗਈਆਂ, ਹਰੀ ਕੇ ਪੱਤਣ ਅੰਮ੍ਰਿਤਸਰੋਂ ਆ ਰਹੇ ਸੀ, ਵਾਪਸ ਨਾਨਕਸਰ ਜਾ ਰਹੇ, ਉਹ ਟਹਿਲਣ ਲੱਗ ਪਏ ਸੇਵਾਦਾਰ ਨਾਲ, ਉਂਬੀਆਂ ਵੇਖੀਆਂ ਅਤੇ ਕਹਿੰਦੇ ਆਪਣਾ ਗੁਰਮੇਲ ਸਿੰਘ ਉਹਨਾਂ ਦੇ ਸੇਵਾਦਾਰ, ਕਹਿੰਦੇ ਗੁਰਮੇਲ 2-4-5 ਅੰਬੀਆਂ ਵੇਖ ਲਓ। ਉਹ ਕਹਿੰਦੇ ਬਾਬਾ ਜੀ ਅੰਬੀਆਂ ਕੀ ਕਰਨੀ ਹੈ? ਇੱਕ ਮਹਾਂਪੁਰਸ਼, ਕਹਿੰਦੇ ਚਟਨੀ ਬਣਾ ਕੇ ਸਤਿਗੁਰਾਂ ਨੂੰ ਭੋਗ ਲਵਾਵਾਂਗੇ। ਹਾਏ ਹਾਏ, ਆਖੋ ਸਤਨਾਮ, ਇੱਕ ਅੰਬੀਆਂ ਵੀ ਵੇਖੀਆਂ ਅਤੇ ਸੁਰਤੀ 'ਚ ਸਤਿਗੁਰੂ ਹੀ ਬੜੇ ਹੋਏ, ਗੁਰੂ ਗ੍ਰੰਥ ਸਾਹਿਬ ਗੁਰੂ ਹੀ ਬੜਿਆ ਹੋਇਆ, ਸਤਿਗੁਰਾਂ ਨੂੰ ਭੋਗ ਲਵਾਵਾਂਗੇ। ਇੱਕ ਕੁੜਤਾ ਵੀ ਵੇਖਿਆ ਅਤੇ ਸੁਰਤੀ 'ਚ ਗੁਰੂ ਅਮਰਦਾਸ ਹੀ ਹੈ, ਗੁਰੂ ਅਮਰਦਾਸ ਪਾਉਣ 'ਤੇ ਕਿੰਨਾ, ਅਤੇ ਉਹਨੂੰ ਪੁੱਛਿਆ ਦੁਕਾਨਦਾਰ ਨੂੰ ਆਹ ਕੁੜਤਾ ਕਿੰਨੇ ਦਾ, ਉਹਨੇ ਜੋ ਮੁੱਲ ਦੱਸਿਆ ਸਾਡੇ ਬਾਬਾ ਜੀ ਨੇ ਆਉਂ ਜੇਬ 'ਚ ਹੱਥ ਪਾਇਆ, ਉਨੀ ਮਾਇਆ ਨਹੀਂ ਜਿੰਨੇ ਦਾ ਕੁੜਤਾ। ਅਤੇ ਹੁਣ ਜਿਹੜੇ ਰੱਬ ਦੇ ਪਿਆਰੇ ਉਹ ਫਿਰ ਜਿਹੜੀ ਅੰਦਰ ਭਗਤੀ ਦਾ ਆਸਣ ਹੈ ਨਾ, ਉਹਦੇ 'ਚ ਹੋਮੇ ਤਾਂ ਨਹੀਂ ਪਰ ਫਿਰ ਵੀ ਉਹ ਬਹੁਤਾ ਕਿਸੇ ਅੱਗੇ ਰੀ ਵਾਲੀ ਗੱਲ ਨਹੀਂ ਹੁੰਦੀ ਉਹਨਾਂ ਦੀ, ਮਾਲਕ ਵੱਡਾ ਹੁੰਦਾ। ਹੁਣ ਕਹਿੰਦੇ ਮੈਂ ਤਾਂ ਤਰਲੇ ਕੱਢਾਂ, ਮੈਂ ਤਾਂ ਹੁਣ ਤਰਲੇ ਕੱਢਾਂ ਵੀ ਮੇਰੇ ਕੋਲ ਇੰਨੇ ਨਹੀਂ ਆ, ਭੇਜ ਦੂੰਗਾ, ਕਰ ਦੂੰਗਾ, ਕਰ ਦੂੰਗਾ। ਅਤੇ ਤੁਸੀਂ ਕਿਤੇ ਸ਼ੱਕ ਨਾ ਕਰਿਓ ਵੀ ਮਾਇਆ ਬਹੁਤੀ ਹੈ ਨਹੀਂ, ਅਤੇ ਉਹ ਵੀ ਬਾਣੀ 'ਚ ਲਿਖਿਆ ਪੱਲੇ ਕਦੀ ਨਾ ਬੰਨਦੇ ਪੰਛੀ ਅਤੇ ਦਰਵੇਸ਼, ਜਿੰਨਾ ਤਕਵਾ ਰੱਬ ਦਾ ਤਿੰਨਾ ਰਿਜਕ ਹਮੇਸ਼। ਆਖੋ ਸਤਨਾਮ, ਉਹਦੀ ਵਿੱਧ ਆਪੇ ਬਣਾ ਦਿੰਦਾ ਉਹ। ਆ ਬਾਬਾ ਸੁਖਦੇਵ ਸਿੰਘ ਜੀ ਗੱਲ ਸੁਣਾਉਂਦੇ ਹੁੰਦੇ ਨਾ ਵੀ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਉੱਥੇ ਜਾਣਾ ਕਿਤੇ ਸੀ ਕਿਹੜਾ ਰਮੇਸ਼ਵਰਮ, ਅਤੇ ਸਿਰਫ 1800 ਰੁਪਇਆ ਦਿੱਤਾ ਵੀ 1800 ਲੈ ਜਾ ਅਤੇ ਰਮੇਸ਼ਵਰਮ ਸੇਵਾ ਕਰਾਉਣੀ ਗੁਰਦੁਆਰੇ ਦੀ। ਆਖੋ ਸਤਨਾਮ, ਉਹ ਬੜੇ ਹੈਰਾਨ ਵੀ 1800 ਦਾ ਤੇਲ ਤਾਂ ਦਿੱਲੀ ਤੋਂ ਪਹਿਲੇ ਪਹਿਲੇ ਬਲ ਜਾਣਾ। ਆਖੋ ਸਤਨਾਮ, ਬਸ ਪੂਰੀ ਨਾਲ ਹੈ, ਪ੍ਰੇਮੀ ਨਾਲ ਹੈ, ਪਰ ਉਹ ਕਹਿੰਦੇ ਵੀ ਉਹ 1800 ਨਹੀਂ ਸੀ, ਉਹ ਬਰਕਤ ਸੀ। ਆਖੋ ਸਤਨਾਮ, ਤੁਰਿਆ ਗਿਆ ਤੁਰਿਆ ਗਿਆ, ਉੱਥੇ ਜਦੋਂ ਰਮੇਸ਼ਵਰਮ ਪਹੁੰਚੇ ਤੇ ਉੱਥੇ ਜਾ ਕੇ ਸਾਰਾ ਇਕੱਠ ਕੀਤਾ, ਕੋਈ ਮੰਤਰੀ ਆਇਆ, ਕੋਈ ਕੁਝ ਆਇਆ, ਅਤੇ ਬਾਬਾ ਜੀ ਕਹਿੰਦੇ ਵੀ ਸਾਨੂੰ ਹੁਕਮ ਨਹੀਂ, ਮਾਇਆ ਮੋਇਆ ਕੋਈ ਸੀ ਲੈਣੀ ਨਹੀਂ,
ਜਿਹਦਾ ਦਿਲ ਕਰਦਾ ਸੀਮਟ ਦਿਲਾ ਦਿਲ ਕਰਦਾ ਸਰੀਆ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਉਹਦੀ ਕਾਰ ਸੇਵਾ ਕਰਾਉਣੀ ਜਿਹਦਾ ਦਿਲ ਕਰਦਾ ਕੁਝ ਬੀਬੀਆਂ ਨੇ ਆਪਣਾ ਸੋਨਾ ਗਹਿਣਾ ਭਾਵ ਉਹ ਸਾਰਾ ਗੁਰਦੁਆਰਾ ਬਣ ਗਿਆ ਅਤੇ ਪਹਿਲੇ ਫੁਰਨਾ ਸੀ 1800 ਅਤੇ ਰਾਹ ਪਹੁੰਚਿਆ ਵੀ ਨਹੀਂ ਜਾਣਾ ਪਰ ਜਿੰਨਾ ਤਕਵਾ ਰੱਬ ਦਾ ਤਿੰਨਾ ਰਿਜਕ ਹਮੇਸ਼ ਆਖੋ ਸਤਨਾਮ ਉਹਨਾਂ ਦੀ ਵਿੱਧ ਆਪੇ ਬਣਾਉਂਦਾ ਹੁਣ ਉਹ ਬਾਬਾ ਜੀ ਕਹਿੰਦੇ ਵੀ ਅਸੀਂ ਪੱਲੇ ਵੀ ਨਹੀਂ ਬੰਨਦੇ ਵੀ ਬਹੁਤੇ ਰੱਖੇ ਵੀ ਨਹੀਂ ਹੋਏ ਗੁਰੂ ਭਾਈ ਜੇਠਾ ਜੀ ਕਹਿੰਦੇ ਅਤੇ ਕਹਿੰਦੇ ਇਹਦੇ ਤਰਲੇ ਵੀ ਨਹੀਂ ਕੱਢਣੇ ਉਹ ਦੁਕਾਨ ਦੇ ਕੇ ਖੜ੍ਹੇ ਖੜ੍ਹੇ ਕਹਿੰਦੇ ਆ ਕਹਿੰਦੇ ਕਰੀਏ ਕੀ ਵੀ ਕੁੜਤਾ ਵੀ ਵਧੀਆ ਅਤੇ ਸਾਡਾ ਦਿਲ ਕਰਦਾ ਗੁਰੂ ਅਮਰਦਾਸ ਜੀ ਪਹਿਨਣ ਇੰਨੀ ਮਾਇਆ ਨਹੀਂ ਖਰੀਦ ਸਕੀ ਤਰਲੇ ਵੀ ਨਹੀਂ ਕੱਢਣੇ ਪਾਇਆ ਵੀ ਨਹੀਂ ਅਤੇ ਖੜ੍ਹੇ ਖੜ੍ਹੇ ਦੁਕਾਨ 'ਤੇ ਕਹਿੰਦੇ ਚੱਲ ਕੋਈ ਨਹੀਂ ਜੇ ਨਹੀਂ ਖਰੀਦਿਆ ਜਾ ਸਕਦਾ ਆਪਾਂ ਸੁਰਤੀ ਨਾਲ ਪਹਿਨਾ ਦਿੰਦੇ ਹਾਂ ਆਖੋ ਸਾਧਨਾ ਆ ਜਿਹੜੇ ਕਹਿੰਦੇ ਸੁਰਤੀ ਨਾਲ ਭੋ ਇਹ ਪ੍ਰਮਾਣ ਹੈ ਅੱਜ ਆ ਮੰਗਣਾ ਰੱਖੋ ਸਰ ਆਪਾਂ ਸੁਰਤੀ ਹੁਣ ਉੱਥੇ ਖੜ੍ਹੇ ਖੜ੍ਹੇ ਸੁਰਤੀ ਬਣਾ ਲਈ ਗੁਰੂ ਅਮਰਦਾਸ ਜੀ ਕੁੜਤਾ ਪਾ ਰਹੇ ਹੈ ਆਹ ਬਾਂਹ ਪਾਈ ਫਿਰ ਆਹ ਪਾਈ ਇਤਿਹਾਸ ਹੈ ਪੜ੍ਹ ਲਿਓ ਗੋਇੰਦਵਾਲ ਗੁਰੂ ਅਮਰਦਾਸ ਜੀ ਨਾ ਕਦੀ ਆਹ ਬਾਂਹ ਉੱਤੇ ਕਰਨ ਫਿਰ ਆਹ ਬਾਂਹ ਉੱਤੇ ਕਰਨ ਫਿਰ ਇੰਝ ਵੱਟ ਕੱਢਣ ਕੁੜਤੇ ਆਪਣੇ ਦੇ ਭਾਈ ਬੱਲੂ ਖੜ੍ਹਾ ਸੀ ਮਗਰ ਭਾਈ ਬੱਲੂ ਉਹ ਕਹਿਣ ਲੱਗਾ ਮਹਾਰਾਜ ਕੀ ਕਰ ਰਹੇ ਹੋ ਗੁਰੂ ਅਮਰਦਾਸ ਜੀ ਨੂੰ ਅੱਗੋਂ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਬੱਲੂ ਮੇਰਾ ਪਿਆਰਾ ਸਿੱਖ ਭਾਈ ਜੇਠਾ ਲਾਹੌਰ ਦੇ ਬਾਜ਼ਾਰ ਵਿੱਚ ਮੈਨੂੰ ਸੁਰਤੀ ਨਾਲ ਕੁੜਤਾ ਪਹਿਨਾ ਰਿਹਾ ਮੈਂ ਉਹਦੀ ਭਾਵਨਾ ਪੂਰੀ ਕਰ ਰਿਹਾ ਹਾਂ ਪਹੁੰਚਦਾ ਗੁਰੂ ਨੂੰ ਆਖੋ ਸਤਨਾਮ ਪਹੁੰਚਦਾ ਦੂਜਾ ਸੁਣ ਲਓ ਅਤੇ ਸਮਾਪਤੀ ਥੋੜ੍ਹੀ ਜਿਹੀ ਅੱਗੇ ਆਏ ਅਤੇ ਬੇਬਹਾਰਾ ਫਲ ਵਿਕ ਰਹੇ ਸੀ ਅੰਬ ਬਹੁਤੀ ਬਹਾਰ ਨਹੀਂ ਸੀ ਪਰ ਵਿਕ ਰਹੇ ਸੀ ਇੱਕ ਦੁਕਾਨ ਦਾ ਫਿਰ ਗੁਰੂ ਆ ਗਿਆ ਸੁਰਤੀ ਕਹਿੰਦੇ ਆਪਾਂ ਅੰਬ ਲੈ ਜਾਈਏ ਗੁਰੂ ਅਮਰਦਾਸ ਬੜੇ ਖੁਸ਼ ਹੋਣਗੇ ਆਖੋ ਸਤਨਾਮ ਵੀ ਅੰਬਾਂ ਦਾ ਮੌਸਮ ਨਹੀਂ ਅਤੇ ਗੁਰੂ ਅਮਰਦਾਸ ਜੀ ਨੂੰ ਛਕਾਵਾਂਗੇ ਅੰਬ ਲੈ ਲਈਏ ਉਹ ਅੰਬ ਲੈ ਲਿਆ ਜੀ ਚਾਜ ਵੱਡਾ ਸਾਰਾ ਅੰਬ ਲੈ ਲਿਆ ਅਤੇ ਬਈ ਗੁਰੂ ਅਮਰਦਾਸ ਜੀ ਨੂੰ ਛਕਾਵਾਂਗੇ ਥੋੜ੍ਹਾ ਮੌਸਮ ਉਸ ਤਰ੍ਹਾਂ ਦਾ ਸੀ ਗਰਮੀ ਦਾ ਹੁਣ ਉਦੋਂ ਗੱਡੀਆਂ ਗੁੱਡੀਆਂ 'ਤੇ ਆਇਆ ਨਹੀਂ ਜਹਾਜ਼ ਟ੍ਰੇਨਾਂ 'ਤੇ ਆਇਆ ਨਹੀਂ ਸੀ ਕੋਈ ਗੱਡੀਆਂ ਅਤੇ ਉਹ ਅੰਬ ਰਾਹ 'ਚ ਵਗਣਾ ਸ਼ੁਰੂ ਹੋ ਗਿਆ ਆਖੋ ਸਾਧਨਾ ਅੰਬ ਜਿਹੜਾ ਜੀ ਬਹੁਤ ਪੋਲਾ ਹੋ ਗਿਆ ਅਤੇ ਰਾਹ 'ਚ ਵਗਣਾ ਮਹਾਰਾਜ ਕਹਿੰਦੇ ਕਰੀਏ ਕਿ ਅੰਬ ਪਹੁੰਚਣਾ ਨਹੀਂ ਆਖੋ ਸਾਧਨਾ ਅੰਬ ਵਗਣਾ ਸ਼ੁਰੂ ਹੋ ਗਿਆ ਇਹ ਪਹੁੰਚਣਾ ਨਹੀਂ ਅਤੇ ਫਿਰ ਕਹਿੰਦੇ ਚੱਲ ਕੋਈ ਨਹੀਂ ਪਹੁੰਚਦਾ ਨਾ ਪਹੁੰਚੇ ਆਪਾਂ ਸੁਰਤੀ ਨਾਲ ਚਪਾ ਦੇਣੇ ਆਖੋ ਸਾਧਨਾ ਛੱਲੜ ਲਾ ਲਿਆ ਅਤੇ ਸੁਰਤੀ ਬਣਾ ਲਈ ਗੁਰੂ ਅਮਰਦਾਸ ਮਹਾਰਾਜ ਅੰਬ ਚੂਪ ਰਹੇ ਹੈ ਜਿਹੜੇ ਕਹਿੰਦੇ ਨੇ ਭੋਗ ਨਹੀਂ ਲਵਾਉਣਾ ਚਾਹੀਦਾ ਸੁਣ ਲਓ ਸੁਰਤੀ ਬਣਾ ਲਈ ਗੁਰੂ ਅਮਰਦਾਸ ਅੰਬ ਚੂਪ ਰਹੇ ਹੈ ਇਤਿਹਾਸ ਹੈ ਪੜ੍ਹ ਲਿਓ ਗੋਇੰਦਵਾਲ ਗੁਰੂ ਅਮਰਦਾਸ ਬੈਠੇ ਬੈਠੇ ਕੀ ਕਹਿੰਦੇ ਕਹਿੰਦੇ ਅੰਬ ਬੜਾ ਮਿੱਠਾ ਆਖੋ ਸਤਨਾਮ ਓਏ ਅੰਬ ਬੜਾ ਮਿੱਠਾ ਅੰਬ ਬੜਾ ਸੁਆਦ ਹੈ ਅੱਗੋਂ ਭਾਈ ਬੱਲੂ ਕਹਿੰਦਾ ਮਹਾਰਾਜ ਅੰਬ ਕਿੱਥੇ ਹੈ ਕੀ ਕਹਿ ਰਹੇ ਹੋ ਅੱਗੋਂ ਗੁਰੂ ਅਮਰਦਾਸ ਕਹਿੰਦੇ ਲਾਹੌਰ ਤੋਂ ਖਰੀਦਿਆ ਹੋਇਆ ਅੰਬ ਮੇਰੇ ਸਿੱਖ ਨੇ ਪਿਆਰ ਨਾਲ ਉਹ ਰਸਤੇ 'ਚ ਵਗਣ ਲੱਗ ਪਿਆ ਉਹਨੇ ਸੁਰਤੀ ਬਣਾ ਲਈ ਹੈ ਸੁਰਤੀ ਅਤੇ ਸੁਰਤੀ ਨਾਲ ਸਾਨੂੰ ਚਪਾਉਂਦਾ ਪਿਆ ਅਤੇ ਸਾਨੂੰ ਪਹੁੰਚਦਾ ਪਿਆ ਕਿ ਜਕਾਰਾ ਛੱਡੋ ਪਿਆਰ ਨਾਲ ਇਹਦੇ ਤੋਂ ਪੱਖ ਲਓ ਕਿ ਸੁਰਤੀ ਦੀ ਹਾਜ਼ਰੀ ਵੀ ਤੁਹਾਡੀ ਪਹੁੰਚਦੀ ਹੈ ਆਖੋ ਸਾਧਨਾ ਜਿਹੜੇ ਬਾਬਾ ਜੀ ਦੇ ਸੰਗੀ ਹੈ ਨਾ ਉਹ ਘਰ 'ਚ ਭੋਗ ਲਾਉਂਦੇ ਹੈ ਹੁਣ ਤੁਹਾਡੇ ਘਰ ਪ੍ਰਸ਼ਾਦਾ ਬਣ ਗਿਆ ਨਾ ਜੋ ਸਬਜ਼ੀ ਜੋ ਤੁਸੀਂ ਪਿਆਜ਼ ਅਚਾਰ ਰੱਖਦਾ ਜਲ ਰੱਖਦਾ ਉਹ ਫਿਰ ਜਦੋਂ ਹਜ਼ੂਰੀ 'ਚ ਥਾਲ ਲਿਆਈਦਾ ਹੁਣ ਥਾਲ ਲਿਆ ਕੇ ਕੀ ਕਰਦੇ ਹਾਂ ਕਈਆਂ ਨੂੰ ਨਹੀਂ ਪਤਾ ਸੁਣ ਲਓ ਕਿਰਪਾਨ ਧੋ ਕੇ ਪਹਿਲੇ ਕਿਰਪਾਨ ਭੇਟ ਕਰੀਦੀ ਜੋ ਕੁਝ ਵੀ ਹੋਵੇ ਕਿਰਪਾਨ ਭੇਟ ਤੋਂ ਬਾਅਦ ਇੱਕ ਗੜਵੀ ਜਲ ਦੀ ਰੱਖੀ ਹੁੰਦੀ ਵਿੱਚ ਥਾਲੀ ਦੇ ਕੌਲੀ ਉੱਤੇ ਰੱਖੀ ਹੁੰਦੀ ਹੈ ਉਹ ਕੌਲੀ ਅੱਗੇ ਰੱਖ ਕੇ ਨਾ ਅਤੇ ਫਿਰ ਅਰਦਾਸ ਕਰੀਦੀ ਸਤਿਗੁਰੂ ਆ ਗਰੀਬ ਨੂੰ ਜੋ ਕੁਝ ਬਖਸ਼ਿਆ ਜੇ ਇਹ ਪ੍ਰਸ਼ਾਦੇ ਦਾ ਥਾਲ ਹਾਜ਼ਰ ਆਪ ਜੀ ਭੋਗ ਲਾਓ ਆਖੋ ਸਤਨਾਮ ਆਪ ਜੀ ਛਕੋ ਉਸ ਵੇਲੇ ਸੁਰਤੀ ਬਣ ਜਾਂਦੀ ਵੀ ਸਤਿਗੁਰੂ ਬਿਰਾਜਮਾਨ ਹੋ ਗਏ ਹੈ ਅਤੇ ਫਿਰ ਉਹ ਜਿਹੜੀ ਕੌਲੀ ਰੱਖੀ ਹੁੰਦੀ ਨਾ ਗੜਵੀ 'ਚੋਂ ਜਲ ਦੀ ਧਾਰ ਬਣਾਈ ਜਾਂਦੀ ਵੀ ਗੁਰੂ ਸਾਹਿਬ ਹੱਥ ਧੋ ਰਹੇ ਹੈ ਆਖੋ ਸਤਨਾਮ ਇਹ ਗੱਲਾਂ ਭਾਵੇਂ ਤੁਹਾਨੂੰ ਹੋਰ ਤਰ੍ਹਾਂ ਦੀਆਂ ਲੱਗਣਗੀਆਂ ਇਹ ਸੁਰਤੀ ਹੈ
ਇੰਨੀ ਕਮਾਈ ਨਹੀਂ ਬਾਬੇ ਆਨੰਦ ਸਿੰਘ ਮਾਨ ਅਤੇ ਪ੍ਰਤੱਖ ਪਰ ਤੇਰਾ ਸੁਰਤੀ ਵਾਲਾ ਵੀ ਪਹੁੰਚੇਗਾ ਗੁਰੂ ਰਾਮਦਾਸ ਨੇ ਪੂਰਨੇ ਪਾਏ ਆ ਉਹ ਸੁਰਤੀ ਬਣਾਈ ਦੀ ਜੀ ਅੱਤ ਹੋ ਰਹੇ ਆ ਫਿਰ ਤੋਲੀਆ ਹੁੰਦਾ ਛੋਟਾ ਪੱਕਾ ਰੱਖਿਆ ਜਿਹੜੇ ਸੰਗੀ ਨੇ ਨਾ ਉਹਨਾਂ ਨੇ ਪੱਕਾ ਤੋਲੀਆ ਫਿਰ ਉਹ ਤੋਲੀਆ ਅੱਗੇ ਕਰੀਦਾ ਵੀ ਭਾਵਨਾ ਹੁੰਦੀ ਆਦਤ ਪਹੁੰਚ ਰਹੇ ਉਸ ਤੋਂ ਬਾਅਦ ਫਿਰ ਉੱਤੇ ਜੋ ਵੀ ਰੁਮਾਲਾ ਪਿਆ ਹੁੰਦਾ ਆਪਣਾ ਉਹ ਕੱਪੜਾ ਉਹ ਪਾ ਕੇ ਫਿਰ ਕੰਮ ਬਾਹਰ ਆ ਜਾਈਦਾ ਮਾੜਾ ਬੂਹਾ ਇੰਜ ਕਰਕੇ ਅਤੇ ਇੱਕ ਜਪਜੀ ਸਾਹਿਬ ਦੀ ਹਾਜ਼ਰੀ ਭਾਵਨਾ ਬਣਾਈ ਜਾਂਦੀ ਸਤਿਗੁਰੂ ਅੰਦਰ ਛੱਕ ਰਹੇ ਆਖੋ ਸਤਨਾਮ ਦਰਸ਼ਨ ਨਹੀਂ ਹੋਏ ਪ੍ਰਤੱਖ ਇੰਨੀ ਨਹੀਂ ਕਮਾਈ ਸੁਰਤੀ ਉਹ ਬਣਾਈ ਹੈ ਸਿਰਫ ਸੁਰਤੀ ਉਹ ਮੇਰੀ ਪੋਤਰੀ ਹੈ ਜੀ 2.5-3 ਸਾਲਾਂ ਦੀ ਉਹ ਮੈਂ ਜਦੋਂ ਭੋਗ ਲਵਾਉਂਦਾ ਨਾ ਕੋਲ ਬਹਿ ਜਾਂਦੀ ਬਾਬਾ ਜੀ ਹੈਂਡ ਵਾਸ਼ ਕਰ ਰਹੇ ਹੈ ਆਖੋ ਮੈਨੂੰ ਕਹੇ ਕਿ ਬਾਬਾ ਜੀ ਹੈਂਡ ਵਾਸ਼ ਹਾਂ ਮੈਂ ਕਿਹਾ ਹੁਣ ਮੈਂ ਟੋਵਲ ਉਹ ਤੋਂ ਤੁਹਾਨੂੰ ਪਤਾ ਸਕੂਲਾਂ 'ਚ ਅੰਗਰੇਜ਼ੀ ਸਿੱਖਦੇ ਆ ਹੈਂਡ ਵਾਸ਼ ਅਤੇ ਫਿਰ ਮੈਂ ਕਿਹਾ ਹੁਣ ਟੋਵਲ ਅੱਗੇ ਕਰਨਾ ਬਾਬਾ ਜੀ ਟੋਵਲ ਕਰ ਰਹੇ ਹੈਗੇ ਹੁਣ ਹੈਂਡ ਵਾਸ਼ ਕਰ ਰਹੇ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਤੂੰ ਕੋਲ ਬੈਠਾ ਉਹ ਡੇਲੀ ਸਿੱਖ ਜਾਏਂਗੀ ਤੂੰ ਵੀ ਆਖੋ ਸਾਧਨਾ ਥੋੜ੍ਹੀ ਵੱਡੀ ਹੋਏਗੀ ਫਿਰ ਆਪਣਾ ਹੋ ਜਾਏਗਾ ਚੱਲ ਸਾਡੇ ਘਰਾਂ 'ਚ ਇੰਝ ਹੀ ਵੰਡਿਆ ਇੱਕ ਵੇਲੇ ਨੂੰਹ ਨੇ ਲਵਾ ਲਿਆ ਇੱਕ ਵੇਲੇ ਅਸੀਂ ਬਹੁਤੀ ਖੇਚਲ ਵੀ ਨਹੀਂ ਹੁੰਦੀ ਇੱਕ ਵੇਲੇ ਬੱਚੀ ਨੇ ਲਵਾ ਲਿਆ ਅਤੇ ਇਸ ਤਰ੍ਹਾਂ ਘਰਾਂ 'ਚ ਲਿਆਓ ਜਿਨ੍ਹਾਂ ਦੇ ਘਰਾਂ 'ਚ ਨਹੀਂ ਪ੍ਰਕਾਸ਼ ਆਸਣ ਬਣਾਓ ਸ਼ਸਤਰ ਦਾ ਆਸਣ ਲਾ ਲਓ ਆ ਮਾਤਾ ਸਾਹਿਬ ਗੁਰ ਦਾ ਵੀ ਦਿਹਾੜਾ ਮਨਾ ਰਹੇ ਹੋ ਗੁਰੂ ਗੋਬਿੰਦ ਸਿੰਘ ਨੇ ਸ਼ਸਤਰ ਦਿੱਤੇ ਸੀ ਮਾਤਾ ਜੀ ਨੂੰ ਨਿੱਜੀ ਕਿ ਜਾਓ ਸ਼ਸਤਰਾਂ ਦਾ ਆਸਣ ਲਾਇਓ ਅਤੇ ਸਵੇਰੇ ਇੰਝ ਹੀ ਨਿਤਨੇਮ ਕਰਕੇ 1-1.5 ਤੋਂ ਸਵੇਰ ਤੱਕ ਅਤੇ ਫਿਰ ਪੜਦਾ ਪਰੇ ਕਰਿਓ ਇੱਥੋਂ ਤੱਕ ਲਿਖਿਆ ਗੁਰਪ੍ਰਤਾਪ ਸੂਰਜ ਗ੍ਰੰਥ ਮਖਮਲੀ ਗੱਦਾ ਵਿਛਾਇਓ ਮਖਮਲੀ ਵਿਛਾਈ ਕਰਿਓ ਉੱਤੇ ਸ਼ਸਤਰ ਆਸਣ ਲਾਇਓ ਅੱਗੇ ਪੜਦਾ ਕਰ ਦੇਣਾ ਅਤੇ ਜੋ ਮਾਤਾ ਜੀ ਨੇ ਕਿਹਾ ਸੀ ਮੈਨੂੰ ਤੁਹਾਡੇ ਮੈਂ ਦਰਸ਼ਨ ਕਰਕੇ ਛਕਦੀ ਹਾਂ ਮੇਰੀ ਰੂਟੀਨ ਦਾ ਕੀ ਬਣੇਗਾ ਜਦੋਂ ਮਹਾਰਾਜ ਨੇ ਕਿਹਾ ਦਿੱਲੀ ਚੱਲ ਜਾਓ ਹਜ਼ੂਰ ਸਾਹਿਬ ਤੋਂ ਫਿਰ ਮਹਾਰਾਜ ਨੇ ਨਿੱਜੀ ਸ਼ਸਤਰ ਦਿੱਤੇ ਤਾਂ ਆਸਣ ਲਾਇਓ ਅਤੇ ਫਿਰ ਸੁਰਤੀ ਬਣਾਇਓ ਅਤੇ ਜਦੋਂ ਸਵੇਰੇ ਅਰਦਾਸ ਕਰਕੇ ਪੜਦਾ ਪਿੱਛੇ ਕਰੋਗੇ ਤੁਹਾਨੂੰ ਸ਼ਸਤਰਾਂ ਲਈ ਜਗ੍ਹਾ 'ਤੇ ਝਲਕਾਰੇ ਦੇਵਾਂਗੇ ਆਖੋ ਸਤਨਾਮ ਇਹ ਜਿਨ੍ਹਾਂ ਦੇ ਨਹੀਂ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਸਕਦੇ ਸ਼ਸਤਰਾਂ ਦਾ ਆਸਣ ਲਾ ਲਓ ਸਰੂਪ ਦਾ ਲਾ ਲਓ ਸੈਂਚੀਆਂ ਦਾ ਲਾ ਲਓ ਪਰ ਅਜੇ ਨਹੀਂ 3 ਵਾਰੀ ਖੜ ਸਕਦੇ ਥਾਲੀ 1 ਵਾਰੀ ਰੱਖ ਲਓ ਪਰ ਉਹ ਇਹ ਪ੍ਰੋਗਰਾਮ ਲਾਈਵ ਜਾ ਰਿਹਾ ਅਤੇ ਲਾਈਵ ਪ੍ਰੋਗਰਾਮ ਨੂੰ ਕੋਈ ਸੁਣ ਕੇ ਕਵੇ ਵੀ ਇਹ ਕੀ ਗੁਰਬਾਜ ਨੇ ਕਥਾ ਕੀਤੀ ਭੋਗ ਲਵਾਓ ਜੀ ਕਿਉਂ ਉਹਨਾਂ ਨੂੰ ਨਹੀਂ ਪਚਦਾ ਨਹੀਂ ਪਤਾ ਪਰ ਜਦੋਂ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਪੰਕਤੀਆਂ ਸੁਣਾਉਂਦੇ ਹਾਂ ਫਿਰ ਉਹ ਵੀ ਮੰਨ ਜਾਂਦੇ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਫਿਰ ਵਾਕਈ ਔਰ ਜਿਨ੍ਹਾਂ ਨੂੰ ਤੁਹਾਡੇ 'ਚੋਂ ਵਹਿਮ ਹੋਵੇ ਸਾਡੇ ਘਰ ਕਿਸੇ ਨੇ ਕੋਈ ਕੀਤਾ ਸਾਡੇ ਘਰ ਬੰਨੇ ਆ ਸਾਡਾ ਰਿਜਕ ਬੰਨੇ ਆ ਵਰ ਬੰਨੇ ਆ ਆਹ ਬੰਨੇ ਆ ਸਾਡੇ ਕੋਈ ਆਹ ਕਾਰ ਹੈ ਇਹ ਸਭ ਖਤਮ ਹੋ ਜਾਣਗੇ ਜੇ ਭੋਗ ਲਵਾਓਗੇ ਆਖੋ ਸਤਨਾਮ ਇਹ ਮੈਂ ਕਹਿੰਦਾ ਆ ਸੁਣ ਲਿਓ ਪਿਆਰ ਨਾਲ ਫਿਰ ਸਮਾਪਤੀ ਹੈ ਇਹ ਗੁਰਬਾਣੀ ਕਹਿ ਰਹੀ ਹੈ ਜੀ ਉਹ ਪੰਗਤੀ ਕਿਸੇ ਨੇ ਕਦੀ ਗੌਰ ਨਾਲ ਪੜ੍ਹੀ ਨਹੀਂ ਅੱਜ ਪੜ੍ਹਿਓ ਗੌਰ ਨਾਲ ਪਹਿਲੇ ਆਪਾਂ ਭੋਗ ਲਵਾਉਣ ਦੀ ਪੰਗਤੀ ਜਿਨ੍ਹਾਂ ਨੂੰ ਵਹਿਮ ਹੋਵੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਹੁਣ ਲਾਵੋ ਭੋਗ ਹਰ ਰਾਏ ਹੁਣ ਲਾਵੋ ਭੋਗ ਹਰ ਰਾਏ ਲਾਵੋ ਬੋਲੋ ਲਾਵੋ ਹਾਂਜੀ ਹੁਣ ਲਾਵੋ ਹਰੀ ਰਾਏ ਲਾਵੋ ਭੋਗ ਹਰੀ ਰਾਏ ਹੁਣ ਲਾਵੋ ਕਿਆ ਤੂੰ ਸੋਚੇ ਕਿਆ ਤੂੰ ਚਿਤਵੇਂ ਕਿਆ ਤੂੰ ਕਰੇ ਉਪਾਏ ਤਾਂ ਕੋ ਪਰਵਾਹ ਕਾਹੂ ਕੀ ਜੈ ਗੋਪਾਲ ਸਹਾਏ ਬਰਸੇ ਮੇਘ ਸਖੀ ਕਰ ਪਾਹੂ ਨੇ ਆਏ ਮੋਏ ਦੀਨ ਕਿਰਪਾ ਨਿਧ ਠਾਕੁਰ ਨਵਨਿਧ ਨਾਮ ਸੁਣਾਏ ਅਨਕ ਪ੍ਰਕਾਰ ਭੋਜਨ ਬੋ ਕੀਏ ਬਹੁ ਵਿੰਜਨ ਮਿਸ਼ਟਾਏ ਬਹੁ ਵਿੰਜਨ ਮਿਸ਼ਟਾਏ ਮਿਸ਼ਟਾਏ ਦਾ ਅਰਥ ਹੈ ਮਿੱਠਾ ਵੀ ਰੱਖਿਆ ਆਖੋ ਸਾਧਨਾ ਕਰੀ ਪਾਕਸਾਲ ਪਾਕਸਾਲ ਦਾ ਕੀ ਅਰਥ ਹੈ ਜੀ ਰਸੋਈ ਪਾਕਸਾਲ ਰਸੋਈ ਨੂੰ ਕਹਿੰਦੇ ਜਿੱਥੇ ਤੁਸੀਂ ਬਣਾਇਆ ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਹਰ ਰਾਏ ਹੁਣ ਲਾਵੋ ਭੋਗ ਹੁਣ ਅਗਲੀ ਪੰਕਤੀ ਸੁਣਿਓ ਇਹ ਬਹੁਤ ਘੱਟ ਵਿਚਾਰ ਦੇ ਗਈ ਦੁਸ਼ਟ ਬਿਦਾਰੇ
ਸਾਜਨ ਰੈਸੇ ਦੁਸ਼ਟ ਬਿਦਾਰੇ ਸਾਜਨ ਰੈਸੇ ਇਹ ਮੰਦਰ ਘਰ ਅਪਣਾਏ ਇਹਦੇ ਅਰਥ ਪੜ੍ਹੋ ਜਿਹੜੇ ਕਹਿੰਦੇ ਸਾਡੇ ਘਰ ਕੋਈ ਕੀਤਾ ਸਾਡੇ ਘਰ ਆਏ ਸਾਡੇ ਘਰ ਇੰਜ ਹੈ ਸਾਡੇ ਘਰ ਕੋਈ ਵਰ ਬੰਨਿਆ ਰਿਜਕ ਬੰਨਿਆ ਕੋਈ ਕਿਸੇ ਦਾ ਕੋਈ ਉਪਕਾਰ ਹੈ ਮਹਾਰਾਜ ਕਹਿੰਦੇ ਜਿੱਥੇ ਭੋਗ ਲੱਗੇ ਉੱਥੇ ਕੀ ਹੁੰਦਾ ਦੁਸ਼ਟ ਬਿਦਾਰੇ ਘਰ ਆਖੋ ਸਤਨਾਮ ਜੋ ਕਰ ਲਾਲ ਰੰਗੀ ਉਹ ਆਇਆ ਤੋ ਮੈਂ ਸਭ ਸੁਖ ਪਾਏ ਸੰਤ ਸਭਾ ਓਟ ਗੁਰਪੂਰੇ ਧੁਰ ਮਸਤਕ ਲੇਖ ਲਿਖਾਏ ਜਾਣਾ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁੱਖ ਨਾ ਇਹ ਭਾਵੇਂ ਇੱਕ ਵਾਰੀ ਸ਼ੁਰੂ ਕਰੋ ਨਹੀਂ ਪ੍ਰਕਾਸ਼ ਆਸਣ 'ਤੇ ਹੀ ਜਿੱਥੇ ਕੋਈ ਅਸ਼ਸਤਰਾਂ ਦਾ ਘਰ ਆਸਣ ਲਾਇਆ ਨੇਮ ਕਰਨ ਲਈ ਸਰੂਪ ਦਾ ਲਾਇਆ ਸੈਂਚੀਆਂ ਦਾ ਹਾਲ ਲਿਜਾਓ ਜਿਵੇਂ ਦੱਸਿਆ ਇਸ ਤਰ੍ਹਾਂ ਹੀ ਕਿਰਪਾਨ ਭੇਟ ਕਰਕੇ ਹੱਥ ਧੁਆਓ ਤੋਲੀਆ ਕਰੋ ਤੁਹਾਡੇ ਘਰ ਸੁੱਚੀਆਂ ਰੂਹਾਂ ਸ਼ਹੀਦ ਸਿੰਘਾਂ ਦਾ ਪਹਿਰਾ ਆਖੋ ਸਤਨਾਮ ਫਿਰ ਦੂਜੀਆਂ ਚਿੰਤਾ ਖਤਮ ਕਰਿਓ ਪਿਆਰ ਨਾਲ ਲਾਵੋ ਭੋਗ ਲਾਵੋ ਭੋਗ ਹਰਿ ਰਾਏ ਲਾਵੋ ਭੋਗ ਹਰਿ ਰਾਏ ਲਾਵੋ ਭੋਗ ਹਰਿ ਰਾਏ ਦੂਧ ਕਟੋਰੇ ਗੱਡਵੇ ਪਾਨੀ ਆ ਸ਼ਬਦ ਕੱਢ ਦਿਓਗੇ ਗੁਰੂ ਗ੍ਰੰਥ ਸਾਹਿਬ ਚੋਂ ਆ ਭੋਗ ਨਹੀਂ ਦੂਧ ਕਟੋਰੇ ਗੱਡਵੇ ਪਾਨੀ ਕਪਲ ਗਾਏ ਨਾਮੇ ਦੁਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤਿਆਏ ਨਹੀਂ ਤਾਂ ਘਰ ਕੋ ਬਾਪ ਰਸਾਏ ਸੋਇਨ ਕਟੋਰੀ ਅੰਮ੍ਰਿਤ ਭਰੀ ਨਾਮਦੇਵ ਜੀ ਨੇ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਕੇ ਐਡੀ ਰੀਝ ਹੋਏਗੀ ਭੋਗ ਲਵਾਉਣ ਦੀ ਕਿ ਸੋਨੇ ਦੀ ਕਟੋਰੀ ਬਣਾਈ ਹੋਏਗੀ ਸੋਇਨ ਸੋਇਨਾ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਹਰ ਆਗੇ ਧਰੀ ਏਕ ਭਗਤ ਮੇਰੇ ਹਿਰਦੇ ਬੱਸੇ ਨਾਮੇ ਦੇਖ ਨਾਰਾਇਣ ਹੱਸੇ ਦੂਧ ਪਿਆਏ ਆ ਕੱਢ ਦੋ ਕੁਛ ਦੂਧ ਪਿਆਏ ਭਗਤ ਘਰ ਗਿਆ ਨਾਮੇ ਹਰ ਕਾ ਦਰਸ਼ਨ ਭਇਆ ਹੁਣ ਲਾਵੋ ਬੋਲੋ ਲਾਵੋ ਭੋਗ ਹਰ ਇੱਕ ਵਾਰੀ ਫਿਰ ਭੈਣਾ ਲਾਵੋ ਸੰਗਤ ਜੀ ਦਾਸ ਸਿਰਫ ਇੰਨੀ ਬੇਨਤੀ ਕਰ ਰਿਹਾ ਸੀ ਗੁਰੂ ਰਾਮਦਾਸ ਜੀ ਨੇ ਆਪ ਆਖਿਆ ਸੁਰਤੀ ਨਾਲ ਵੀ ਲਵਾ ਲੈ ਅਤੇ ਪਹੁੰਚਦਾ ਆਖੋ ਸਤਨਾਮ ਗੁਰੂ ਅਮਰਦਾਸ ਕਹਿੰਦੇ ਅੰਬ ਬੜਾ ਮਿੱਠਾ ਅੰਬ ਬੜਾ ਸਵਾਦ ਹੈ ਭਾਈ ਬੱਲੂ ਕਹਿੰਦੇ ਮਾਰੇ ਅੰਬ ਕਿੱਥੇ ਕਹਿੰਦੇ ਮੇਰੇ ਸਿੱਖ ਮੇਰੇ ਭਾਈ ਜੇਠੇ ਨੇ ਬੜੇ ਚਾਅ ਨਾਲ ਲਿਆ ਉਹ ਰਾਜ ਵਗਣਾ ਸ਼ੁਰੂ ਹੋ ਗਿਆ ਉਹ ਸੁਰਤੀ ਨਾਲ ਮੈਨੂੰ ਚੁਪਾ ਰਿਹਾ ਮੈਨੂੰ ਪਹੁੰਚ ਰਿਹਾ ਆਖੋ ਸਤਨਾਮ ਆਜਾ ਮੰਗਣਾ ਗੁਰੂ ਰਾਮਦਾਸ ਰੱਖੋ ਆ ਸ਼ਰਨ ਰੱਖੋ ਮਹਾਰਾਜ ਕਿਰਪਾ ਕਰਿਓ ਕਿ ਆਪ ਜੀ ਨੇ ਜਿਹੜੇ ਆ ਪੂਰਨੇ ਪਾਏ ਨਾ ਲੈਵਲ ਨਹੀਂ ਲੈਣਾ ਸੁਰਤੀ ਦੀ ਹਾਜ਼ਰੀ ਇਹ ਸਾਰੇ ਪਿਆਰ ਸਾਡੀ ਜ਼ਿੰਦਗੀ 'ਚ ਆ ਸਕਣ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਅਤੇ ਹੁਣ ਵੀਰ ਜੀ ਅਗਲਾ ਪ੍ਰੋਗਰਾਮ ਹਾਂ ਕੋਈ ਇਹ ਹਾਂ ਪ੍ਰਤਿਗਿਆ ਸਮਾਗਮ ਦਾ ਪ੍ਰੋਗਰਾਮ ਹੈ 2-4 ਮਿੰਟ ਦਾ ਔਰ ਇਹ ਬੜਾ ਜ਼ਰੂਰੀ ਹੈ ਤੁਹਾਡੇ ਵੇਖਣ ਵਾਲਾ ਜਿਹੜੇ ਪ੍ਰਤਿਗਿਆ ਕਰ ਰਹੇ ਨੇ ਅੱਜ ਮੈਂ ਗਾਤਰਾ ਉੱਤੋਂ ਪਾਵਾਂਗੀ ਮੈਂ ਸਿਰ ਢੱਕ ਕੇ ਰੱਖਾਂਗੀ ਜਿਹੜੇ ਨਹੀਂ ਵੀ ਉਹ ਵੀ ਪਿਆਰ ਸਾਰਿਆਂ ਨਾਲ ਕਰੋ ਥੋੜ੍ਹਾ ਕੁਝ ਤੁਰਿਆ ਹੋਰ ਜ਼ਿਆਦਾ ਤੁਰਿਆ ਉਹ 5 ਮਿੰਟ ਦਾ ਪ੍ਰੋਗਰਾਮ ਹੈ 4 ਮਿੰਟ ਦਾ ਅਤੇ ਤੁਸੀਂ ਕਹਿੰਦੇ ਵੀ ਜਾਇਓ ਨਾ ਟਿਕਾਇਓ ਬਖਸ਼ਿਓ ਅਤੇ ਬਹੁਤ ਪਿਆਰ ਦੇ ਨਾਲ
ਸਤ ਸੰਗਤ ਜੀ ਦਾਸ ਫਤਿਹ ਬੁਲਾ ਰਿਹਾ ਅਸੀਸਾਂ ਦੇਣਾ ਕਿਉਂਕਿ ਦਾਸ ਸੰਗਤ ਨੂੰ ਰੱਬ ਸਮਝਦਾ ਮੈਂ ਤੁਹਾਨੂੰ ਪਰਮੇਸ਼ੁਰ ਸਮਝਦਾ ਮਾਂ ਬਾਪ ਅਤੇ ਜਿਹੜੀ ਫਤਿਹ ਬੁਲਾਉਣੀ ਹੈ ਸੀਸ ਦਿਓ ਅਗਲੇ ਸਫ਼ਰ ਕਿਉਂਕਿ ਆਪਾਂ ਨੂੰ 12:30 ਹੋਣ ਵਾਲੇ ਆ ਅਤੇ 5 ਵਜੇ ਦਾ ਜਹਾਜ਼ ਹੈ ਅਤੇ ਹੁਣ ਇੱਥੋਂ ਕਿਵੇਂ ਨਿਕਲਣਾ ਕਰਨਾ ਹਾਂਜੀ ਠੀਕ ਹੈ ਅਤੇ ਘੰਟਾ ਪਹਿਲੇ ਪਹੁੰਚਣਾ ਪੈਂਦਾ ਅੱਧਾ ਪੌਣਾ ਘੰਟਾ ਜਿਹੜਾ ਉਹ ਰਾਹ ਦਾ ਵੀ ਹੈ ਅਤੇ ਕਵਲਜੀਤ ਸਿੰਘ ਨੇ ਪ੍ਰਬੰਧ ਕੀਤਾ ਗੁੜਗਾਓਂ ਦੇ ਕੋਲ ਪਰ ਮੇਰੇ ਖਿਆਲ ਉੱਥੇ ਲੇਟਿਆ ਜਾਣਾ ਨਹੀਂ ਘੰਟਾ ਡੇਢ ਕਹਿੰਦਾ ਜੀ ਲੇਟ ਜਾਇਓ ਤੁਸੀਂ ਪਰ ਹੁਣ ਸਿੱਧਾ ਹੀ ਪਹੁੰਚਣਾ ਪਏਗਾ ਆਪਾਂ ਨੂੰ ਹੈਗਾ ਸੀ ਇਹ ਪ੍ਰੋਗਰਾਮ 11 ਹੋ ਜਾਏਗੀ ਸਮਾਪਤੀ ਪਰ ਇਹ ਤਾਂ ਚਲਾ ਗਿਆ ਅਤੇ ਆਪ ਜੀ ਸੀਸ ਦੇਣਾ ਹਰ ਵੇਲੇ ਲੋੜ ਹੈ ਅਗਲੇ ਸਫ਼ਰ ਜੋ ਕਾਰਜ ਚੱਲ ਰਹੇ ਆ ਜੋ ਘਰੇਲੂ ਮਹਾਰਾਜ ਸਾਰੇ ਪਾਸੇ ਪੜਦੇ ਗਜਣੇ ਲਾਜ ਰੱਖਣੀ ਇਹ ਜਿਹੜੀ ਫਤਿਹ ਬੁਲਾਉਣੀ ਨਾ ਜਿਵੇਂ ਮਾਂ ਬਾਪ ਬਣ ਕੇ ਸੀਸ ਦੇਣੀ ਹੈ ਜੱਥੇ ਨੂੰ ਦਾਸ ਨੂੰ ਦਿਓ ਸੀਸ ਪਿਆਰ ਦੇ ਨਾਲ ਨਿਭਜੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਸੰਗਤ ਜੀ ਆਪਾਂ ਹੁਣ ਸੂਰਜ ਅੱਗੇ ਦੀਵਿਆਂ ਦੀ ਲੋੜ ਨਹੀਂ ਹੁੰਦੀ ਭਾਜੀ ਵਾਜੇ ਹਾਂ ਬੰਦ ਕਰੋ ਮਹਾਰਾਜ ਸਾਡਾ ਦਿਲ ਘਟ ਜਾਂਦਾ ਦੋ ਚਾਰ ਮਿੰਟ ਨਹੀਂ ਕੋਈ ਨਹੀਂ ਪ੍ਰਤਿਗਿਆ ਹਾਂਜੀ ਅਤੇ ਉਹ ਕਰ ਲਓ ਮੁੜ ਕੇ ਆਨੰਦ ਸਾਹਿਬ ਭਾਈ ਸਾਹਿਬ ਲਾਉਣ ਕਰੋ ਸ਼ੁਰੂ ਕਰੋ ਸਤਨਾਮ ਜੀ ਸਾਰੀ ਸੰਗਤ ਨੂੰ ਬੇਨਤੀ ਅਸੀਂ ਹੱਥ ਖੜ੍ਹੇ ਕਰਾਉਂਦੇ ਸੀ ਕਿ ਕੋਈ ਜਾਏਗਾ ਨਹੀਂ ਅੱਜ ਅਸੀਂ ਝੋਲੀ ਅੱਡ ਰਹੇ ਹਾਂ ਕਿ ਕੋਈ ਜਾਏ ਹੁਣ ਜਿਹੜੇ ਪ੍ਰਤਿਗਿਆ ਵੀ ਨੇ ਨਾ ਭਾਜੀ ਇਹ 25-30 ਹੈਗੇ ਨੇ ਮੈਂ 5 ਹੀ ਕਰਾਵਾਂਗਾ ਸਿਰਫ ਇਸ ਤਰੀਕੇ 'ਚ ਕਰਾਉਣੇ ਆ ਕਿ ਮੈਨੂੰ ਅੱਜ ਮੁੰਡੇ ਕਹਿੰਦੇ ਸੀ ਕਿ ਭਾਜੀ ਨੂੰ ਇੱਕ ਬੇਨਤੀ ਕਰ ਦੇਣਾ ਕਰਨੀ ਬਣਦੀ ਨਹੀਂ ਪਰ ਫਿਰ ਵੀ ਕਰ ਦੇਣਾ ਕਿ ਭਾਜੀ ਅਖੀਰ 'ਚ ਨਾ ਇੱਕ ਧਾਰਨਾ ਲਾ ਦੇਣਾ ਕਲਗੀ ਧਰਦੇ ਪਿਆਰੇ ਉਹ ਸਾਨੂੰ ਸਿੱਖੀ ਬਖਸ਼ ਦਿਓ ਅਤੇ ਉਹ ਵਾਜੇ ਨਾ ਭਾਜੀ ਬੱਚਿਆਂ ਨੂੰ ਇਨਾਮ ਦੇਣੇ ਅਤੇ ਉਹ ਜਿਹਨੂੰ ਇਹ ਬੈਠਾ ਇਹਨੂੰ ਵਾਜਾ ਦੇਣਾ ਇਹਨੇ ਆਪ ਜੀ ਇਸ 'ਤੇ ਸੁਖਮਨੀ ਸਾਹਿਬ ਦੀ ਪੋਥੀ ਲਿਖੀ ਹੈ ਇਹ ਕਹਿੰਦਾ ਜੀ ਭਾਜੀ ਕੋਲੋਂ ਉਸ ਵਾਜੇ 'ਤੇ ਹਾਜ਼ਰੀ ਲਵਾ ਦੇ ਅਤੇ ਪ੍ਰਤੀਗਿਆ ਸਮਾਗਮ ਜਿਹੜੇ 2-3 ਜ਼ਰੂਰੀ ਹੈ ਮੈਂ ਬਸ ਉਹਨਾਂ ਨੂੰ ਬੁਲਾ ਰਿਹਾ ਇੱਕ ਸਾਡੇ ਬਿੰਟੂ ਅੰਕਲ ਅਗਰ ਹਾਜ਼ਰ ਹੋਣ ਉਹ ਆ ਜਾਣ ਇੱਕ ਰਾਜੇ ਭਾਟੀਆ ਜੀ ਦੇ ਮੰਮੀ ਜਸਬੀਰ ਕੌਰ ਜੀ ਉਹ ਬੈਠੇ ਹੁਣ ਉਹ ਆ ਜਾਣ ਵੈਸੇ ਕਾਫੀ ਚਲੇ ਗਏ ਹੈ ਅਤੇ ਮੈਂ ਨਾਂ ਲੈ ਲੈਂਦਾ ਜਿਹੜੇ ਕੋਲ ਹਾਜ਼ਰ ਹੋਣ ਉਹ ਜ਼ਰੂਰ ਹਾਜ਼ਰ ਸਾਡੇ ਰਾਜਾ ਵੀਰ ਜੀ ਦੇ ਵਾਈਫ ਰੂਪ ਸ਼ਿਖਾ ਕੌਰ ਜੀ ਉਹ ਹੁਣ ਉਹ ਆ ਜਾਣ ਹਰਪ੍ਰੀਤ ਕੌਰ ਭਾਟੀਆ ਜਿਹੜੇ ਰਾਜਾ ਜੀ ਦੇ ਭਾਬੀ ਸ਼ਿਲਪਾ ਉਬਰਾਏ ਇਹ ਬਾਬਾ ਜੀ ਹਿੰਦੀ ਹਿੰਦੂ ਘਰ ਦੀ ਬੱਚੀ ਇਹਨੇ ਪ੍ਰਣ ਕੀਤਾ ਮੈਂ ਅੱਜ ਤੋਂ 7 ਬਾਣੀਆਂ ਦਾ ਨਿਤਨੇਮ ਜ਼ਰੂਰ ਕਰਾਂਗੀ ਸਾਡੇ ਚਿੰਕੀ ਭੈਣ ਦੇ ਮੰਮੀ ਗੁਰਸ਼ਰਨ ਕੌਰ ਉਹ ਉਹਨਾਂ ਨੂੰ ਬੇਨਤੀ ਸਟੇਜ 'ਤੇ ਆ ਕੇ ਹਾਜ਼ਰੀ ਲਵਾ ਲਓ ਜਲਦੀ ਜ਼ਿਆਦਾ ਉੱਠ ਜਾਓ ਵਾਹਿਗੁਰੂ ਸਮਾਂ ਘੱਟ ਹੀ ਹੈ ਫਿਰ ਭਾਈ ਨੇ ਜਾਣਾ ਰੂਪ ਸ਼ਿਖਾ ਕੌਰ ਜੀ ਪ੍ਰਸ਼ਾਦ ਹੀ ਹੈ ਜੀ ਪ੍ਰਸ਼ਾਦ ਸਾਰੇ ਸਨਮਜੀਤ ਕੌਰ ਜਿਹੜੇ ਮਨਦੀਪ ਭੈਣ ਜੀ ਦੇ ਬੇਟੀ ਆ ਉਹਨੂੰ ਬੇਨਤੀ ਆ ਉਹ ਵੀ ਆ ਜਾਏ ਗੁਰਦੀਪ ਕੌਰ ਅੱਛਾ ਜਿਹੜਾ ਜ਼ਰੂਰੀ ਕੰਮ ਹੈ ਅਸੀਂ ਇਹ ਸਾਰਿਆਂ ਦਾ ਹਾਜ਼ਰੀ ਬੋਲ ਕੇ ਲਵਾ ਦਿੰਦੇ ਹਾਂ ਇੱਕ ਮਿੰਟ ਜੁਗਨੂ ਭਾਅ ਜੀ ਦੇ ਕਰੋ ਭੈਣ ਜੀ ਇੱਕ ਮਿੰਟ ਰੁਕ ਜਾਓ ਸਿਰਫ 2 ਮਿੰਟ ਸਿਰਫ ਰਾਜਾ ਪੱਲੀ ਆਂਟੀ 2 ਮਿੰਟ ਰੁਕੋ ਆ ਦੇਖੋ ਇੱਕ ਚੀਜ਼ ਸਾਡੇ ਸਾਰਿਆਂ ਵਾਸਤੇ ਪ੍ਰੇਰਨਾ ਹੈ ਜਸਮੀਨ ਕੌਰ ਰਾਜਾ ਸਾਰਾ ਹੀ ਸਮਾਪਤੀ ਕਰ ਦਿੰਦੇ ਹਾਂ ਚਲੋ ਹੁਣ ਬਹੁਤ ਸਮਾਂ ਲੰਘ ਗਿਆ ਜਸਮੀਨ ਕੌਰ ਅਤੇ ਗੁਰਦੀਪ ਕੌਰ ਨੂੰ ਬੇਨਤੀ ਅੱਗੇ ਆ ਜਾਓ ਚੋਪੜਾ ਵੀਰ ਜੀ ਅਗਰ ਬੈਠੇ ਹੋਣ ਜਸਮੀਨ ਜੀ ਦੇ ਪਿਤਾ ਜੀ ਚੋਪੜਾ ਵੀਰ ਜੀ ਹੁਣੇ ਮੈਂ ਦੇਖ ਰਿਹਾ ਸੀ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਜਲਦੀ ਅੱਗੇ ਸਟੇਜ 'ਤੇ ਆ ਜਾਓ ਚੋਪੜਾ ਜੀ ਕਿੱਥੇ ਬੇਟਾ ਪਾਪਾ ਇੱਕ ਹੈ ਸ਼ਿਲਪਾ ਉਬਰੋਏ ਨੂੰ ਬੇਨਤੀ ਹੈ ਸਟੇਜ 'ਤੇ ਆ ਜਾ ਮੰਮੀ ਹੈ ਗੁਰਸ਼ਰਨ ਕੌਰ ਇਹਨਾਂ ਦੇ ਮੰਮੀ ਜੀ ਗੁਰਦੀਪ ਕੌਰ ਦੇ ਰਚਨਾ ਕਥੂਰੀਆ ਜੀ ਸਤਨਾਮ ਜੀ ਇਹ ਸਾਰੇ ਪ੍ਰਤਿਗਿਆ ਪੱਤਰ ਉਹਨਾਂ ਦੇ ਨੇ ਜਿਹੜੇ ਸਿੱਖਾਂ ਦੇ ਘਰ ਦੇ ਬੱਚੇ ਨੇ ਸਿੱਖਾਂ ਦੇ ਘਰ ਦੀਆਂ ਨੂੰਹਾਂ ਨੇ ਸਿੱਖਾਂ ਦੇ ਘਰ ਦੇ ਪੁੱਤਰ ਨੇ ਸਾਨੂੰ ਉਹਨਾਂ ਨੂੰ ਝੋਲੀ ਅੱਡਣੀ ਪੈਂਦੀ ਭਾਈ ਨਿਤਨੇਮ ਕਰ ਲਓ ਭਾਈ ਆਈਬ੍ਰੋ ਨਾ ਬਣਾਓ ਭਾਈ ਮੀਟ ਛੱਡ ਦਿਓ ਸੁਣ ਕੇ ਜਾਇਓ ਇੱਕ ਮਿੰਟ ਭਾਈ ਸਾਹਿਬ ਇਹ ਹਿੰਦੂ ਗੁਰੂਆਂ ਦੀ ਬੱਚੀਆਂ ਨੇ ਦੋਨੋਂ ਇਹ ਬੱਚੀ ਕਹਿੰਦੀ ਕਿ ਮੈਂ ਝੀਲ ਗੁਰਦੁਆਰੇ ਜਾਂਦੀ ਸੀ ਮੈਨੂੰ ਇਹ ਕਿਰਪਾਨ ਦੇਖ ਕੇ ਇੰਨਾ ਚਾਅ ਚੜ ਗਿਆ ਕਿ ਮੈਂ ਅੰਮ੍ਰਿਤ ਛਕਣਾ ਪਿਤਾ ਐਂਟੀ ਮਾਤਾ ਐਂਟੀ ਇਹ ਦੋਨਾਂ ਬੱਚਿਆਂ ਦੇ ਅਤੇ ਮੈਨੂੰ ਇਹਨਾਂ ਦੀ ਗੱਲ ਸੁਣ ਕੇ ਮਾਤਾ ਕੌਲਾਂ ਜੀ ਦੀ ਗੱਲ ਯਾਦ ਆ ਗਈ ਸਗਾ ਪਿਤਾ ਕਹਿੰਦਾ ਕਿ ਸੁਖਮਨੀ ਕਰੇਗੀ ਅਤੇ ਰੋਟੀ ਨਹੀਂ ਦੇਣੀ ਉਹੀ ਹਾਲ ਬਾਬਾ ਜੀ ਇਹਨਾਂ ਦੇ ਘਰ ਸੀ ਇੱਕ ਕੁੜੀ ਚਲੀ ਗਈ ਹੈ ਉਹਦੇ ਘਰ 'ਤੇ ਅੱਜ ਤੱਕ ਵਾਦ ਵਿਵਾਦ ਚੱਲ ਰਿਹਾ ਪਰ ਇਹ ਕੁੜੀਆਂ ਦੀ ਸਿੱਖੀ 'ਚ ਸ਼ਰਧਾ ਵੇਖ ਲਓ ਸੰਗਤ ਜੀ ਸਾਡੀ ਨਹੀਂ ਆਉਣੀ ਇੰਨੀ ਜਿਸ ਰੂਪ 'ਚ ਇੱਥੇ ਖੜੀਆਂ ਨੇ ਨਾ ਦਸਤਾਰ ਬਣ ਕੇ
ਗਾਤਰਾ ਉੱਤੇ ਸਜਾ ਕੇ ਐਸੇ ਸਰੂਪ 'ਚ ਵਿਆਹਾਂ ਪਾਰਟੀਆਂ 'ਚ ਵੀ ਜਾਂਦੀਆਂ ਨੇ ਅਤੇ ਕਲਗੀਧਰ ਦਾ ਅੰਮ੍ਰਿਤ ਇਹਨਾਂ ਨੇ ਦੋਨਾਂ ਨੇ ਛਕਿਆ ਹੋਇਆ ਜੀ। ਇਹਨਾਂ ਦਾ ਸਤਿਕਾਰ ਲਿਆ ਬਾਣੀ ਜਸਮੀਨ ਕੌਰ, ਜਸਮੀਨ ਕੌਰ ਅਤੇ ਗੁਰਦੀਪ ਦਾ ਸਤਿਕਾਰ ਲਿਆ। ਇਹ ਮਾਤਾ ਜੀ ਅੱਗੇ ਆਓ, ਇਹ ਬਾਬਾ ਜੀ ਇਹਨਾਂ ਦੇ ਮਾਤਾ ਜੀ ਹੈ, ਇਹਨਾਂ ਦਾ ਨਾਂ ਹੈ ਰਚਨਾ ਕਥੂਰੀਆ। ਅਤੇ ਮੈਂ ਇਹਨਾਂ ਨੂੰ ਪੁੱਛਿਆ ਰਚਨਾ ਕਥੂਰੀਆ ਜੀ ਨੂੰ, ਮੈਂ ਕਿਹਾ ਜੀ ਨਹੀਂ ਸਤਿਕਾਰ ਹੈ ਜੀ ਵੱਡਾ, ਮੈਂ ਕਿਹਾ ਜੀ ਹੁਣ ਬੱਚਿਆਂ ਨੇ ਅੰਮ੍ਰਿਤ ਛਕ ਲਿਆ, ਆਪ ਜੀ ਨੂੰ ਡਰ ਨਹੀਂ ਲੱਗਦਾ? ਕਹਿੰਦੇ ਪਹਿਲੇ ਬੜਾ ਲੱਗਦਾ ਸੀ, ਬਹੁਤ ਡਾਂਟਿਆ ਮੈਨੂੰ, ਬਹੁਤ ਡਾਂਟਿਆ। ਮੈਂ ਕਿਹਾ ਹੁਣ? ਕਹਿੰਦੇ ਹੁਣ ਮਨ 'ਚ ਇਹ ਧਾਰਨਾ ਧਾਰ ਲਈ ਹੈ, ਜਿਸ ਗੁਰੂ ਤੇਗ ਬਹਾਦਰ ਦੀ ਧੀ ਆ ਉਹ ਜਾਣੇ ਉਹਦਾ ਕੰਮ ਜਾਣ। ਇਹ ਹੈ ਸ਼ਰਧਾ। ਇਹਨਾਂ ਨੂੰ ਸੰਗਤ ਵੱਲੋਂ ਰਚਨਾ ਕਥੂਰੀਆ ਜੀ ਨੂੰ ਇਹਨਾਂ ਨੇ ਵਾਹਿਗੁਰੂ ਜਾਪ ਦੀ ਕਾਪੀ ਵੀ ਲਿਖ ਕੇ ਭੇਜੀ, ਪਹਿਲੇ ਆਪ ਜੀ ਦਾ ਸਤਿਕਾਰ। ਇਹ ਵਾਹਿਗੁਰੂ ਜੀ, ਆਹ ਚੋਪੜਾ ਜੀ ਜੇ, ਇਹ ਇਸ ਬੱਚੇ ਦੇ ਮਾਤਾ ਪਿਤਾ ਨੇ ਜੀ ਇੰਨਾ ਬੁਲਾਇਆ ਭਾਅ ਜੀ, ਅਤੇ ਖੁਸ਼ੀ ਨਾਲ ਹੁਣ ਤਾਂ ਇੰਨਾ ਪਿਆਰ ਕਰਦੇ, ਕਹਿੰਦੇ ਹੁਣ ਤਾਂ ਕਹਿੰਦੇ ਚਾਹ ਚੜ ਗਿਆ ਕਿ ਸਾਡੇ ਘਰ ਸਿੱਖੀ ਦਾ ਬੂਟਾ ਲੱਗ ਗਿਆ। ਡਰੈਸ ਡਿਜ਼ਾਈਨਰ ਨੇ ਇਹਦੇ ਪਿਤਾ ਜੀ, ਡਰੈਸ ਡਿਜ਼ਾਈਨਰ। ਗੁਰਦੀਪ ਰਚਨਾ ਕਥੂਰੀਆ, ਰਚਨਾ ਕਥੂਰੀਆ ਬੋਲੇ ਸੋਨਿਹਾਲ ਆਇਆ ਗੁਰਦੀਪ ਜੀ। ਇਹ ਵੀ ਸਹਿਜਧਾਰੀ ਕਰਦੀ ਬੱਚੀ, ਅਤੇ ਇੱਕ ਹੁੰਦਾ ਸਾਨੂੰ ਜਾ ਕੇ ਕਹਿਣਾ ਪੈਂਦਾ ਪ੍ਰਣ ਕਰੋ, ਮੈਨੂੰ ਆ ਕੇ ਕਹਿੰਦੀ ਮੇਰਾ ਪ੍ਰਤਿਗਿਆ ਪੱਤਰ ਭਰ ਦਿਓ ਕਿ ਮੈਂ ਹੁਣ ਤੋਂ ਗੁਰਦੁਆਰੇ ਨਹੀਂ ਜਾਂਦੀ। ਮੈਂ ਗੁਰਦੁਆਰੇ ਵੀ ਰੋਜ਼ ਜਾਇਆ ਕਰਾਂਗੀ, ਜਕਾਰਾ ਦਿਓ ਸੰਗਤ ਸਾਰੀ। ਇੱਕ ਰਚਨਾ ਕਥੂਰੀਆ ਜੀ ਦਾ, ਮਾਤਾ ਜੀ ਆਓ। ਇਹ ਮਾਤਾ ਜੀ ਨੇ ਜੀ, ਕਹਿੰਦੇ ਪਹਿਲੇ ਬਹੁਤ ਗੁੱਸਾ ਚੜਿਆ, ਕਹਿੰਦੇ ਹੁਣ ਐਵੇਂ ਹੋ ਗਿਆ ਕਿ ਜਿਹਦੀ ਧੀ ਆ ਉਹ ਜਾਂਦੇ ਉਹਦਾ ਕੰਮ ਜਾਂਦੇ, ਕਹਿੰਦੇ ਮੈਨੂੰ ਕੀ ਲੋੜ ਹੈ। ਰਚਨਾ ਕਥੂਰੀਆ ਜੀ ਦਾ ਬੇਨਤੀ ਹੈ ਸਤਿਕਾਰ ਆਪ ਜੀ, ਅਤੇ ਭਾਅ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਨਹੀਂ ਸਤਿਕਾਰ ਇਹਨਾਂ ਦੀ ਵਾਹਿਗੁਰੂ ਕਾਪੀ ਵੀ ਸੀ। ਇੱਕ ਮਿੰਟ ਮਨਜੀਤ ਭੈਣ ਜੀ ਨੂੰ ਬੇਨਤੀ ਹੈ, ਭੁਗਤਾ ਦਿਉ ਭਾਅ ਜੀ, ਹੱਥ ਜੋੜ ਕੇ ਬੇਨਤੀ ਮਹਾਰਾਜ। ਮੈਨੂੰ ਪਤਾ ਬੇਅਰਾਮੀ ਬਹੁਤ ਹੈ, ਖੇਚਲ ਬਹੁਤ ਹੈ, ਪਰ ਵਾਜੇ ਕੋਲ ਫਟਾਫਟ ਕੋਲ ਭਾਅ ਜੀ ਕਵਲ ਜੀ ਵੀਰ ਜੀ 2 ਮਿੰਟ ਲਾ ਲੈਂਦੋ, ਅਤੇ 5 ਵਜੇ ਦੀ ਫਲਾਈਟ ਆ ਮਹਾਰਾਜ, ਤੁਸੀਂ ਗਿਆ ਸੀਗਾ। ਹਾਂਜੀ ਹਾਂਜੀ, ਮਨਜੀਤ ਭੈਣ ਜੀ ਰਚਨਾ ਕਥੂਰੀਆ ਜੀ ਦਾ ਇਨਾਮ ਕਿਰਪਾ ਕਰੋ, ਰੱਖ ਵਾਜਾ। ਦੇਵਵੀਰ ਸਿੰਘ ਆ ਜਾ ਅੱਗੇ, ਪੋਥੀਆਂ ਚੁੱਕ, ਉਹਨੂੰ ਕਿ ਭਾਈ ਸਾਹਿਬ ਜੀ ਦਾ ਸਤਿਕਾਰ ਲਿਆ ਜੀ। ਰਚਨਾ ਕਥੂਰੀਆ ਜੀ ਬੋਲੇ ਸੋ ਨਿਹਾਲ, ਡੋਲੀ ਮਾਸੀ ਆ ਵੇਖੋ, 1.25 ਲੱਖ ਵਾਰੀ ਵਾਹਿਗੁਰੂ ਲਿਖ ਕੇ ਭੇਜਿਆ। ਅਤੇ ਇੱਕ ਹੁਣ ਬਸ ਭਾਈ ਸਾਹਿਬ ਜੀ ਦਾ ਸਤਿਕਾਰ ਕਰਕੇ ਭਾਅ ਜੀ ਮੇਰੀ ਬੇਨਤੀ ਅਰਦਾਸ ਕਰਕੇ ਚਲ ਜਾਓ ਮਹਾਰਾਜ। ਮਹਾਰਾਜ ਮੈਂ ਕਹਿ ਨਹੀਂ ਸਕਦਾ, ਮੈਂ ਬੇਨਤੀ ਕਰ ਸਕਦਾ ਬਸ ਮਹਾਰਾਜ। ਇਹਨਾਂ ਇਹ ਅੱਜ ਇਹ ਬੱਚੀ ਵੀ ਸਹਿਜਧਾਰੀ ਕਰਦੀ ਹੈ, ਮੂੰਹ ਪ੍ਰਸ਼ਾਦ। ਇਹ ਬੱਚੀ ਨੇ ਪ੍ਰਣ ਕੀਤਾ ਹੈ ਕਿ ਮੈਂ ਨਿਤਨੇਮ ਰੋਜ਼ ਕਰਾਂਗੀ ਅਤੇ ਅੰਡੇ ਮਾਸ ਦਾ ਤਿਆਗ ਕਰਾਂਗੀ। ਅਤੇ ਮੈਂ ਕਿਹਾ ਤੇਰੀ ਗੁਰੂ ਘਰ ਸ਼ਰਧਾ ਕਿਵੇਂ ਮੰਨੀ? ਕਹਿੰਦੀ ਇੰਨੀ ਸ਼ਾਂਤੀ ਕਿਧਰੇ ਨਹੀਂ ਮਿਲੀ ਜਿੰਨੀ ਇਸ ਗੁਰੂ ਤੇਗ ਬਹਾਦਰ ਦੇ ਦਰ 'ਤੇ ਮਿਲੀ ਹੈ। ਜਕਾਰਾ ਦਿਓ ਜੀ। ਸੰਨੀ ਵੀਰ ਜੀ ਮੇਰੀ ਆਵਾਜ਼ ਸੁਣ ਰਹੇ ਹੁਣ, ਉਹਨਾਂ ਨੂੰ ਬੇਨਤੀ ਅੱਗੇ ਆ ਜਾਓ ਭਾਈ ਸਾਹਿਬ ਜੀ ਦਾ ਸਤਿਕਾਰ, ਜੋ ਅਸੀਂ ਭੇਟਾ ਪ੍ਰੇਮ ਭੇਟਾ ਮੰਗਣਾ ਹੀ ਆ, ਪਰ ਆਪ ਜੀ ਦੇ ਦਿੱਤੇ ਵਿੱਚੋਂ ਆਪ ਜੀ ਦੇ ਚਰਨਾਂ 'ਚ ਆ ਜਾ ਰਿਹਾ ਮਹਾਰਾਜ, ਕਰੋ ਕਿਰਪਾ। ਬੋਲੇ ਸੋ ਨਿਹਾਲ, ਇੱਕ ਨਾ ਪੋਥੀਆਂ ਚੁੱਕੋ ਤੈਨੂੰ ਫਟਾਫਟ ਲੈ ਵੀਰ ਜੀ, ਰਾਜਵੀਰ ਵੀਰ ਜੀ ਇੱਕ ਮਿੰਟ ਪੋਥੀਆਂ 3 ਚੁੱਕ ਲਓ, ਇਹ ਵਾਹਿਗੁਰੂ ਪਿੱਛੇ ਰੱਖਾ ਦਿਓ। ਮੈਨੂੰ ਪਤਾ ਕਵਲਜੀਤ ਭਾਈ ਜੀ ਮੈਨੂੰ ਗੁੱਸੇ ਹੋਣਗੇ, ਪਰ ਮੇਰੀ ਬੇਨਤੀ ਹੈ ਵੀਰ ਜੀ, ਇਹ ਬੱਚਿਆਂ ਦੀ ਮਿਹਨਤ ਹੈ ਜੀ, ਪ੍ਰਕਾਸ਼ ਕਰਦੇ ਹੁਣ ਪੋਥੀ ਦਾ, ਲਾਈਵ ਜਾ ਰਿਹਾ ਪ੍ਰੋਗਰਾਮ ਭਾਅ ਜੀ। ਚਰਨਜੀਤ ਵੀਰ ਜੀ, ਪ੍ਰਿੰਸ ਵੀਰ ਜੀ ਦੇ ਪਾਪਾ ਆ ਜਾਓ ਅੱਗੇ ਫਟਾਫਟ, ਆਓ ਅੱਗੇ ਆਓ ਵਾਹਿਗੁਰੂ। ਭਾਅ ਜੀ ਇਹ ਪੋਥੀ ਨਾ, ਇਹ ਸ਼ਾਇਦ ਨਿਤਨੇਮ ਦੀ ਹੈ ਜੀ, ਇਹ ਸੁਖਮਨੀ ਸਾਹਿਬ ਭਾਅ ਜੀ, ਇਹ ਸੁਖਮਨੀ ਸਾਹਿਬ ਦੀ ਪੋਥੀ ਨਾ, ਇਸ ਬੱਚੇ ਨੇ ਲਿਖਣ ਭਗਤੀ ਕੀਤੀ ਹੈ ਕਿ ਆਪ ਜੀ ਨੂੰ ਭੇਟਾ ਕਰਨੀ ਹੈ। ਕਹਿੰਦਾ ਭਾਅ ਜੀ ਆਸਨ 'ਤੇ ਲਾਣਗੇ, ਕਦੀ ਤਾਂ ਹਾਜ਼ਰੀ ਭਰਨਗੇ, ਕਹਿੰਦਾ ਸਾਡੀ ਸਾਰੀ ਸਭਾ ਦਾ ਪੁੰਨ ਬਣ ਜਾਏਗਾ। ਇਹਨੇ ਆਈਡੀਆ ਕੱਢਿਆ ਹੁਣ, ਅਤੇ ਮੈਂ ਕਿਹਾ ਤੈਨੂੰ ਸਤਿਕਾਰ ਕੀ ਦੇਵਾਂ ਸ਼ਬਦ ਦੀ ਭੇਟਾ? ਕਹਿੰਦਾ ਭਾਅ ਜੀ ਮੇਰਾ ਵਾਜਾ ਲੈ ਦਿਓ, ਸਾਡਾ ਜੱਥੇ ਦਾ ਨਾ ਵਾਜਾ ਇੱਕੋ ਹੀ, ਕਹਿੰਦਾ ਜੱਥੇ ਦਾ ਵਾਜਾ ਲੈ ਦਿਓ, ਸੈੱਟ ਪੂਰਾ ਬਣ ਜਾਏਗਾ। ਅਤੇ ਮੈਂ ਕਿਹਾ ਵਾਜਾ ਲੈ ਆਇਆ? ਕਹਿੰਦਾ ਇੱਕ ਸ਼ਰਤ ਹੈ ਲਾਂਗਾ, ਤਾਂ ਜੇ ਭਾਅ ਜੀ ਉਹਦੇ 'ਤੇ ਧਾਰਨਾ ਪੜ ਕੇ ਚੱਲ। ਅਤੇ ਸੰਗਤ ਇੱਕ ਇਹਦਾ ਪ੍ਰਭਦੀਪ ਸਿੰਘ ਦਾ ਸਤਿਕਾਰ ਲਿਆ ਬਾਣੀ ਭੈਣ ਜੀ, ਭਾਈ ਸਤਿਕਾਰ ਹੈ ਇੱਕ, ਇਹ ਵੀ ਇਹ ਨਿਤਨੇਮ ਵਾਲੀ ਕੋਲ ਵਾਹਿਗੁਰੂ ਸੇਵਾ ਕਰਦੇ
ਭਾਜੀ ਇੱਕ ਦੇਵਵੀਰ ਸਿੰਘ ਇਹਨੇ ਇਹਦਾ ਸਤਿਕਾਰ ਵੱਡਾ ਹੈ। ਵਾਹਿਗੁਰੂ ਜੀ ਪ੍ਰਭਦੀਪ ਸਿੰਘ ਦਾ ਸਤਿਕਾਰ। ਹਾਂ ਦੇਵਵੀਰ ਸਿੰਘ ਜੀ ਭਾਜੀ ਇੱਕ ਇਹ ਪਿਆਰਾ ਗੁਰਮੁਖ ਇਹਨੇ ਨਿਤਨੇਮ ਦੀ ਪੋਥੀ ਲਿਖੀ ਹੈ ਜੀ, ਮੈਂ ਇਹਨਾਂ ਦੀ ਦੇਣੀਆਂ ਕਿੱਥੇ ਦੇਵਾਂ ਦੱਸੋ। ਇਹ ਹੱਥੀਂ ਲਿਖੀਆਂ ਜੀ ਬੱਚਿਆਂ ਨੇ ਅਤੇ ਇਹ ਸਾਰੀ ਅੰਦਾ ਮੁਗਲ ਵਾਲੀ ਸਾਡੀ ਜਿਹੜੀ ਸਤਿਕਾਰ ਕਮੇਟੀ ਵਾਲਿਆਂ ਨੇ ਜਿੱਲ ਸਾਹਿਬ ਦੀ ਸੇਵਾ ਕੀਤੀ ਹੈ। ਇਹਨੇ ਵੀ ਵਾਜਾ ਮੰਗਿਆ ਜੀ, ਕਹਿੰਦਾ ਇਹ ਵੀ ਕੀਰਤਨ ਕਰਦਾ, ਕਹਿੰਦਾ ਮੈਨੂੰ ਵੀ ਵਾਜਾ ਹੀ ਲੈ ਦਿਓ ਜੀ। ਬੋਲੇ ਸੋ ਨਿਹਾ ਇੱਕ ਚਰਨਜੀਤ ਸਿੰਘ ਜੀ ਆ ਜਾਓ ਵਾਹਿਗੁਰੂ। ਚਰਨਜੀਤ ਵੀਰ ਜੀ ਪ੍ਰਿੰਸ ਦੇ ਪਾਪਾ, ਵੀਰ ਜੀ ਆ ਜਾਓ ਨਾ ਉੱਠ ਕੇ। ਭਾਅ ਜੀ ਪਾਪਾ ਦੀ ਪੁਰਾਣੀ ਫੋਟੋ ਵਿਖਾ ਯਾਰ, ਫਟਾਫਟ ਵਿਖਾ ਮੋਬਾਈਲ 'ਚ, ਮੋਬਾਈਲ ਕੱਢੋ। ਭਾਅ ਜੀ ਇਹਨਾਂ ਨੂੰ ਨਾ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ, ਲਿਖਣੀ ਵੀ ਨਹੀਂ ਆਉਂਦੀ, ਪੋਥੀ ਕੱਢ। ਇਹ ਮਾਤਾ ਸੁੰਦਰੀ ਜੀ ਜਾਂਦੇ ਆ ਬੱਚਾ ਨਾ ਭਾਅ ਜੀ ਉੱਥੇ ਕੀਰਤਨ ਦੀਆਂ ਕਲਾਸਾਂ ਲੈਣ ਜਾਂਦਾ ਅਤੇ ਇਹਨਾਂ ਨੂੰ ਘੰਟਾ ਫ੍ਰੀ ਮਿਲਦਾ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਪੁੱਤਰ ਭਾਈ ਸਾਹਿਬ ਵਾਸਤੇ ਸੁਖਮਨੀ ਸਾਹਿਬ ਦੀ ਪੋਥੀ ਲਿਖ ਰਿਹਾ, ਇਹਨਾਂ ਨੇ ਆਸਿਆ ਦੀ ਵਾਰ ਦੀ ਪੋਥੀ ਤਿਆਰ ਕਰਤੀ। ਅਤੇ ਕੀਤੀ ਕਿਵੇਂ, ਇੱਕ ਇੱਕ ਅੱਖਰ ਭਾਅ ਜੀ ਦਮਦਮੀ ਟਕਸਾਲ ਦੀ ਪੋਥੀ 'ਚੋਂ ਸੋਧ ਕੇ। ਜੈਕਾਰਾ ਦਿਓ ਸੰਗਤ ਇਹਨਾਂ ਵਾਸਤੇ ਹਿੰਦੂ ਵਾਲੀ। ਇਹਨਾਂ ਦਾ ਸਤਿਕਾਰ ਲਿਆ ਗੈਲਰੀ ਖੋਲੋ ਨਾ ਭਾਅ ਜੀ, ਇੱਕ ਮਿੰਟ ਇਹਨਾਂ ਦੀ ਨਾ ਫੋਟੋ ਪੁਰਾਣੀ ਦੇਖ ਲਿਓ, ਪਾਪਾ ਜੀ ਪੁਰਾਣੀ ਫੋਟੋ ਕੱਢ ਜਰਾ ਫਟਾਫਟ, ਜਿਹੜੀ ਉਹ ਸਹਿਜਧਾਰੀ ਹੈ ਇਹ ਸੇਵਾ ਕਰਦੇ ਪੋਥੀਆਂ ਦੀ ਸੋਨੂੰ ਭਾਅ ਜੀ। ਬੋਲੇ ਸੋ ਨਿਹਾਲ ਭਾਅ ਜੀ ਇਹਨਾਂ ਦੀ ਇੱਕ ਮਿੰਟ ਪੁਰਾਣੀ ਤਸਵੀਰ ਵੇਖਿਓ ਜਰਾ, ਇਹ ਆ ਏ ਤਸਵੀਰ ਇਹ ਵੱਡੀ ਕਰਕੇ ਤੇਗ ਬਹਾਦਰ ਤਰਸ ਕਰਨ 'ਤੇ ਆਏ ਕਿ ਕੀ ਕਰ ਦਿੰਦਾ। ਇਹ ਵੇਖੋ ਜੀ ਇਹਦੇ ਪਿਤਾ ਜੀ ਦੀ ਪੁਰਾਣੀ ਤਸਵੀਰ। ਪੰਜਾਬੀ ਪੜ੍ਹਨੀ ਨਹੀਂ ਆਉਂਦੀ ਪਰ ਜੇ ਕਰਨ 'ਤੇ ਆ ਜਾਏ ਗੁਰੂ ਦਿਆਲ ਹੋ ਜਾਏ ਤਾਂ ਕੀ ਨਹੀਂ ਹੋ ਸਕਦਾ। ਜਤਾਰ ਨਗਰ ਵਾਲੇ ਭੈਣ ਜੀ ਆ ਜਾਓ ਪ੍ਰਸ਼ਾਦ ਲੈ ਲਓ, 50 ਬੱਚੇ ਤਿਆਰ ਕਰਤੇ ਲਿਖਣ ਭਗਤੀ ਵਾਸਤੇ। ਬਸ ਇਹ ਸਤਿਕਾਰ ਜ਼ਰੂਰੀ ਸੀ, ਬਾਕੀ ਸਾਰਿਆਂ ਦੇ ਬਾਣੀ ਭੈਣ ਜੀ ਭੁਗਤਾ ਜਾਣਗੇ। ਭਾਅ ਜੀ ਬਸ ਅਸੀਂ ਹੀ ਸਮਝ ਲਓ, ਸਭ ਕੁਝ ਉਹਨਾਂ ਦਾ ਹੀ ਹੈ, ਸਭ ਕੁਝ ਦੇਦਾ ਦੇ ਲੈਦੇ ਤੱਕ ਪਾਈ ਹੈ। ਭੈਣ ਜੀ ਦਾ ਪ੍ਰਸ਼ਾਦ ਸਤਿਕਾਰ, ਪ੍ਰਸ਼ਾਦ ਦੇ ਦਿਓ ਵਾਹਿਗੁਰੂ ਪ੍ਰਸ਼ਾਦ। ਇਹ ਜਤਾਰ ਨਗਰ ਤੋਂ ਭੈਣ ਜੀ ਆਏ, 50 ਬੱਚੇ ਇਹਨਾਂ ਨੇ ਤਿਆਰ ਕੀਤੇ ਲਿਖਣ ਭਗਤੀ ਕਰਨ ਲਈ। ਕਹਿਣਾ ਸੌਖਾ ਆਪਣੇ ਨਹੀਂ ਤਿਆਰ ਹੁੰਦੇ, 50 ਬੱਚੇ। ਸਰੂਪਾ ਦੇਵੀ ਸਰੂਪਾ ਫੜ ਕੇ ਬੋਲੇ ਸੋ ਨਿਹਾਰ, ਜਿਨ੍ਹਾਂ ਨੇ ਪ੍ਰਤਿਗਿਆ ਪੱਤਰ ਭਰੇ ਆ ਨਾ, ਇਹ ਸਾਰੇ ਪ੍ਰਤਿਗਿਆ ਪੱਤਰ ਅੰਮ੍ਰਿਤਸਰ ਜਮ੍ਹਾਂ ਹੋਣੇ ਆ। ਜੇ ਆਪ ਜੀ ਤੋਂ ਕਿਸੇ ਦਾ ਮਨ ਡੋਲਦਾ ਨਾ ਤਾਂ ਅੱਜ ਅਰਦਾਸ ਕਰਕੇ ਜਾਣਾ, ਗੁਰੂ ਸਾਡੇ ਸਾਰਿਆਂ ਦੇ ਨਿਭਵਾ ਲਏ। ਭਾਅ ਜੀ ਬਸ ਬੇਨਤੀ ਹੈ, ਇਹ ਜੋ ਜਪ ਤਪ ਅਰਦਾਸ ਆਪ ਜੀ ਕਿਰਪਾ ਕਰ ਦਿਓ ਮਹਾਰਾਜ, ਹੱਥ ਜੋੜ ਬੇਨਤੀ ਹੈ। ਆਨੰਦ ਸਾਹਿਬ ਅਸੀਂ ਉੱਥੇ ਗੁਪਤ ਪੜ੍ਹ ਲੈਂਦੇ ਹਾਂ, ਆਪ ਜੀ ਧਾਰਨਾ ਪੜ੍ਹ ਕੇ ਨਾਲ ਹੀ ਅਰਦਾਸ ਲਾ ਲਾਂਗੇ। ਅਤੇ ਸੋਨੂੰ ਵੀਰ ਜੀ ਨੂੰ ਬੇਨਤੀ ਹੈ, ਪ੍ਰਭ ਦੀ ਕਿਰਪਾ ਕਰ ਦਿਓ ਮਹਾਰਾਜ। ਪ੍ਰਭਦੀਪ ਸਿੰਘ ਨੂੰ ਬੇਨਤੀ, ਹੁਣ ਆ ਜਾ ਭਰਾ ਤੂੰ, ਤੇਰਾ ਸ਼ੌਂਕ ਪੂਰਾ ਹੋ ਜਾਏਗਾ। ਦੇਵੀਰ ਦਾ ਵੀ ਵਾਜਾ ਲਿਆ, ਦੇਵੀਰ ਆਪਣਾ ਵਾਲਾ ਵਾਜਾ ਵੀ ਲਗਾ, ਉਹਦੇ 'ਤੇ ਲਾਲਾ ਜੀ ਕਿਰਪਾ ਕਰਨਗੇ, ਹੁਕਮਨਾਮੇ ਦੀ ਸੇਵਾ ਵੀ ਲਾਲਾ ਜੀ ਕਰਨਗੇ। ਅਤੇ ਇੱਕ ਪ੍ਰਸ਼ਾਦ ਕਵਲਜੀਤ ਵੀਰ ਜੀ ਦਾ ਸਭ ਤੋਂ ਜ਼ਰੂਰੀ ਰਹਿ ਗਿਆ ਮਹਾਰਾਜ, ਉਹ ਤਾਂ ਸਭ ਤੋਂ ਜ਼ਰੂਰੀ ਹੈ। ਤੁਸੀਂ ਆਪ ਜੀ ਨੂੰ, ਕਵਲਜੀਤ ਭਾਅ ਜੀ ਨੂੰ ਭਾਈ ਸਾਹਿਬ ਜੀ ਦਿੱਲੀ ਦੀ ਮਾਂ ਕਹਿੰਦੇ ਨੇ, ਅਤੇ ਮਾਂ ਦਾ ਸਤਿਕਾਰ ਤਾਂ ਜ਼ਰੂਰੀ ਹੁੰਦਾ ਜੀ। ਪ੍ਰਸ਼ਾਦ ਲਿਆ ਮਹਾਰਾਜ, ਉੱਦਾਂ ਦੇ ਕਹਿਣਾ ਚੰਗਾ ਨਹੀਂ ਲੱਗਦਾ ਪਰ ਉਹ ਕਹਿੰਦੇ ਸੀ, ਕਹਿੰਦੇ ਭਾਅ ਜੀ ਨੂੰ ਕਹੋ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਬੇਨਤੀ ਕਰਦਨ, ਸਾਨੂੰ ਸਿੱਖੀ ਬਖਸ਼ ਦਿਓ। ਜੋ ਸੁਣਿਆ ਨਾ ਲੈਵਲ ਨਾ ਬਣ ਜਾਏ, ਜਿਨ੍ਹਾਂ ਦਾ ਲੈਵਲ ਬਣ ਜਾਂਦਾ ਨਾ ਉਹਨਾਂ ਨੂੰ ਫੋਨ ਕਰਕੇ ਕਹਿਣਾ ਪੈਂਦਾ ਆਇਓ ਭਾਈ ਸੇਵਾ ਕਰ ਲਓ। ਪਤਾ ਹੈ ਉਹਨਾਂ ਨੂੰ ਕਿ ਸਾਡੀ ਸੇਵਾ ਹੈ ਪਰ ਪਿੱਛੇ ਜਾ ਕੇ ਬੈਠਣਗੇ, ਸਾਨੂੰ ਬੁਲਾਉਣਗੇ ਅਤੇ ਆਉਣਗੇ। ਭਾਅ ਜੀ ਇੱਕ ਸਤਿਕਾਰ ਦੇ ਦਿਓ, ਉਹ ਵੱਡਾ ਸਤਿਕਾਰ ਹੈ, ਬਿੰਟੂ ਅੰਕਲ ਆਓ। ਬਿੰਟੂ ਅੰਕਲ ਨੇ, ਮੈਂ ਭਾਈ ਸਾਹਿਬ ਕੋਲੋਂ ਆਗਿਆ ਲਿੱਤੀ ਸੀ ਜੀ ਆਪ ਜੀ ਦਾ ਬਚਨ ਸੰਗਤ ਸੁਣਾ ਦੇ, ਹੱਥ ਜੋੜ ਕੇ ਖੜ੍ਹ ਜਾਓ ਸਾਰੀ ਸੰਗਤ ਅੱਗੇ। ਇਹਨਾਂ ਨੇ ਪਿਛਲੇ ਸਾਲ ਪ੍ਰਣ ਕੀਤਾ ਸੀ ਕਿ ਮੈਂ ਜਾਪ ਸਾਹਿਬ ਦਾ ਪਾਠ ਰੋਜ਼ ਕਰਾਂਗਾ, ਅਤੇ ਮੈਨੂੰ 99% ਉਮੀਦ ਹੈ ਕਿ ਇਹ ਕਰਦੇ ਹੋਣਗੇ। ਲਾਈਵ ਵਿੱਚ ਰਿਕਾਰਡਿੰਗ ਇਹਨਾਂ ਦੀ ਅੱਜ ਤੱਕ ਪਈ ਹੈ। ਇਸ ਸਾਲ ਦਾਸ ਨੇ ਇਹਨਾਂ ਦੇ ਅੱਗੇ ਆਪਣੀ ਝੋਲੀ ਅੱਡੀ, ਕਿਉਂਕਿ ਭਾਈ ਸਾਹਿਬ ਇਹਨਾਂ ਨੇ ਵੇਖਿਆ ਕਿ ਬਾਬਾ ਦੀਪ ਸਿੰਘ ਮ੍ਰਿਤਕ ਭੁਜੀ ਬਾਲਣ ਹਾਰ ਨੇ। ਭਾਅ ਜੀ ਇਹਨਾਂ ਦਾ ਦੋਤਰਾ ਹੋਇਆ, ਮੈਂ ਆਪ ਜੀ ਨੂੰ ਦੱਸਿਆ ਸੀ ਨਾ ਹੱਡ ਬੀਤੀਆਂ ਅੰਤੜੀਆਂ ਜਿਹੜੀ, ਸੰਪਟ ਪਾਠ ਚੱਲਿਆ ਟਕਸਾਲ ਵੱਲੋਂ, ਸ਼ਬਦ ਦਾ ਜਾਪ ਆਪ ਜੀ ਨੇ ਹੁਕਮ ਕੀਤਾ, ਜੋ ਸੰਗਤ ਨੇ ਕੀਤਾ। ਸ਼ਬਦ ਦਾ ਜਾਪ ਸ਼ੁਰੂ ਹੋਇਆ, ਬੱਚਾ ਰਾਜੀ ਹੋਣਾ ਸ਼ੁਰੂ ਹੋ ਗਿਆ, ਮੱਧ 'ਤੇ ਆਇਆ ਵੈਂਟੀਲੇਟਰ ਉਤਰ ਗਿਆ, ਭੋਗ ਪਿਆ ਜਾਪ ਦਾ, ਬੱਚਾ ਘਰ ਪਹੁੰਚ ਗਿਆ, ਆ ਜੋ ਬੱਚਾ ਵੀ ਇੱਥੇ ਹਾਜ਼ਰ। ਅਤੇ ਮੈਂ ਇਹਨਾਂ ਕੋਲੋਂ ਪੁੱਛਿਆ ਨਹੀਂ, ਇੰਨਾ ਕਿ ਝੋਲੀ ਅੱਡੀ ਹੈ, ਮੈਂ ਕਿਹਾ ਜੀ ਜਿਹੜਾ ਤੁਸੀਂ ਕੌੜਾ ਘੁੱਟ ਭਰਦੇ ਹੋ ਨਾ, ਅੱਜ ਉਹ ਸਾਰੀ ਬੋਤਲ ਸਾਡੀ ਸੰਗਤ ਦੀ ਝੋਲੀ 'ਚ ਪਾ ਦਿਓ। ਅਤੇ ਮੈਨੂੰ ਪਤਾ ਇਹ ਦਿਆਲੂ ਬੜੇ ਨੇ,
ਅੱਜ ਦਾ ਸਾਡਾ ਸਮਾਗਮ ਸਫਲਾ ਕਰਨਾ ਬਿੰਦੂ ਅੰਕਲ ਤੁਹਾਡੇ ਅੱਜ ਅੱਜ ਇੱਕ ਜਕਾਰਾ ਬੁਲਾ ਦਿਓ ਕਿ ਅੱਜ ਤੋਂ ਬਾਅਦ ਉਹ ਜ਼ਹਿਰ ਅਸੀਂ ਆਪਣੇ ਘਰ ਨਹੀਂ ਵਾੜਨਾ ਜਿਸ ਜ਼ਹਿਰ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਜਿੱਤ ਪੀਤੇ ਮਤ ਦੂਰ ਹੋਏ ਆਪ ਜੀ ਨੇ ਵੇਖ ਲਿਆ ਕਿਵੇਂ ਮਹਾਰਾਜ ਨੇ ਤੁਹਾਡੇ ਪੈਰ ਰੱਖੀ ਆ ਜਕਾਰਾ ਬੁਲਾ ਕੇ ਅਤੇ ਅੱਜ ਬਖਸ਼ੀਸ਼ ਵਾਲਾ ਪ੍ਰਸ਼ਾਦ ਆਪਣੇ ਘਰ ਲੈ ਜਾਊਗਾ ਸਾਡੀ ਇਹ ਅਰਦਾਸ ਬੋਲੇ ਸੋ ਨਿਹਾਲ ਸੰਗਤ ਨਜ਼ਰ ਕਰ ਦੇਣਾ ਨਿਭਜੇ ਪਿਆਰੇ ਦੇ ਨਾਲ ਬਸ ਦੋ ਚਾਰ ਮਿੰਟ ਦਾ ਸਮਾਗਮ ਹੈ ਕਵਲਜੀਤ ਭਾਈ ਦਾ ਪ੍ਰਸ਼ਾਦ ਵਾਹਿਗੁਰੂ ਪ੍ਰਸ਼ਾਦ ਦਿਓ ਵੀਰ ਜੀ ਦਾ ਭਾਈ ਜੀ ਕਵਲਜੀਤ ਭਾਈ ਦਾ ਪ੍ਰਸ਼ਾਦ ਹੈ ਪਿੱਛੇ ਬੈਠੇ ਬੋਲੇ ਸੋ ਨਿਹਾਲ ਕਲਾਸ਼ ਅਤੇ ਇੱਕ ਸੰਗਤ ਨੂੰ ਬੇਨਤੀ ਹੈ ਭੋਗੀ ਹੈ ਭਾਈ ਭੋਗੀ ਮੈਂ ਕਹਿਣਾ ਨਹੀਂ ਸੀ ਲੇਕਿਨ ਕਹਿ ਰਿਹਾ ਬੜਾ ਵੱਡਾ ਦੀਵਾਨ ਹਾਲ ਬਣ ਰਿਹਾ ਪਵਨ ਸਾਹਿਬ ਭਾਅ ਜੀ ਮੈਨੂੰ ਮਾਫ਼ ਕਰ ਦੇਣਾ ਝਿੜਕਾ ਨਾ ਦੇਣਾ ਪਲੀਜ਼ ਭਾਅ ਜੀ ਕੋਲੋਂ ਹੀ ਬਚਨ ਸੁਣਿਆ ਗੁਰੂ ਘਰ ਸਾਡੀ ਕਿੱਟ ਵੀ ਲੱਗ ਗਈ ਨਾ ਸਾਡੀ ਕੁੱਲ ਦੀ ਸਾਂਝ ਪੈ ਜਾਏ ਸੰਗਤ ਨੇ ਰਲ ਕੇ ਨਾ ਮੁੰਡਿਆਂ ਨੇ ਭਾਅ ਜੀ ਕਮੇਟੀ ਪਾਈ ਸੀ ਉਹ ਜਿੰਨੇ ਦੀ ਹੈ ਆਪ ਜੀ ਪ੍ਰਵਾਨ ਕਰ ਲੈਣੀ ਅਤੇ ਇੱਥੇ ਜਿੰਨੀ ਸੰਗਤ ਬੈਠੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਚਰੀਨ ਕੌਰ ਨੂੰ ਚੁੰਨੀ ਅੱਡ ਸਾਰਿਆਂ ਦੇ ਕੋਲੋਂ ਕਿਨਕਾ ਕਿਨਕਾ ਉਸ ਦੀਵਾਨ ਹਾਲ ਦੀ ਕਾਰ ਸੇਵਾ ਉਸ 'ਤੇ ਜ਼ਰੂਰ ਹਾਜ਼ਰੀ ਲਓ ਸਾਡੇ ਮਾਲਕ ਨੇ ਬਾਬਾ ਦੀਪ ਸਿੰਘ ਜੀ ਬਸ ਇੰਨੀ ਬੇਨਤੀ ਪ੍ਰਵਾਨ ਕਰ ਦੇਣਾ ਜੀ ਕਲਗੀ ਧਰ ਦੇ ਪਿਆਰਿਓ ਸਾਨੂੰ ਸਿੱਖੀ ਬਖਸ਼ ਦਿਓ ਕਲਗੀ ਧਰ ਦੇ ਪਿਆਰਿਓ ਸਾਨੂੰ ਸਿੱਖੀ ਬਖਸ਼ ਦਿਓ ਕਲਗੀ ਧਰ ਦੇ ਪਿਆਰਿਓ ਸਾਨੂੰ ਸਿੱਖੀ ਬਖਸ਼ ਦਿਓ ਕਲਗੀ ਧਰ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਲਗੀ ਧਰ ਦੇ ਪਿਆਰਿਓ ਸਾਨੂੰ ਸਿੱਖੀ ਬਖਸ਼ ਦਿਓ ਸੱਚ ਸਹਿਬਾ ਕਿਆ ਨਾਹੀਂ ਕਰ ਤੇਰੇ ਕਰਦਾ ਤੇਰੇ ਸਭ ਕੁਝ ਹੈ ਜਿਹਦੇ ਸਦਾ ਸਿਸਲਾ ਤੇਰੀ ਨਾਮ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਰੇ ਕਹੇ ਨਾਨਕ ਸੱਚੇ ਸਾਹਿਬ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਕਲਗੀ ਧਰ ਦੇ ਸਾਨੂੰ ਸਿੱਖੀ ਬਖਸ਼ ਦਿਓ ਸਿੱਖੀ ਬਖਸ਼ ਦਿਓ ਸਿੱਖੀ ਬਖਸ਼ ਦਿਓ ਸਿੱਖੀ ਬਖਸ਼ ਦਿਓ ਸਲੋਕ ਪਵਣ ਗੁਰੂ ਪਾਣੀ ਪਿਤਾ ਤਤ ਮਹਾਤ ਦਿਵਸ ਰਾਤ ਅਗਰ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਸ਼ੂਟ
ਤੁਮਰੀ ਗਤ ਮਿਤ ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ, ਸਗਲ ਕੋ ਦੇ ਦਾਨ ਅਰਦਾਸ ਕਿਉਂ ਕਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਏ, ਜਿਸ ਡਿੱਠੇ ਸ਼ਬਦ ਹੋ ਜਾਏ। ਤੇਗ ਬਹਾਦਰ ਸਿਮਰੀਏ ਕਰਨੋ ਨਿਧਿਆਵੇ, ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਸਾਧ ਸੰਗਤ ਬੋਲਣਾ ਜੀ। ਦਸਾਂ ਪਾਤਸ਼ਾਹੀਆਂ ਜੀ ਦੇ ਸਰੂਪ ਹਾਜ਼ਰਾ ਖਜੂਰ ਜੈਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਇਥ ਨਾਮ ਕੇ ਜਹਾਜ ਹਲਤ ਪਲਤ ਦੇ ਰਾਖੇ ਲੋਕ ਪ੍ਰਲੋਕ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨ ਧਰ ਸਾਧ ਸੰਗਤ ਬੋਲਣਾ ਜੀ। ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸੋ ਸਿੰਘ ਸ਼ਹੀਦ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਬਾਈ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਸਾਧ ਸੰਗਤ ਬੋਲਣਾ ਜੀ। ਸਰਬੱਤ ਗੁਰਦੁਆਰਿਆਂ ਝੰਡਿਆਂ ਬੂੰਗਿਆਂ ਨਿਸ਼ਾਨਾਂ ਸੂਹ ਤਖਤਾਂ ਜੀ ਕੇ ਦਰਸ਼ਨ ਦਿਦਾਰ ਦਾ ਧਿਆਨ ਧਰ ਸਾਧ ਸੰਗਤ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਉ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਸਾਧ ਸੰਗਤ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਗੁਰੂ ਨਾਨਕ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਆਪ ਜੀ ਦੀਆਂ ਮਿਹਰਾਂ ਦੇ ਨਾਲ, ਬਖਸ਼ਿਸ਼ ਦੇ ਨਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਿੱਲੀ ਜਮਨਾਪਾਰ ਵਿਖੇ ਗਰੀਬ ਨਿਵਾਜ ਆਪ ਜੀ ਨੇ ਸਮਾਂ ਬਣਾਇਆ, ਕਿਰਪਾ ਕੀਤੀ, ਗੁਰਕਿਰਪਾ ਨੌਜਵਾਨ ਸੇਵਕ ਜਥਾ ਇਹਦੇ ਨਾਲ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ, ਇਲਾਕੇ ਦੀ ਸਾਰੀ ਸੰਗਤ ਸਾਰਾ ਰਲ ਮਿਲ ਕੇ ਆਪ ਜੀ ਨੇ ਕਿਰਪਾ ਕੀਤੀ। ਦੋ ਦਿਨਾਂ ਦੇ ਕੀਰਤਨ ਦਰਬਾਰ ਦੀ ਸੇਵਾ ਲਈ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਲੱਖਾਂ ਸ਼ੁਕਰਾਨੇ ਨੇ। ਇਸ ਦੋ ਦਿਨਾਂ ਸਮਾਗਮ ਵਿੱਚ ਅਨੇਕਾਂ ਜੀਵਾਂ ਨੇ ਪ੍ਰਣ ਕੀਤਾ, ਅਨੇਕਾਂ ਜੀਵਾਂ ਨੇ ਗਰੀਬ ਨਿਵਾਜ ਨਿਤਨੇਮ ਸਿਮਰਨ ਦੇ ਵਿੱਚ ਹੋਰ ਕਈ ਕਾਰਜਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪਣਾ ਪਿਆਰ ਬਖਸ਼ਿਆ। ਸਾਰੀ ਸੰਗਤ ਦੇ ਉੱਤੇ ਮਿਹਰ ਭਰੇ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ ਆਪ ਜੀ ਦਾ ਹੀ ਓਟ ਆਸਰਾ। ਗਰੀਬ ਨਿਵਾਜ ਸੱਚੇ ਪਾਤਸ਼ਾਹ
ਗੁਰਕਿਰਪਾ ਨੌਜਵਾਨ ਸੇਵਕ ਜਥੇ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਣੇ ਬੱਚੇ ਸਿਮਰਜੀਤ ਅਤੇ ਗਰੀਬ ਨਵਾਜ਼ ਮਿਹਰ ਭਰਿਆ ਹੱਥ ਰੱਖਣਾ, ਸਾਰੇ ਸਹਿਯੋਗੀਆਂ 'ਤੇ ਮਿਹਰ ਭਰਿਆ ਹੱਥ ਰੱਖਣਾ। ਇਹਦੇ ਨਾਲ ਹੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਉਹ ਮਾਤਾ ਸਾਹਿਬ ਕੌਰ ਜੀ ਅਸੀਸ ਭਲਾਈ ਕੇਂਦਰ, ਜਿਸ ਭਲਾਈ ਕੇਂਦਰ ਦੀਆਂ ਹਰਜੀਤ ਸਿੰਘ, ਜਸਵਿੰਦਰ ਕੌਰ, ਸਾਰੇ ਭਲਾਈ ਕੇਂਦਰ ਦੀਆਂ ਅਸੀਸਾਂ ਨੇ, ਇਹ ਸੰਸਥਾ 'ਤੇ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ, ਅੰਗ ਸੰਗ ਸਹਾਈ ਹੋਣਾ। ਆਪ ਜੀ ਨੇ ਇਹ ਸਾਰੀ ਇਸ ਇਲਾਕੇ ਦੀ ਸੰਗਤ ਕੋਲੋਂ ਆਪ ਜੀ ਨੇ ਬਹੁਤ ਤਰਸ ਕੀਤਾ ਮਹਾਰਾਜ, ਇਹ ਦੋ ਦਿਨਾਂ ਦੇ ਕੀਰਤਨ ਦਰਬਾਰ ਦੇ ਨਾਲ ਨਾਲ 85,05,000 ਮੂਲ ਮੰਤਰ ਜਾਪ, 8,020 ਜਪਜੀ ਸਾਹਿਬ ਦੇ ਖੁੱਲ੍ਹੇ ਪਾਠ, ਔਰ 1448 ਅਤੇ 180 ਸੁਖਮਨੀ ਸਾਹਿਬ ਜੀ ਦੇ ਪਾਠ, 10 ਸਹਿਜ ਪਾਠ, 521 ਸ੍ਰੀ ਚੌਪਈ ਸਾਹਿਬ ਦੇ ਪਾਠ, 11,72,000 ਗੁਰਮੰਤਰ ਜਾਪ, ਇਹ ਸਾਰਾ ਖੁੱਲ੍ਹਾ ਜਪ ਤਪ ਦੀ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਉਹ ਗੁਰਕਿਰਪਾ ਨੌਜਵਾਨ ਸੇਵਕ ਜਥੇ ਦੀ ਪ੍ਰੇਰਨਾ ਦਾ ਸਦਕਾ ਸਾਰੀਆਂ ਸੰਗਤਾਂ ਕੋਲੋਂ ਸੇਵਾ ਲਈ ਹੈ। ਗਰੀਬ ਨਵਾਜ਼ ਸਾਰੀ ਗਿਣਤੀ ਵਿੱਚ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਤੇ ਹਾਜ਼ਰੀਆਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ। ਹੇ ਸ਼ਹੀਦ ਸਿੰਘੋ, ਮਹਾਂਪੁਰਸ਼ੋ, ਇਸ ਜਥੇ ਨੂੰ ਚੜ੍ਹਦੀ ਕਲਾ ਬਖਸ਼ਣੀ, ਇਸੇ ਤਰ੍ਹਾਂ ਆਪ ਜਪੋ ਅਵਰਾ ਨਾਮ ਜਪਾਵੋ ਦੀ ਸੇਵਾ ਲੈਣੀ, ਪੰਥ ਦੀ ਸੇਵਾ ਲੈਣੀ, ਜੋ ਬਾਬਾ ਖੇਮ ਸਿੰਘ ਜੀ ਦੇ ਪਿਆਰ ਭਰੇ ਇਹ ਨਿਕਲੇ ਹੋਏ ਗਰੀਬ ਨਵਾਜ਼ ਗੁਰਬਾਣੀ ਦੇ ਬਚਨ ਨੇ। ਗਰੀਬ ਨਵਾਜ਼, ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ, ਹਰ ਨਾਮ ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਆਪ ਜਪੋ ਅਵਰੈ ਨਾਮ ਜਪਾਵੋ ਦੀ ਸੇਵਾ ਇਸ ਗੁਰਕਿਰਪਾ ਨੌਜਵਾਨ ਸੇਵਕ ਜਥੇ ਕੋ ਸਿਰ 'ਤੇ ਹੱਥ ਰੱਖ ਕੇ ਲੈਣੀ, ਅੰਗ ਸੰਗ ਸਹਾਈ ਹੋਣਾ। ਬਾਬਾ ਜੀ ਸਾਰੀ ਪ੍ਰੇਮ ਦੀ ਪੜ੍ਹਾਈ ਹੈ ਅਤੇ ਤੁਹਾਡੀ ਵਾਰਡ ਬਹੁਤ ਜ਼ਰੂਰੀ ਹੈ, ਆਪ ਜੀ ਦੀ ਬਖਸ਼ਿਸ਼ ਭਰੀ ਵਾਰਡ ਲੱਗੀ ਰਹੇ, ਆਪ ਹੋਮੇ ਤੋਂ ਬਚਾਉਣਾ ਅਤੇ ਨਿਮਰਤਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇਹ ਪ੍ਰੇਮ ਦਾ ਪ੍ਰਚਾਰ ਸਾਰੇ ਜਥੇ ਕੋਲੋਂ, ਮੈਂਬਰਾਂ ਕੋਲੋਂ, ਕਮੇਟੀ ਕੋਲੋਂ ਅੰਗ ਸੰਗ ਸਹਾਈ ਹੋ ਕੇ ਲੈਣਾ, ਮੇਰਾ ਭਰਿਆ ਹੱਥ ਸਿਰ 'ਤੇ ਰੱਖਣਾ, ਅਗਲੇ ਹੋਰ ਕਾਰਜਾਂ ਦੇ ਵਿੱਚ ਉਤਸ਼ਾਹ ਬਖਸ਼ਣਾ ਅਤੇ ਅੰਗ ਸੰਗ ਸਹਾਈ ਹੋਣਾ। ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਇਸ ਵੇਲੇ ਤੁਹਾਡੇ ਚਰਨਾਂ ਦੇ ਵਿੱਚ ਦੂਜੇ ਦਿਨ ਦੇ ਕੀਰਤਨ ਦਰਬਾਰ ਦੀ ਸੰਪੂਰਨਤਾ ਦੀ ਅਰਦਾਸ। ਬਾਬਾ ਜੀ ਬਹੁਤ ਕਿਰਪਾ ਕੀਤੀ, ਹੇ ਗਰੀਬ ਨਿਵਾਸ ਇਸ ਯੋਗ ਨਹੀਂ, ਬਾਬਾ ਬਿਧੀ ਚੰਦ ਜੀ ਦੀ ਅੰਸ਼ ਬੰਸ਼ ਦਾ, ਬਾਬਾ ਅਵਤਾਰ ਸਿੰਘ ਜੀ ਦੇ ਪਿਆਰ ਸਦਕਾ ਅੱਜ ਸਾਰੀ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੇ ਮਹਾਨ ਸ਼ਸਤਰਾਂ ਦੇ ਦਰਸ਼ਨ ਹੋਏ। ਬਾਬਾ ਬਿਧੀ ਚੰਦ ਜੀ ਆਪ ਜੀ ਦੇ ਮਹਾਨ ਸ਼ਸਤਰਾਂ ਦੇ ਦਰਸ਼ਨ ਹੋਏ, ਆਪ ਜੀ ਦੇ ਸ਼ੁਕਰਾਨੇ। ਇਹਨਾਂ ਸ਼ਸਤਰਾਂ ਨੂੰ ਸਾਰੀ ਸੰਗਤ ਵੱਲੋਂ 5 ਵਾਰੀ ਵਾਹਿਗੁਰੂ ਕਹਿ ਕੇ ਪਿਆਰ ਭਰੀ ਭੇਟਾ, ਵਾਹਿਗੁਰੂ 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 ਵਾਹਿਗੁਰੂ। ਇਹ ਸਾਰਾ ਸਮਾਗਮ ਪਿਤਾ ਜੀ ਗੁਰੂ ਰਾਮਦਾਸ ਜੀ ਦਾ ਆਗਮਨ ਦਿਹਾੜੇ ਨੂੰ ਸਮਰਪਿਤ, ਮਾਤਾ ਸਾਹਿਬ ਕੌਰ ਜੀ ਦੇ ਗਰੀਬ ਨਵਾਜ਼ ਆਗਮਨ ਦਿਹਾੜੇ ਨੂੰ ਸਮਰਪਿਤ, ਬਾਬਾ ਆਨੰਦ ਸਿੰਘ ਜੀ ਦੇ ਗਰੀਬ ਨਵਾਜ਼ ਜਨਮ ਦਿਹਾੜੇ ਨੂੰ ਸਮਰਪਿਤ, ਆਪ ਜੀ ਦੀਆਂ ਸੀਸਾਂ ਲੈਣ ਲਈ, ਕਿਰਪਾ ਲੈਣ ਲਈ ਗਰੀਬ ਨਵਾਜ਼ ਕਿਰਪਾ ਕਰਿਓ, ਆਪ ਜੀ ਦੀਆਂ ਬਖਸ਼ੀਆਂ ਦਾਤਾਂ 'ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਸੰਗਤਾਂ ਨੂੰ ਬਖਸ਼ੋ, ਹੁਕਮਨਾਮੇ ਬਖਸ਼ਕੇ ਨਿਹਾਲ ਕਰਿਓ। ਇਸ ਮੌਕੇ ਆਪ ਜੀ ਦੇ ਚਰਨਾਂ ਵਿੱਚ ਦੂਸਰੇ ਦਿਨ ਦੇ ਕੀਰਤਨ ਦਰਬਾਰ ਦੀ ਸੰਪੂਰਨਤਾ ਦੀ ਅਰਦਾਸ, ਸ਼ਬਦ ਗੁਰਬਾਣੀ ਕੀਰਤਨ ਬਾਣੀ ਦੀਆਂ ਵਿਚਾਰਾਂ ਦੀ ਅਰਦਾਸ, ਗੁਪਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫ਼ੀ, ਆਪ ਜੀ ਦੇ ਦਰ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ।